ਇੱਥੇ ਕੋਈ ਗਲੀ ਦੇ ਮੋੜ ਤੋਂ ਕੋਈ ਦੁੱਧ ਦਾ ਪੈਕ ਟੁੱਟ ਕੇ ਲਿਆਉਣਾ ਤਾਂ ਮੈਨੂੰ ਐ ਹੁੰਦਾ ਵੀ ਚੱਲ ਆ ਜਾ ਬੈਠ ਗਾਰ ਚ ਲੈ ਆਈਏ ਸਾਡੇ ਘਰੇ ਇਸ ਗੱਲ ਤੇ ਮਤਲਬ ਮਾਤਾ ਜੀ ਕਹਿੰਦੇ ਵੀ ਜਵਾਕਾਂ ਵਾਂਗੂੰ ਤੁਰ ਪੈਂਦੇ ਆ ਜਿਹੜੇ ਕੰਮ ਇੱਕ ਜਾਣਾ ਵੀ ਕਰ ਸਕਦਾ ਜਾ ਕੇ ਪਰ ਅਸੀਂ ਐ ਹੁੰਦਾ ਵੀ ਦੋਨੋਂ ਨਹੀਂ ਜਾਣੇ ਤਾਂ ਰੱਬ ਨੇ ਫਿਰ ਸਾਰੇ ਲੰਬੇ-ਲੁੰਬੇ ਲਾ ਕੇ ਤੇ ਵੀ ਇਹਨੂੰ ਭੇਜਤਾ ਵੀ ਆ ਚੱਕ ਤੇਰੇ ਲੰਬੇ ਲਾਏ ਔਰ ਅਸਲੀ ਤਰਪੰਦਰ ਇੱਲਾ ਬੰਦਾ ਏ ਜਿਹੜਾ ਮਤਲਬ ਸੁਣਿਆ ਕਿ ਹਾਂ ਉਹ ਆਪਣੀ ਪਤਨੀ ਬਾਰੇ ਗੱਲ ਕਰ ਰਿਹਾ ਤੇ ਉਹ ਇਮੋਸ਼ਨਲ ਹੋ ਗਿਆ ਨਾ ਉਹ ਕਹਿੰਦੇ ਵੀ ਤਿੰਨ ਸਟੇਜਾਂ ਹੁੰਦੀਆਂ ਇਹਦੀਆਂ ਫਸ ਸੈਕੰਡ ਥਰਡ ਉਸ ਤੋਂ ਬਾਅਦ ਮਤਲਬ ਚੌਥੀ ਕਹ ਲੋ ਪੰਜਵੀਂ ਕਹ ਲੋ ਸੱਤਵੀਂ ਕਹ ਲੋ ਵੀ ਉਹ ਜਿਹੜੀ ਸਿਰੇ ਵਾਲੀ ਹੋਈ ਆ ਨਾਲੇ ਨੂੰ ਪਤਾ ਸੀਗਾ ਵੀ ਮੇਰਾ ਵੀ ਐ ਆ ਵੀ ਇੰਨੀ ਵੀ ਸਟੇਜ ਲਾਸਟ ਸਟੇਜ ਹੀ ਹੈਗੀ ਆ ਪਰ ਮੈਨੂੰ ਨਾ ਵੀ ਇਹ ਖਾਣ ਪੀਣ ਦਾ ਬੜਾ ਸੀ ਹੈ ਨਾ ਡਰਜੀ ਸਰਜਰੀ ਦਾ ਇਹ ਸੀ ਵੀ 50 50% ਚਾਂਸ ਸੀ ਵੀ ਕਾਮਯਾਬ ਹੋਵੇ ਕਿ ਨਾ ਹੋਵੇ ਮਤਲਬ ਜੀ ਵਿਲ ਪਾਵਰ ਦੀ ਗੱਲ ਕਰਦਾ ਵੀ ਉਸ ਤੋਂ ਪਹਿਲਾਂ ਇਹਨੂੰ ਐ ਵੀ ਮੈਂ ਆਪਦੀ ਪਸੰਦ ਦੀਆਂ ਚੀਜ਼ਾਂ ਖਾਲਾਂ ਬਾਅਦ ਚ ਤਾਂ ਡਾਕਟਰ ਨੇ ਬਣਾ ਕਰ ਦੇਣਾ ਨਾ ਵੀ ਸਰਵਾਈਵ ਕਰਨਾ ਔਖਾ ਹੈ ਤੇ ਪਰ ਫਿਰ ਵੀ ਐ ਸੀਗਾ ਵੀ ਸਾਡਾ ਇੱਕ ਦੂਜੇ ਦਾ ਸਾਥ ਸੀ ਤੇ ਹਜੇ ਹੋਰ ਲਿਖਿਆ ਸੀ ਤੇ ਫਿਰ ਵੀ ਬਿਮਾਰੀ ਕੱਟੀ ਗਈ ਤੇ ਮੈਂ ਠੀਕ ਹੋ ਗਈ ਮੈਂ ਇਹ ਹੀ ਚੀਜ਼ ਸੋਚ ਰਹੀ ਸੀ ਵੀ ਨਹੀਂ ਮਤਲਬ ਆਪ ਦੇ ਕਿਸੇ ਚੀਜ਼ ਬਾਰੇ ਆਪ ਦੇ ਕਿਸੇ ਇਹੋ ਜੇ ਪਾਸਟ ਬਾਰੇ ਆਪਾਂ ਦੱਸਦੇ ਅਕਸਰ ਭਾਵੁਕ ਹੋ ਜਾਂਦੇ ਹਨ ਪਰ ਉਹ ਹਲੇ ਵੀ ਚੜ੍ਹਦੀ ਕਲਾ ਚ ਨੇ ਗੱਡੀ ਜਦੋਂ ਮਰਜੀ ਲੈ ਲਓ ਹਨ ਪੈਸਾ ਆਉਂਦਾ ਕੀ ਇਹ ਖੋਲੂਗਾ ਕੋਈ ਹੋਰ ਕਮਾ ਲਾਂਗੇ ਪਰ ਜਿਹੜਾ ਉਹ ਵੀ ਪਟਿਆਲੇ ਹਸਪਤਾਲ 'ਚ ਪਈ ਹੋਣੀ ਮੇਰੇ ਉਹ ਵੀ ਆਪਦੇ ਲੈਵਲ ਦੇ ਕ੍ਰੀਏਟਿਵ ਨੇ ਇਹ ਵੀ ਕ੍ਰੀਏਟਿਵ ਨੇ ਤੇ ਮੈਂ ਇਹਦੇ ਨਾਜ਼ਮ ਹੀ ਆ ਨਾਜ਼ਮ ਵੀ ਹਜੇ ਛੋਟਾ ਉਹ ਵੀ ਹੱਥ ਪੈਰ ਮਾਰਦਾ ਲਿਖਣ ਪੜਨ ਨੂੰ ਹਨਾ ਮੈਂ ਕਹਿੰਨੀ ਨਹੀਂ ਵੀ ਕਰੋ ਮੈਂ ਹੀ ਪੱਠੇ ਪਉਣ ਵਾਲੀਆਂ ਦੂਜੇ ਤਾਂ ਸਾਰੇ ਤੁਸੀਂ ਲਿਖਣ ਵਾਲੀਆਂ ਹੂੰ ਮਨਵਾ ਲੱਗਦਾ ਹੁੰਦਾ ਵੀ ਜੇ ਤੁਹਾਡੀ ਨੀਤ ਜੀ ਸਿੱਧੀ ਹੈ ਨਾ ਜੇ ਤੁਸੀਂ ਕਿਸੇ ਦਾ ਚੰਗਾ ਬੇਸ਼ੱਕ ਨਾ ਕਰੋ ਜੇ ਤੁਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਕਦੇ ਤਾਂ ਤੁਹਾਡਾ ਕੰਮ ਨਹੀਂ ਗੂ ਰੁਕਦਾ ਜ਼ਿੰਦਗੀ ਦੇ ਵਿੱਚ ਸਤਿ ਸ਼੍ਰੀ ਅਕਾਲ ਮੈਂ ਰਪਿੰਦਰਕੌਰ ਸੰਧੂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਵੇਖ ਰਹੇ ਹੋ ਮੁਹੱਬਤ ਨਾਮਾ ਬਹੁਤ ਗੱਲਾਂ ਸੁਣਦੇ ਆ ਅਕਸਰ ਕਿ ਲੋਕ ਕਹਿੰਦੇ ਹੁੰਦੇ ਨੇ ਕਿ ਤਲਾਕ ਨੇ ਜਿਹੜੇ ਉਹ ਬਹੁਤ ਆਚ ਹੋ ਗਏ ਨੇ ਕਿਉਂਕਿ ਰਿਸ਼ਤਿਆਂ ਦੇ ਵਿੱਚ ਨਾਉ ਮੋਹ ਰਿਹਾ ਨਾਉ ਤਿਆਗ ਰਿਹਾ ਪਹਿਲਾਂ ਜਦੋਂ ਅਸੀਂ ਕਿਸੇ ਬਜ਼ੁਰਗਾਂ ਕੋਲ ਬੈਠਦੇ ਹੁੰਦੇ ਸੀ ਤਾਂ ਉਹ ਸਾਨੂੰ ਸਿੱਖਿਆ ਦਿੰਦੇ ਹੁੰਦੇ ਸੀ ਕਿ ਵਿਆਹ ਵਰਗਾ ਰਿਸ਼ਤਾ ਜਿਹੜਾ ਬਹੁਤ ਧੀਰਜ ਨਾਲ ਨਿਭਾਇਆ ਜਾ ਸਕਦਾ ਹੈ ਪਰ ਹੁਣ ਮੈਨੂੰ ਲੱਗਦਾ ਕਿ ਰਿਸ਼ਤਿਆਂ ਚੋਂ ਉਹ ਤੀਰਜ ਮਨਫੀ ਹੋਣ ਨਾਲ ਤਲਖੀਆਂ ਜਿਹੜੀਆਂ ਇੰਨੀਆਂ ਵੱਧ ਗਈਆਂ ਨੇ ਕਿ ਅਸੀਂ ਇਸ ਰਿਸ਼ਤੇ ਵਿੱਚ ਵੀ ਸਾਲ ਦਰ ਸਾਰ ਬਹੁਤ ਸਾਰੀਆਂ ਉਮੀਦਾਂ ਜਿਹੜੀਆਂ ਆਪਣੇ ਮਨ ਚ ਸਿਰਜਦੇ ਰਹਿੰਦੇ ਆ ਪਰ ਜਦੋਂ ਉਹ ਉਮੀਦਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਸਾਨੂੰ ਲੱਗਦਾ ਕਿ ਇਸ ਰਿਸ਼ਤੇ ਪ੍ਰਤੀ ਸਾਡੇ ਮਨ ਚ ਇਕੇਵਾ ਮਹਿਸੂਸ ਹੋਣ ਲੱਗ ਗਿਆ ਤੇ ਫਿਰ ਉਹੀ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਅੱਜ ਕੱਲ ਦੇ ਜੋੜੇ ਨੇ ਜਿਹੜਾ ਕੁਝ ਵੀ ਵਕਤ ਇੱਕ ਦੂਜੇ ਨਾਲ ਨਹੀਂ ਕੱਢਦੇ ਕਿਉਂਕਿ ਹਰ ਬੰਦਾ ਚਾਹੁੰਦਾ ਹੈ ਕਿ ਮੈਨੂੰ ਇੱਕੋ ਵਾਰ ਜ਼ਿੰਦਗੀ ਮਿਲੀ ਆ ਤੇ ਮੇਰੀ ਇਹ ਜ਼ਿੰਦਗੀ ਬਹੁਤ ਸਖਾਵੀ ਹੋਵੇ ਜੋ ਮੇਰੀ ਜ਼ਿੰਦਗੀ ਦਾ ਹਾਣੀ ਹੋਵੇ ਉਹ ਮੇਰੇ ਮੂੰਹ ਚੋਂ ਨਿਕਲੀ ਹਰ ਗੱਲ ਆ ਜਿਹੜੀ ਉਹ ਮੇਰੇ ਕਹਿਣ ਤੋਂ ਪਹਿਲਾਂ ਪੂਰੀ ਕਰ ਦੇਵੇ ਪਰ ਅਸੀਂ ਸਾਰੇ ਜਾਣਦੇ ਹਾਂ ਕਿ ਜ਼ਿੰਦਗੀ ਦੀ ਹਕੀਕਤ ਇਹ ਨਹੀਂ ਹੁੰਦੀ ਜਦੋਂ ਤੁਸੀਂ ਕਿਸੇ ਨਾਲ ਜੁੜਦੇ ਹੋ ਖਾਸ ਕਰਕੇ ਇਹੋ ਜਿਹੇ ਰਿਸ਼ਤੇ ਚ ਤਾਂ ਬਹੁਤ ਕੁਝ ਆ ਤੁਹਾਨੂੰ ਜ਼ਿੰਦਗੀ ਚ ਜੋ ਉਹਦੇ ਲਈ ਛੱਡਣਾ ਵੀ ਪੈਂਦਾ ਤੇ ਉਹਦੇ ਲਈ ਅਪਣਾਉਣਾ ਵੀ ਪੈਂਦਾ ਫਿਰ ਅਸੀਂ ਇੱਕ ਵਿਆਹ ਦੀ ਕਾਮਯਾਬ ਕਹਾਣੀ ਸਿਰਜ ਸਕਦੇ ਹਾਂ ਇਸੇ ਤਰ੍ਹਾਂ ਦਾ ਇੱਕ ਜੋੜਾ ਜਿਹ ਮੇਰੇ ਨਾਲ ਹੈ ਜਿਨ੍ਹਾਂ ਦੇ ਵਿਆਹ ਨੂੰ 18 ਵਰਿਆਂ ਦਾ ਅਰਸਾ ਹੋਣ ਵਾਲਾ ਹੈ ਤੇ ਉਹਨਾਂ ਦਾ ਨਾਮ ਹੈ ਕੁਮਾਰ ਜਗਦੀਪ ਸਿੰਘ ਤੇ ਉਹਨਾਂ ਦੀ ਜੀਵਨ ਸਾਥਣ ਚਰਨਜੀਤ कौर ਜ਼ਿੰਦਗੀ ਚ ਬਹੁਤ ਕੁਝ ਉਹਨਾਂ ਨੇ ਹੰਡਾਇਆ ਹੋਵੇਗਾ ਪਰ ਇਸ ਹੰਡਾਉਣ ਦਾ ਉਹਨਾਂ ਨੂੰ ਬੜਾ ਜ਼ਿਆਦਾ ਇੱਕ ਵੱਖਰਾ ਨਜ਼ਰੀਆ ਇਹ ਮਿਲਿਆ ਕਿ ਉਹਨਾਂ ਨੂੰ ਲੱਗਿਆ ਕਿ ਉਹ ਹਰ ਇੱਕ ਤਕਲੀਫ ਚ ਇੱਕ ਦੂਜੇ ਨਾਲ ਖੜੇ ਨੇ ਹਰ ਇੱਕ ਸੁੱਖ ਚ ਇੱਕ ਦੂਜੇ ਦੀ ਖੁਸ਼ੀ ਨੂੰ ਉਹਨਾਂ ਨੇ ਦੋਨਾ ਕੀਤਾ ਉਹਨਾਂ ਦਾ ਆਪਾ ਸਵਾਗਤ ਕਰਦੇ ਹਾਂ ਸੱਚੀ ਕਾਲ ਤੋਂ ਨਾ ਦੋਵਾਂ ਨੂੰ ਕਿਵੇਂ ਦਾ ਲੰਘ ਰਿਹਾ ਤੁਹਾਡਾ ਵਿਆਹ ਦਾ ਸਫਰ ਵਧੀਆ ਸਫਰ ਲੰਘ ਰਿਹਾ ਸੀ ਵਧੀਆ ਲੰਘ ਰਿਹਾ ਹਾਂ ਜੀ ਮੈਨੂੰ ਨਾ ਤੁਹਾਡੇ ਘਰ 'ਚ ਜਦੋਂ ਮੈਂ ਆਈ ਮੈਨੂੰ ਤਿੰਨ ਬੱਚੇ ਹਮੇਸ਼ਾ ਬਹੁਤ ਚੰਗੇ ਲੱਗਦੇ ਹਨਾ ਜਿਸ ਘਰ 'ਚ ਦੋ ਤੋਂ ਜ਼ਿਆਦਾ ਬੱਚੇ ਹੁੰਦੇ ਆ ਮੈਨੂੰ ਉਹ ਘਰ ਬੜਾ ਪਿਆਰਾ ਲੱਗਦਾ ਤੇ ਤੁਹਾਡੇ ਤਿੰਨ ਬੱਚੇ ਨੇ ਤੇ ਕਿੱਦਾਂ ਦਾ ਅਨੁਭਵ ਆ ਇਹ ਤਿੰਨ ਬੱਚਿਆਂ ਨੂੰ ਪਾਲਣ ਦਾ ਲੋਕਾਂ ਨੂੰ ਤਾਂ ਔਖਾ ਲੱਗਦਾ ਮੈਨੂੰ ਦੇਖ ਕੇ ਵੀ ਜਿਵੇਂ ਆਣ ਗਵਾੜਾ ਜਮੇ ਮੇਰੇ ਹੋਰ ਫਰੈਂਡਸ ਐ ਸੋਨੂੰ ਵੀ ਸਾਡੇ ਤੋਂ ਤਾਂ ਇੱਕ ਬੱਚਾ ਸਾਹਮਣੇ ਔਖਾ ਐ ਦੋ ਸਾਹਮਣੇ ਔਖੇ ਐ ਤੂੰ ਕਿਵੇਂ ਮੈਨੇਜ ਕਰਦੀ ਐ ਵੀ ਤਿੰਨਾਂ ਬੱਚਿਆਂ ਨੂੰ ਸਾਹਮਣੇ ਹਨਾ ਪਰ ਵੀ ਪਤਾ ਨਹੀਂ ਮੈਨੂੰ ਆਦਤ ਪੈ ਗਈ ਤੇ ਵੀ ਪਤਾ ਨਹੀਂ ਕਿਵੇਂ ਪਰ ਮੈਨੂੰ ਕਦੇ ਕੋਈ ਐਵੀਂ ਪ੍ਰੋਬਲਮ ਨਹੀਂ ਆਈਗੀ ਸਗਾਂ ਦੀ ਵੀ ਵਧੀਆ ਵੀ ਖੇਡਦੇ ਆ ਤੇ ਜਿਵੇਂ ਲੜਦੇ ਵੀ ਐ ਖੇਡਦੇ ਵੀ ਐ ਵੀ ਘਰੇ ਰੌਣਕ ਲੱਗੀ ਰਹਿੰਦੀ ਐ ਆ ਭਾਜੀ ਬਾਰੇ ਨਾ ਕਿਸੇ ਨੇ ਕਿਤਾਬ ਚ ਲਿਖਿਆ ਹੋਇਆ ਸੀਗਾ ਵੀ ਹਰ ਵਾਰ ਇਹਨਾਂ ਦੇ ਚਿਹਰੇ ਦੀ ਜਿਹੜੀ ਲਾਲੀ ਆ ਉਹ ਵੱਧ ਹੀ ਜਾਂਦੀ ਆ ਹਨਾ ਤੇ ਇਹ ਇਹਨਾਂ ਦੀ ਦੇਣਾ ਕਿ ਤੁਸੀਂ ਆਪਣਾ ਇੰਨਾ ਜ਼ਿਆਦਾ ਧਿਆਨ ਖੁਦ ਹੀ ਰੱਖਦੇ ਹੋ ਮੈਂ ਇਹਦੀ ਬਦੌਲਤ ਹੀ ਆ ਰੁਪਿੰਦਰ ਜੀ ਹਾਂ ਜੀ ਇਹ ਕਈ ਵਾਰ ਕੋਈ ਬਖਸ਼ਿਸ਼ਾਂ ਹੀ ਹੁੰਦੀਆਂ ਪ੍ਰਮਾਤਮਾ ਦੀਆਂ ਨਹੀਂ ਤਾਂ ਜਿਸ ਤਰ੍ਹਾਂ ਦਾ ਮੇਰਾ ਸੁਭਾਅ ਹੈ ਮੈਂ ਕੁਝ ਵੀ ਮੈਨੇਜ ਕਰਕੇ ਨਹੀਂ ਚੱਲ ਸਕਦਾਗਾ ਕੁਝ ਵੀ ਪਲਾਨ ਨਹੀਂ ਕੀਤਾ ਜ਼ਿੰਦਗੀ 'ਚ ਕਦੇ ਵੀ ਜਿਵੇਂ ਜਿਵੇਂ ਜ਼ਿੰਦਗੀ ਆਈ ਗਈ ਇਹਦੇ ਆਉਣ ਨਾਲ ਮਤਲਬ ਇੰਨਾ ਜਿਆਦਾ ਮੋੜਾ ਪਿਆ ਹਰ ਇੱਕ ਗੱਲ ਨੂੰ ਫਿਰ ਲੱਗਣ ਲੱਗਿਆ ਕਿ ਜ਼ਿੰਦਗੀ ਆਹ ਹੁੰਦੀ ਹੈ ਹਰ ਇੱਕ ਨੁਕਤੇ ਤੇ ਹਰ ਇੱਕ ਗੱਲ ਤੇ ਹਰ ਇੱਕ ਫੀਲਡ 'ਚ ਜਿਹੜਾ ਇਹਦਾ ਸਹਿਯੋਗ ਹੈ ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਮੈਂ ਬਹੁਤ ਸੁਰੱਖਿਰੂ ਮਹਿਸੂਸ ਕਰਦਾ ਆ ਇਹਦੀ ਪ੍ਰੈਜ਼ੈਂਸ ਦੇ ਵਿੱਚ ਇਹਦੀ ਹਾਜ਼ਰੀ ਦੇ ਵਿੱਚ ਕਿਤੇ ਵੀ ਜਾਣਾ ਹੋਵੇ ਇਵਨ ਕਿ ਇੱਥੇ ਕੋਈ ਗਲੀ ਦੇ ਮੋੜ ਤੋਂ ਕੋਈ ਦੁੱਧ ਦਾ ਪੈਕ ਟੁੱਟ ਕੇ ਲਿਆਉਣਾ ਤਾਂ ਮੈਨੂੰ ਐ ਹੁੰਦਾ ਵੀ ਚੱਲ ਆ ਜਾ ਬੈਠ ਗਾਰ ਚ ਲੈ ਆਈਏ ਸਾਡੇ ਘਰੇ ਇਸ ਗੱਲ ਤੇ ਮਤਲਬ ਮਾਤਾ ਜੀ ਕਹਿੰਦੇ ਵੀ ਜਵਾਕਾਂ ਵਾਂਗੂੰ ਤੁਰ ਪੈਂਦੇ ਆ ਮਤਲਬ ਇੰਨੀ ਆਦਤ ਹੈ ਸਾਨੂੰ ਇੱਕ ਦੂਜੇ ਦੀ ਸਹਿਮ ਹੀ ਇਹਨੂੰ ਐ ਆਉਂਦਾ ਵੀ ਇਹੀ ਨਾਲ ਹੋਵੇ ਕਿਤੇ ਜਾਣਾ ਤੁਸੀਂ ਨਾਲ ਚੱਲੋ ਬਹੁਤ ਥਾਵਾਂ ਤੇ ਨਹੀਂ ਇਕੱਠੇ ਜਾ ਸਕਦੇ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਵੱਧ ਤੋਂ ਵੱਧ ਸਮਾਂ ਬਿਨਾ ਕੰਮ ਤੋਂ ਵੀ ਮਤਲਬ ਵਿਚਾਰ ਗੇੜੀ ਲਾਇਆਈਏ ਕਾਰ ਚ ਮੈਨੂੰ ਲੱਗਦਾ ਇਹ ਤਾਂ ਬੜੇ ਖੂਬਸੂਰਤ ਤੋਹਫਿਆਂ ਨਾਲੋਂ ਜ਼ਿਆਦਾ ਸੋਹਣੀ ਗੱਲ ਆ ਹਨਾ ਵੀ ਸਹੀ ਗੱਲ ਆ ਸਾਡੇ ਆ ਵੀ ਐ ਇੱਥੇ ਕਲੋਨੀ ਵਿੱਚ ਸਾਰਿਆਂ ਨੂੰ ਪਤਾ ਹੈ ਵੀ ਇਹਨਾਂ ਨੇ ਵੀ ਇਕੱਠਿਆਂ ਨਹੀਂ ਸਬਜ਼ੀ ਲੈ ਕੇ ਆਉਣੀ ਹੈ ਜਿਹੜਾ ਕੰਮ ਇੱਕ ਜਣਾ ਵੀ ਕਰ ਕਰ ਸਕਦਾ ਜਾ ਕੇ ਪਰ ਅਸੀਂ ਐ ਹੁੰਦਾ ਵੀ ਦੋਨੋਂ ਨਹੀਂ ਜਾਣੇ ਵੀ ਜਿਵੇਂ ਵੀ ਸਾਨੂੰ ਸੈਕਿੰਡ ਸੈਟਰਡੇ ਦੀ ਛੁੱਟੀ ਹੁੰਦੀ ਹੈ ਬੱਚਿਆਂ ਨੂੰ ਹੁੰਦੀ ਨਹੀਂ ਉਹਨਾਂ ਨੇ ਸਕੂਲ ਜਾਣਾ ਹੁੰਦਾ ਹਨਾ ਤੇ ਐ ਹੁੰਦਾ ਵੀ ਆਜਾ ਤੁਹਾਨੂੰ ਇਹਨਾਂ ਨੂੰ ਛੱਡਿਆਈ ਹੈ ਹਨਾ ਮੰਮੀ ਕਹਣਗੇ ਵੀ ਅੱਜ ਤਾਂ ਘਰੇ ਆ ਅੱਜ ਤਾਂ ਇਹਨੂੰ ਕੋਈ ਕੰਮ ਕਰ ਲੈਂਦੇ ਫਿਰ ਫੇਰੇ ਤਿਆਰ ਹੋ ਕੇ ਹੁਣ ਚਲੀ ਜਾਊਗੀ ਹੂੰ ਬਿਖ ਇਹਦੇ ਨਾਲ ਵੀ ਐ ਤੇ ਹੁੰਦਾ ਵੀ ਇਹਨਾਂ ਨੂੰ ਹੁੰਦਾ ਵੀ ਚਲ ਕੋਈ ਨਹੀਂ ਆਪਾਂ ਦੋਨੇ ਤੁਰੇ ਚੱਲਦੇ ਹਾਂ ਬਿਲਕੁਲ ਤੇ 18 ਬਰੇ ਹੋ ਗਏ ਤੁਹਾਡੇ ਵਿਆਹ ਨੂੰ ਹਨਾ ਤੇ ਅੱਜ ਤੁਸੀਂ ਇੱਕ ਸੋਫੇ ਤੇ ਇਕੱਠੇ ਬੈਠੇ ਹੋ ਹਨਾ ਤੇ ਇਹ ਮਾਣ ਜਿਹੜਾ ਤੁਹਾਨੂੰ ਇਕੱਠੇ ਬੈਠਣ ਦਾ ਮਤਲਬ ਕਿਵੇਂ ਮਿਲਿਆ ਕਿਵੇਂ ਜੁੜੇ ਤੁਸੀਂ ਆਪਸ ਵਿੱਚ ਰਪਿੰਦਰ ਜੀ ਸ਼ਹਿਰ ਕੋ ਸੀਗਾ ਇਹਦੇ ਪੇਰੈਂਟਸ ਵੀ ਇੱਥੇ ਰਹਿੰਦੇ ਆ ਸਾਡਾ ਪਿੰਡ ਕੋਟਲੀ ਵਲੂਆ ਤਾਂ ਬੇਸਿਕਲੀ ਇੱਥੋਂ ਦੇ ਬਸਨੀਕ ਨੇ ਫਰੀਦਕੋਟ ਦੇ ਪਰ ਅਸੀਂ ਬਹੁਤ ਲੰਬੇ ਸਮੇਂ ਤੋਂ ਜਦੋਂ ਤੋਂ ਪੜਨ ਪੜਨ ਲੱਗੇ ਉਹੋਂ ਦੇ ਫਰੀਦਕੋਟ ਹੀ ਰਹਨੇ ਫਿਰ ਜਿਵੇਂ ਉਹ ਜੱਟਾਂ ਦੀਆਂ ਇੱਕ ਦੂਜੇ ਦੇ ਨਾਲ ਇਹਨਾਂ ਦੰਗਲੀਆਂ ਸੰਗਣੀਆਂ ਰਲਦੀਆਂ ਹੁੰਦੀਆਂ ਨੇ ਦੂਰ ਨੇੜੇ ਦੀਆਂ ਰਿਸ਼ਤੇਦਾਰੀਆਂ ਵੀ ਰਲਦੀਆਂ ਸੀ ਸੋ ਅਕਸਰ ਵਿਆਹਾਂ ਸ਼ਾਦੀਆਂ ਤੇ ਸਮਾਗਮਾਂ ਤੇ ਕਿਸੇ ਭੋਗ ਤੇ ਖੰਡ ਪਾਠ ਤੇ ਮਤਲਬ ਇਕੱਠੇ ਹੁੰਦੇ ਸਾਂ ਇੱਕ ਦੂਜੇ ਨੂੰ ਤਾਂ ਨਰਸਲੇ ਇੱਕ ਸਾਂਝੀ ਦੋਹਾਂ ਦੀ ਬਣ ਗਈ ਇੱਕ ਜਿਵੇਂ ਕਹਿ ਲਿਖੋ ਕਿ ਚੁੱਪ ਸਹਿਮਤੀ ਇਹ ਉਸ ਕਿਸਮ ਦੀ ਮੁਹੱਬਤ ਜਾਂ ਉਸ ਕਿਸਮ ਦਾ ਪਿਆਰ ਤਾਂ ਨਹੀਂ ਜਿਵੇਂ ਆਮ ਮਤਲਬ ਜੋੜਿਆਂ ਨੂੰ ਹੋ ਜਾਂਦਾ ਤਾਂ ਹੌਲੀ-ਹੌਲੀ ਉਸ ਵਿਸ਼ੇ ਤੇ ਮਤਲਬ ਗੱਲਬਾਤ ਹੋਣੀ ਸ਼ੁਰੂ ਹੋਈ ਪਰ ਮੇਰੇ ਮਨ ਚ ਇੱਕ ਡਰ ਸੀ ਜਿਸ ਤਰ੍ਹਾਂ ਦਾ ਮੇਰਾ ਲਾਈਫ ਸਟਾਈਲ ਸੀ ਜਿਸ ਤਰ੍ਹਾਂ ਦਾ ਮੇਰਾ ਸਰਕਲ ਸੀ ਜਾਂ ਜਿਸ ਤਰ੍ਹਾਂ ਜ਼ਿੰਦਗੀ ਨੂੰ ਲੈ ਕੇ ਮੈਂ ਚੱਲਦਾ ਸੀ ਜਾਂ ਮਤਲਬ ਮਨੋਂ ਆਇਆ ਸੀ ਕਿ ਇਸ ਤਰ੍ਹਾਂ ਚੱਲੂਗੀ ਜ਼ਿੰਦਗੀ ਉਹਦੇ ਚ ਮੈਨੂੰ ਆ ਲੱਗਦਾ ਹੁੰਦਾ ਸੀ ਵੀ ਵਿਆਹ ਨਹੀਂ ਹੋ ਸਕਦਾ ਮਤਲਬ ਵੀ ਮੁਸ਼ਕਲ ਆਊਗਾ ਜਿਹੜਾ ਵੀ ਮੇਰਾ ਜੀਵਨ ਸਾਥੀ ਹੋਊਗਾ ਤਾਂ ਜਦੋਂ ਇਹਨੇ ਇੱਛਾ ਪ੍ਰਗਟ ਕੀਤੀ ਵੀ ਐ ਨਹੀਂ ਹੁੰਦਾ ਕਿ ਜਰੂਰੀ ਹੁੰਦੀਆਂ ਨੇ ਗੱਲਾਂ ਹਨਾ ਤੁਸੀਂ ਸੋਚੋ ਇਸ ਗੱਲ ਬਾਰੇ ਤਾਂ ਕਾਫੀ ਵਾਰ ਡਿਸਕਸ਼ਨ ਹੋਈ ਇੱਕ ਮੈਨੂੰ ਇਹ ਸੀਗਾ ਕਿ ਮਤਲਬ ਮੰਨ ਲਓ ਜੇ ਅਸੀਂ ਵਿਆਹ ਕਰਵਾਉਨੇ ਆ ਤਾਂ ਮੈਨੂੰ ਇਹ ਸੀ ਕਿ ਮੇਰੇ ਨਾਲੋਂ ਮਤਲਬ ਕਈ ਬਿਹਤਰ ਵਿਕਲਪ ਇਹਦੇ ਕੋਲੇ ਸੀਗੇ ਕਿਉਂਕਿ ਖੂਬਸੂਰਤ ਸੀ ਹਨਾ ਯੰਗ ਸੀ ਕੁਆਲੀਫਾਈਡ ਸੀ ਫਿਰ ਦੂਜਾ ਹੁੰਦਾ ਆਪਣੇ ਆਮ ਤੌਰ ਤੇ ਜਦੋਂ ਇਹੋ ਜਿਹੇ ਮਸਲੇ ਆ ਜਾਂਦੇ ਆ ਵੀ ਮਤਲਬ ਆਰਥਿਕ ਨਜ਼ਰੀਏ ਤੋਂ ਵੀ ਆਪਾਂ ਇੱਕ ਦੂਜੇ ਦੇ ਪਰਿਵਾਰਾਂ ਨੂੰ ਦੇਖਦੇ ਆਂ ਤਾਂ ਉਹਦੇ 'ਚ ਵੀ ਸਾਡੇ ਨਾਲੋਂ ਵੱਧ ਸੰਬੰਧ ਸੀ ਇਹਨਾਂ ਦਾ ਪਰਿਵਾਰ ਤਾਂ ਮੈਨੂੰ ਐਸੀ ਵੀ ਕਿਤੇ ਕੋਈ ਭਾਵਕਤਾ 'ਚ ਨਾ ਮਤਲਬ ਫੈਸਲਾ ਕਰ ਰਹੀ ਹੋਵੇ ਕਿਉਂਕਿ ਮੈਂ ਥੋੜਾ ਇਹ ਤੁਹਾਨੂੰ ਵੱਡਾ ਸੀ ਉੰਜ ਵੀ ਸਹਿਤ ਨਾਲ ਜੁੜਿਆ ਹੋਣ ਕਰਕੇ ਮੈਚਿਓਰਿਟੀ ਸੀ ਮੇਰੇ 'ਚ ਮਤਲਬ ਫਿਰ ਤਾਂ ਉਹ ਤਾਂ ਬਾਅਦ 'ਚ ਪਤਾ ਲੱਗਿਆ ਕਿ ਇਹ ਵੀ ਬਹੁਤ ਮਚੌਰਾ ਪਰ ਉਹਦੋਂ ਮੈਨੂੰ ਐ ਲੱਗਦਾ ਸੀ ਵੀ ਇਹਦੇ 'ਚ ਮੇਰੇ ਮੁਕਾਬਲੇ ਉਹਨਾਂ ਦੀ ਮਚਿਓਰਿਟੀ ਹੈ ਨਹੀਂ ਕਿਤੇ ਐ ਨਾ ਹੋਵੇ ਮਤਲਬ ਪਾਵ ਤਵਾਂ ਸਜਾਂ ਜਜ਼ਬਾਤੀ ਹੋ ਕੇ ਕੋਈ ਫੈਸਲਾ ਪਰ ਮੈਨੂੰ ਬਹੁਤ ਦਿਨ ਲੰਮਕਾਇਆ ਇਸ ਗੱਲ ਤੇ ਬਿੰਨੇ ਨਹੀਂ ਠੀਕ ਨਹੀਂ ਇਹ ਤੁਸੀਂ ਤੁਕ ਤੇ ਹੋਰ ਦੇਖਣਾ ਮਤਲਬ ਤੁਹਾਨੂੰ ਬਹੁਤ ਵਧੀਆ ਮਿਲ ਜੂ ਤੇ ਪਰ ਮੇਰਾ ਵੀ ਫੈਸਲਾ ਮਤਲਬ ਰੈਡੀ ਸੀ ਅੰਦਰ ਖਾਤੇ ਫਿਰ ਹੌਲੀ ਹੌਲੀ ਜਦੋਂ ਆਇਆ ਕਿ ਹਾਂ ਵੀ ਮੈਂ ਮੇਰੇ ਬਣਾ ਨਹੀਂ ਰਹਿ ਸਕਦੀ ਤਾਂ ਫਿਰ ਅਸੀਂ ਥੋੜੀ ਥੋੜੀ ਰਿਸ਼ਤੇਦਾਰਾਂ ਦੇ ਥਰੂ ਇਹਦੇ ਪੇਰੈਂਟਸ ਨਾਲ ਗੱਲ ਚਲਾਈ ਚਲੋ ਥੋੜੀਆਂ ਬਹੁਤ ਮੁਸ਼ਕਲਾਂ ਆਉਂਦੀਆਂ ਸ਼ੁਰੂਆਤ ਦੇ ਵਿੱਚ ਤੋ ਪਰ ਕੋਈ ਬਹੁਤੀ ਦਿੱਕਤ ਨਹੀਂ ਆਈ ਤੇ ਆਪਰਾਮ ਜਿਵੇਂ ਆਪਣਾ ਪਰੰਪਰਕ ਵਿਆਹ ਸ਼ਾਦੀਆਂ ਹੁੰਦੀਆਂ ਨੇ ਆਪਣੀਆਂ ਪਰਿਵਾਰਾਂ ਦੀ ਉਸੇ ਤਰ੍ਹਾਂ ਸੰਜੋਗ ਬਣਿਆ ਕੇ ਇਕੱਠੇ ਹੋ ਗਏ ਵਿਆਹ ਵੇਲੇ ਤੁਸੀਂ ਜੌਬ ਕਰਦੇ ਸੀ ਨਹੀਂ ਕਰਦੇ ਸੀ ਹਾਂਜੀ ਫਿਰ ਤੁਸੀਂ ਕਦੋਂ ਜੁਆਇਨ ਕੀਤੀ ਮੈਂ ਇੱਕ ਵਾਰੀ ਤਾਂ ਜੁਆਇਨ ਕੀਤੀ ਸੀ 2008 ਚ ਹਾਂਜੀ ਉਦੋਂ ਮੈਂ 6 ਕਿ ਮਹੀਨੇ ਸਕੂਲ ਵਿੱਚ ਲੈਕਚਰਰ ਰਹੀ ਸੀ ਫਿਰ ਉਸ ਤੋਂ ਬਾਅਦ ਮੈਂ ਕਾਲਜ ਵਿੱਚ ਬੀਐਡ ਕਾਲਜ ਵਿੱਚ ਬੇਟੀ ਥੋੜੀ ਜਿਹੀ ਹੋ ਗਈ ਸੀ 2-3 ਸਾਲ ਦੀ ਫਿਰ ਬੀਐਡ ਕਾਲਜ ਵਿੱਚ ਜੌਬ ਕੀਤੀ ਸੀ ਮੈਂ ਹੁਣ ਮੈਂ ਫਿਰ ਪਿਛਲੇ 2-3 ਸਾਲਾਂ ਤੋਂ ਇਹ ਜਿੱਥੇ ਨੇ ਪ੍ਰਿੰਸੀਪਲ ਨੇ ਉੱਥੇ ਹੀ ਮੈਂ ਲੈਕਚਰਰ ਹਾਂ ਮਤਲਬ ਤੁਹਾਨੂੰ ਜ਼ਿਆਦਾ ਟਾਈਮ ਮਿਲਦਾ ਹੈ ਇਕੱਠੇ ਰਹਿਣ ਦਾ ਨਹੀਂ ਅਸੀਂ ਸਕੂਲ ਜਾਵਾਂ ਨਹੀਂ ਮਿਲਦੇਗੇ ਇਹ ਪ੍ਰਿੰਸੀਪਲ ਨੇ ਮੈਂ ਆਪਦੇ ਬਲੌਕ ਚ ਹੀ ਹੁੰਨੀ ਹਾਂ ਮੈਂ ਜਾਣੀ ਵੀ ਮੈਂ ਆਡਾ ਤੇ ਆਉਣੀ ਵੀ ਆਡਾ ਇਹਨਾਂ ਨਾਲ ਅੱਛਾ ਜੀ ਤੇ ਉਹਨਾਂ ਨੇ ਤਾਂ ਦੱਸਿਆ ਹਨਾ ਤੁਹਾਡੇ ਬਾਰੇ ਕਿ ਇਹ ਤੁਹਾਡਾ ਫੈਸਲਾ ਸੀ ਤੁਸੀਂ ਉਹਨਾਂ ਨੂੰ ਪਸੰਦ ਕੀਤਾ ਪਰ ਭਾਜੀ ਸਮਾਰਟ ਬਹੁਤ ਨੇ ਇਹਨਾਂ ਚ ਬੇਟਾ ਮੈਂ ਇਹਨਾਂ ਨੂੰ ਪਹਿਲਾਂ ਹੀ ਦੱਸ ਚੁੱਕੀਆਂ ਹਨਾ ਤੇ ਤੁਸੀਂ ਪਰ ਇਹਨਾਂ ਚ ਕੀ ਵੇਖਿਆ ਹਨਾ ਕਿਉਂਕਿ ਅੱਜਕੱਲ ਜਿਵੇਂ ਕਹਿੰਦੇ ਆ ਵੀ ਪੜੀਆਂ ਲਿਖੀਆਂ ਕੁੜੀਆਂ ਕੱਲੀ ਸਮਾਰਟਨੈਸ ਨਹੀਂ ਦੇਖਦੀਆਂ ਹਨਾ ਉਹ ਹੋਰ ਬਹੁਤ ਕੁਝ ਦੇਖਦੀਆਂ ਨੇ ਹੁਣ ਤਾਂ ਮਤਲਬ ਪਹਿਲੀ ਚੀਜ਼ ਇਹ ਹੁੰਦੀ ਹੈ ਕਿ ਮੁੰਡਾ ਕਰਦਾ ਕੀ ਹੈ ਪਹਿਲਾਂ ਇਹ ਦੱਸੋ ਫੋਟੋ ਬਾਅਦ ਚ ਦੇਖਾਂਗੇ ਨਾ ਤੇ ਤੁਸੀਂ ਇਹਨਾਂ ਚ ਕੀ ਦੇਖਿਆ ਸੀ ਨਹੀਂ ਉਦੋਂ ਕੁੜੀਆਂ ਮੈਨੂੰ ਨਹੀਂ ਲੱਗਦਾ ਵੀ ਇੰਨੀਆਂ ਚਲਾਕ ਹੁੰਦੀਆਂ ਹੋਣ ਕਿ ਆ ਵੀ ਪਹਿਲਾਂ ਵੇਖ ਲਈਏ ਵੀ ਕਰਦਾ ਕੀ ਹੈ ਨਾ ਵੀ ਵੈਸੇ ਮੈਂ ਤਾਂ ਬਾਲੀ ਪੋਲੀ ਸੀ ਮੈਂ ਨਾ ਆਉਦੀ ਇੱਕ ਤੁਹਾਨੂੰ ਨਿੱਕੀ ਜਿਹੀ ਗੱਲ ਸੁਣਾਉਣੀ ਆ ਮੈਰਿਜ ਤੋਂ ਬਾਅਦ ਨਾ ਅਸੀਂ ਕਿਸੇ ਦੇ ਘਰੇ ਗਏ ਕਿਸੇ ਨੇ ਬੁਲਾਇਆ ਖਾਣੇ ਤੇ ਤੇ ਉਹ ਨਾ ਮਤਲਬ ਕਿ ਵੀ ਇੱਕ ਦਿਨ ਬੁਲਾਇਆ ਤੇ ਸਾਨੂੰ ਇਹਨਾਂ ਨੂੰ ਕਮ ਸੀ ਅਸੀਂ ਜਾ ਨਹੀਂ ਸਕੇ ਦੋਆਂ ਦਿਨਾਂ ਬਾਅਦ ਅਸੀਂ ਵੀ ਉਹਨਾਂ ਨੂੰ ਕਹਤਾ ਵੀ ਅੱਜ ਆਉਣੇ ਜਦੋਂ ਵੀ ਅਸੀਂ ਉਹਨਾਂ ਦੇ ਘਰੇ ਗਏ ਤੇ ਉਹ ਜਿਹੜੀ ਇਹਨਾਂ ਦੇ ਦੋਸਤ ਦੀ ਵਾਈਫ ਸੀ ਹਨਾ ਜਿਨ੍ਹਾਂ ਦੇ ਘਰੇ ਅਸੀਂ ਗਏ ਵੀ ਸੀ ਹਨਾ ਉਹ ਉਹ ਮੈਨੂੰ ਕਹਿੰਦੀ ਉਹ ਸਾਨੂੰ ਦੋਨਾਂ ਨੂੰ ਕਹਿੰਦੀ ਕਹਿੰਦੀ ਨਾ ਤੁਸੀਂ ਪਰਸੋਂ ਨਹੀਂ ਆਏ ਮੈਂ ਉਦੋਂ ਰਿ ਵਿਵਾਰ ਸ਼ੈਂਪੂ ਕੀਤਾ ਤੇ ਅੱਜ ਮੈਨੂੰ ਕਾਲੀ ਕਾਲੀ ਤੇ ਫੇਰ ਸ਼ੈਂਪੂ ਕਰਨਾ ਪਿਆ ਵੀ ਤੁਸੀਂ ਆ ਰਹੇ ਹੋ ਹਨਾ ਤੇ ਮੈਂ ਵੀ ਵਾਲ ਸ਼ੈਂਪੂ ਕਰਕੇ ਗਈ ਸੀ ਪਰ ਉੱਤੇ ਸਰੋਂ ਦਾ ਤੇਲ ਲਾ ਕੇ ਕਿਉਂਕਿ ਮੈਨੂੰ ਪਤਾ ਨਹੀਂ ਸੀਗਾ ਵੀ ਐ ਕਰਕੇ ਵੀ ਮੈਂ ਜ਼ਿਆਦਾ ਸੋਹਣੀ ਲੱਗੂੰਗੀ ਵੀ ਵਾਲਾਂ ਨੂੰ ਐ ਕਰਕੇ ਜਾਣਾ ਹਨਾ ਜਾਂ ਵੀ ਜਿਵੇਂ ਮਤਲਬ ਕਿ ਵੀ ਆ ਵੀ ਵੀ ਹੋਣਾ ਚਾਹੀਦਾ ਹੁੰਦਾ ਨਾ ਮੈਂ ਹੈਰਾਨ ਵੀ ਇਹ ਨਹੀਂ ਵਾਲ ਸ਼ੈਂਪੂ ਕਿਤੇ ਵੀ ਅਸੀਂ ਹੋਣਾ ਕਰਕੇ ਹੈਨਾ ਤੇ ਵੀ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਵੀ ਮੈਂ ਤਾਂ ਸਰੋਂ ਦਾ ਤੇਲ ਲਾ ਕੇ ਗਈ ਸੀ ਤੇ ਉਹਨੇ ਪੂਰੇ ਵੀ ਅਗਲੇ ਨੇ ਹਾਈਲਾਈਟ ਕਰਵਾਏ ਹੋਏ ਸੀ ਉਸ ਟਾਈਮ ਤੇ ਵੀ ਹਾਂਜੀ ਨਹੀਂ ਤੁਸੀਂ ਮਤਲਬ ਤੁਹਾਨੂੰ ਸ਼ੌਂਕ ਹੈ ਮੇਕਅਪ ਦਾ ਜਾਂ ਇਦਾਂ ਸਜਣ ਫੋਪਣ ਦਾ ਨਹੀਂ ਮੇਕਅਪ ਦਾ ਐਨੀ ਵੀ ਸ਼ੌਂਕ ਨਹੀਂ ਸੀ ਜਾਂ ਕਿਵੇਂ ਪਤਾ ਹੀ ਨਹੀਂ ਸੀ ਵੀ ਮੇਕਅਪ ਕਿਵੇਂ ਕਰਨਾ ਕਿਉਂਕਿ ਸਾਡੇ ਐਵਾਂ ਦਾ ਮਾਹੌਲ ਹੀ ਨਹੀਂ ਸੀ ਘਰੇ ਤੁਸੀਂ ਕਿੰਨੇ ਸਾਲ ਦੇ ਸੀ ਜਦੋਂ ਤੁਹਾਡਾ ਵਿਆਹ ਮੈਂ 22-23 ਸਾਲ ਦੀ ਸੀ ਤੇ ਭਾਜੀ ਤੇ ਤੁਹਾਡਾ ਥੋੜਾ ਉਮਰ ਦਾ ਫਰਕ ਹੈਗਾ ਹਨਾ ਤੇ ਤੁਹਾਨੂੰ ਐ ਤਾਂ ਨਹੀਂ ਲੱਗਿਆ ਵੀ ਬਹੁਤ ਹੀ ਮਤਲਬ ਆਪਾਂ ਇਹ ਨਹੀਂ ਕਹਿੰਦੇ ਹੁੰਦੇ ਵੀ ਉਮਰ ਚ ਆਪਾਂ ਕਹਿੰਦੇ ਵੀ ਅਕਲ ਉਹ ਨਿਆਣੀ ਜੀ ਕੁੜੀ ਵਿਆਹ ਲੈ ਆਂਦੀ ਉਹ ਤਾਂ ਇਹਨਾਂ ਨੂੰ ਪਤਾ ਹੋਊਗਾ ਨਹੀਂ ਕਦੇ ਵੀ ਨਹੀਂ ਲੱਗਿਆ ਇਹਦੇ ਉਲਟ ਸਗੋਂ ਮੈਨੂੰ ਇਹ ਲੱਗਦਾ ਹੁੰਦਾ ਵੀ ਮਾਕਸਰ ਗੱਲ ਕਰਦਾ ਹੁੰਦਾ ਵੀ ਦੋ ਚੀਜ਼ਾਂ ਜੇ ਇੱਕੋ ਜੀਆਂ ਹੋਣ ਤਾਂ ਉਹਨਾਂ ਚੋਂ ਇੱਕ ਚੀਜ਼ ਫालतू ਹੋ ਜਾਂਦੀ ਹੈ। ਵੈਸੇ ਆਪਾਂ ਆਮ ਗੱਲਾਂ ਕਰਦੇ ਆਂ ਇਹ ਗੱਲ ਕਹਿ ਦਿੰਨੇ ਆਂ ਵੀ ਉਹ ਫਲਾਨਿਆਂ ਦਾ ਦੋਨਾਂ ਦਾ ਸੁਭਾਅ ਬਹੁਤ ਰਾਜਾ। ਆ ਬਹੁਤ ਖੂਬਸੂਰਤ ਗੱਲ ਸੀਗੀ। ਮਨਵਲਾ ਦਾ ਵੀ ਦੋ ਕੋਈ ਵੀ ਚੀਜ਼ ਵੀ ਦੋ ਫ੍ਰਿਜਾਂ ਇੱਕੋ ਜਿਹੀਆਂ ਹੁਣ ਘਰ 'ਚ ਦੋ ਟੈਲੀਵਿਜ਼ਨ ਇੱਕੋ ਜਿਹੀਆਂ ਹੁਣ ਦੋ ਕਾਰਾਂ ਇੱਕੋ ਜਿਹੀਆਂ ਹੁਣ ਤੇ ਮਨਵਲਾ ਦਾ ਵੀ ਇੱਕੋ ਤੇ ਚੋਂ ਫालतू ਹੈ। ਤੇ ਮੈਂ ਕਿਉਂਕਿ ਆਪ ਥੋੜਾ ਘੱਟ ਬੋਲਣ ਵਾਲਾ ਸੀਗਾ ਵਿਚਰਦਾ ਘੱਟ ਸੀ ਆਂਡ ਗਵਾਂਡ ਜਾਂ ਰਿਸ਼ਤੇਦਾਰਾਂ ਦੇ ਵਿੱਚ। ਮੈਨੂੰ ਦੱਸ ਕੋਈ ਬਹੁਤ ਅੱਛਾ ਲੱਗਿਆ। ਵੀ ਇਹ ਬਹੁਤ ਜ਼ਿਆਦਾ ਬੋਲਦੀ ਹੈ, ਬ ਮਨਵਾਲਾ ਦਾ ਵੀ ਜੇ ਉਲਟ ਹੁੰਦਾ ਵੀ ਮੈਂ ਇਹੀ ਥਾਂ ਤੇ ਹਵਾਂ ਤਾਂ ਮੈਂ ਤਾਂ ਇਹਨਾਂ 10 ਮਿੰਟ ਨਾ ਰਵਾਂ ਹਾਂ ਵੀ ਜਿੰਨੇ ਇਹਨੂੰ ਗੱਲਾਂ ਦੀ ਲੋੜ ਹੁੰਦੀ ਆ ਜਿੰਨੇ ਇਹਨੇ ਮਜ਼ਾਕ ਕਰਨੇ ਹੁੰਦੇ ਮੈਂ ਤਾਂ ਰਿਸਪੌਂਡ ਹੀ ਨਹੀਂ ਕਰਦਾ ਅੱਗੋਂ ਅੱਛਾ ਵੀ ਹਾਂ ਤੇ ਵੀ ਜੇ ਮਤਲਬ ਮੇਰੇ ਮੈਨੂੰ ਕੋਈ ਐ ਕਰੇ ਅੱਗੋਂ ਰਿਸਪੌਂਡ ਨਾ ਕਰੇ ਹੂੰ ਤੇ ਵੀ ਮੈਂ ਤਾਂ ਬੁਲਾਵਾ ਹੀ ਨਾ ਉਹਨੂੰ ਹਨਾ ਵੀ ਖਸਮਾਂ ਨੂੰ ਖਾ ਤੂੰ ਇਹ ਧਾਨਾ ਮਤਲਬ ਕੋਈ ਹਾਂ ਈਵਨ ਕਿ ਮੈਂ ਮਤਲਬ ਛੇਤੀ ਖੇਜਨ ਉਹ ਵੀ ਮੈਂ ਤੁਹਾਨੂੰ ਦੱਸਦਾ ਗੱਲ ਇਹ ਵੀ ਵੈਸੇ ਮੇਰਾ ਸੁਭਾਅ ਨਹੀਂ ਇਸ ਤਰ੍ਹਾਂ ਦਾ ਹਨਾ ਪਤਾ ਨਹੀਂ ਮਾਰੇ ਤੇ ਹੱਕ ਹੀ ਇੰਨਾ ਜ਼ਿਆਦਾ ਸਮਝਣਾ ਹਾਂ ਵੀ ਇਹ ਗੱਲ ਤਾਂ ਬਹੁਤ ਮਾੜੀ ਹੈ ਇਹ ਵੀ ਇੱਕ ਬੰਦਾ ਇੰਨਾ ਹਸਮੁਖ ਹੋਵੇ ਤੁਹਾਡੇ ਹਰ ਪਲ ਖਿਆਲ ਰੱਖਦਾ ਹੋਵੇ ਹਨ ਤੁਹਾਡੇ ਮੂੰਹ ਜੋ ਮਤਲਬ ਆਵਾਜ਼ ਮਗਰੋਂ ਨਿਕਲਦੀ ਹੈ ਚੀਜ਼ ਪਹਿਲਾਂ ਹਾਜ਼ਰ ਹੈ ਤੇ ਉਸੇ ਨੂੰ ਤੁਸੀਂ ਝੜਕੋ ਬਹੁਤ ਵਾਰੀ ਸਾਡੀ ਇਸ ਗੱਲ ਤੇ ਡਿਸਕਸ਼ਨ ਵੀ ਹੋ ਚੁੱਕੀ ਹੈ ਪਰ ਉਹ ਅੰਦਰ ਖੱਤੇ ਹੁਣ ਇਹ ਕੋਈ ਐ ਤਾਂ ਹੈ ਨਹੀਂਗਾ ਵੀ ਕੋਈ ਬਹੁਤ ਵਧੀਆ ਲਾਜਿਕ ਹੈ ਜਿਹੜਾ ਮੈਂ ਦੇ ਰਿਆਂ ਜਾਂ ਮੈਂ ਇਸ ਗੱਲ ਦੀ ਆੜ ਚ ਇਹਨੂੰ ਫਿਰ ਮਤਲਬ ਝੜਕਾਂ ਮਤਲਬ ਫੀਲ ਲੱਸਦਾ ਆਪਦਾ ਵੀ ਬੇਸ਼ੱਕ ਇਹ ਮੇਰੀ ਮਾੜੀ ਆਦਤ ਹੈ ਪਰ ਮੇਰੀ ਫੀਲ ਆਉਂਦੀ ਹੈ ਵੀ ਹੁਣ ਤੈਨੂੰ ਨਾ ਕਿਹਾ ਤਾਂ ਫਿਰ ਮੈਂ ਹੋਰ ਹੁਣ ਕੀ ਨਾ ਕਰਾਂਗਾ ਹੈਨਾ ਤਾਂ ਤੈਨੂੰ ਆਉਂਦਾ ਮੇਰੀ ਜੌਬ ਉਹ ਜੀ ਐਡਮਿਨਿਸਟ੍ਰੇਟਰ ਜੌਬ ਹੈਨਾ ਉੱਥੇ ਸੌ ਤਰ੍ਹਾਂ ਦੀਆਂ ਪ੍ਰੋਬਲਮਾਂ ਸੌ ਤਰ੍ਹਾਂ ਦੀ ਫਰਸਟ੍ਰੇਸ਼ਨ ਹੁੰਦੀ ਹੈ ਤੇ ਉਰਾਂ ਜੇ ਹੁੰਦਾ ਵੀ ਹੁਣ ਮਤਲਬ ਤੇਰੇ ਕੋਲੇ ਆ ਕੇ ਰਿਲੈਕਸ ਹੋਣਾ ਹੁੰਦਾ ਵੀ ਉੱਥੇ ਤਾਂ ਡੀਜੀ ਕਰਕੇ ਤੁਰੇ ਆਈਦਾ ਹੈਨਾ ਤੇ ਬਹੁਤ ਅੱਛਾ ਦਾ ਮਤਲਬ ਮੇਰੀ ਜ਼ਿੰਦਗੀ ਚ ਆਉਣਾ ਸੁਭਾਗ ਹੀ ਹੈ ਮੇਰਾ ਇੱਕ ਨਾ ਚੁਟਕਲਾ ਜਿਹਾ ਅੱਜਕੱਲ੍ਹ ਵਾਇਰਲ ਹੋ ਰਿਹਾ ਉਹ ਕਹਿੰਦੇ ਵੀ ਕਹਿੰਦੇ ਜਿਹਦੇ ਨਾਲ ਜ਼ਿਆਦਾ ਲੜੋਂ ਉਹਦੇ ਨਾਲ ਬਹੁਤੀ ਮੁਹੱਬਤ ਹੁੰਦੀ ਹੈ ਨਾ ਬੰਦਾ ਇਹੀ ਐਕਸਕਿਊਜ਼ ਦੇ ਰਿਹਾ ਜਿਵੇਂ ਤੁਸੀਂ ਕਿਹਾ ਵੀ ਤੇਰੇ ਨਾਲ ਨਾਲ ਲੜਾਂ ਤਾਂ ਕਿਹਦੇ ਨਾਲ ਉਹ ਕਹਿੰਦਾ ਫਿਰ ਮੈਂ ਇੱਟ ਮਾਰ ਕੇ ਆਇਆ ਵੀ ਉਹਨੂੰ ਪਤਾ ਲੱਗ ਗਿਆ ਬਹੁਤ ਮੁਹੱਬਤ ਕਰਦਾ ਇਹਨਾਂ ਤੁਹਾਨੂੰ ਐ ਤਾਂ ਨਹੀਂ ਲੱਗਦਾ ਕਦੀ ਵੀ ਐਕਸਕਿਊਜ਼ ਦੇ ਦਿੰਦੇ ਨੇ ਪਰ ਅੰਦਰੋਂ ਇੰਨਾ ਨਹੀਂ ਕਰਦੇ ਲੱਗਦੀਆਂ ਨੇ ਇਹ ਚੀਜ਼ਾਂ ਤੁਹਾਨੂੰ ਨਹੀਂ ਐ ਤਾਂ ਨਹੀਂ ਲੱਗਦਾ ਹਾਂਜੀ ਕਿਉਂਕਿ ਬਨਾਵਟੀ ਨਹੀਂ ਗਏ ਇਹ ਵੀ ਜਿਹੜੀ ਵੀ ਗੱਲਾਂ ਵੀ ਮੂਤੀ ਕਹਿ ਦੇਣੀ ਹੈ ਇਹਨਾਂ ਨੇ ਤੇ ਜਦੋਂ ਤੁਹਾਡਾ ਵਿਆਹ ਹੋਇਆ ਨਾ ਤੁਸੀਂ ਇੱਕ ਘਰ ਚ ਰਹਿਣ ਲੱਗੇ ਜਿਵੇਂ ਪਾਜੀ ਨੇ ਕਿਹਾ ਮੇਰਾ ਤਾਂ ਬਿਲਕੁਲ ਹੀ ਮਜਾਜ ਵੱਖਰਾ ਸੀਗਾ ਹਨਾ ਉਦੋਂ ਐ ਤਾਂ ਨਹੀਂ ਲੱਗਿਆ ਵੀ ਮੈਂ ਗਲਤ ਫੈਸਲਾ ਕਰ ਲਿਆ ਵੀ ਇਹ ਤਾਂ ਬਿਲਕੁਲ ਘੱਟ ਹੀ ਬੋਲਦੇ ਨੇ ਜਿਵੇਂ ਉਹ ਕਹਿੰਦੇ ਤੁਸੀਂ ਤਾਂ ਹੱਸਦੇ ਹੀ ਰਹਿੰਦੇ ਹੋ 24 ਘੰਟੇ ਹਨਾ ਮੈਨੂੰ ਲੱਗਿਆ ਨਾ ਮੈਂ ਐਵੇਂ ਦੀ ਸੀਗੀ ਜਦੋਂ ਮੇਰਾ ਵਿਆਹ ਹੋਇਆ ਮੈਂ ਬਹੁਤ ਹੱਸਦੀ ਹੁੰਦੀ ਸੀਗੀ ਪਰ ਮੈਂ ਮਤਲਬ ਇਹ ਨਹੀਂ ਕਹਿੰਦੀ ਵੀ ਕਿਸੇ ਵੀ ਘਰ ਦਾ ਮਾਹੌਲ ਤੁਹਾਨੂੰ ਬਦਲ ਦੇਵੇ ਪਰ ਮੈਨੂੰ ਲੱਗਿਆ ਵੀ ਮੇਰੇ ਸਹੁਰਾ ਪਰਿਵਾਰ ਚ ਜ਼ਿਆਦਾ ਕੋਈ ਇੰਨਾ ਖੁੱਲ ਕੇ ਹੱਸਦਾ ਨਹੀਂ ਹੈ ਨਾ ਵੀ ਪਰ ਉਹ ਬਹੁਤ ਚੰਗੇ ਨੇ ਬਹੁਤ ਚੰਗਾ ਪਰਿਵਾਰ ਆ ਪਰ ਮੈਨੂੰ ਲੱਗੇ ਮੈਨੂੰ ਉਹਨਾਂ ਵਰਗੇ ਹੋ ਜਾਣਾ ਚਾਹੀਦਾ ਬਹੁਤ ਸਿਆਣੇ ਹਨਾ ਤਾਂ ਹੁਣ ਮੈਨੂੰ ਸਾਰੇ ਕਹਣਗੇ ਵੀ ਬਹੁਤ ਘੱਟ ਬੋਲਦੀਆਂ ਹੱਸਦੀ ਨਹੀਂ ਤਾਂ ਤੁਸੀਂ ਆਪਣੇ ਆਪ ਨੂੰ ਐਜ਼ ਇਟ ਇਜ਼ ਰੱਖਿਆ ਕਿ ਤੁਹਾਨੂੰ ਲੱਗੇ ਸੀ ਇਹਨਾਂ ਦੇ ਸੁਆ ਨਾਲ ਮੈਂ ਆਪਣੇ ਆਪ ਨੂੰ ਬਦਲਣਾ ਨਹੀਂ ਨਹੀਂ ਮੇਰਾ ਸੁਆ ਜਿਵੇਂ ਸੀ ਓਵੇਂ ਹੀ ਮੇਰਾ ਐਜ਼ ਇਟ ਇਜ਼ ਨਹੀਂ ਬਦਲਿਆ ਨਾ ਮੈਂ ਬਦਲੀ ਬੇਟੀ ਕਿੰਨੇ ਸਾਲ ਬਾਅਦ ਹੋਈ ਵਿਆਹ ਤੋਂ ਸਾਲ ਤੇ ਭਾਜੀ ਨੇ ਇੱਕ ਚੀਜ਼ ਲਿਖੀ ਹੋਈ ਸੀਗੀ ਵੀ ਜਦੋਂ ਪਹਿਲੀ ਬੇਟੀ ਹੋਈ ਹੈ ਨਾ ਫਿਰ ਉਸ ਤੋਂ ਬਾਅਦ ਦੂਜੀ ਬੇਟੀ ਹੋਈ ਤਾਂ ਮਤਲਬ ਇਹ ਚੀਜ਼ ਦਾ ਪ੍ਰੈਸ਼ਰ ਜਿਵੇਂ ਆਪਣੇ ਪਰਿਵਾਰਾਂ 'ਚ ਆਮ ਹੀ ਹੁੰਦਾ ਵੀ ਜੇ ਕੌਣ ਸੰਭਾਲੂਗਾ ਨੂੰ ਹੈ ਨਾ ਅੱਗੇ ਤੁਹਾਡਾ ਨਾਂ ਕੌਣ ਤੋਰੂਗਾ ਜਿਵੇਂ ਇਹ ਚੀਜ਼ ਸੀ ਤੇ ਉਹ 'ਚ ਤੁਸੀਂ ਬਿਲਕੁਲ ਐਗਰੀ ਨਹੀਂ ਸੀ ਹੈ ਨਾ ਵੀ ਆਪਾਂ ਮਤਲਬ ਕੋਈ ਤੀਜਾ ਬੱਚਾ ਦੇਖੀਏ ਜਾਂ ਫਿਰ ਬਿਲਕੁਲ ਹਾਂ ਤੇ ਤੁਹਾਡੀ ਸੋਚ ਕੀ ਸੀ ਉਸ ਵਕਤ ਨਹੀਂ ਮੇਰੀ ਵੀ ਨਹੀਂ ਸੀ ਮੈਨੂੰ ਵੀ ਸੀ ਮੈਂ ਸੈਟੀਸਫਾਈ ਸੀ ਦੋ ਬੱਚਿਆਂ ਤੇ ਪਰ ਸਾਡੇ ਮੰਮੀ ਵੀ ਮਤਲਬ ਕਿ ਉਹਨਾਂ ਦੇ ਦਿਲ 'ਚ ਸੀ ਤਮੰਨਾ ਵੀ ਮੇਰੇ ਪੋਤਾ ਹੋਵੇ ਹਾਂਜੀ ਨਾ ਵੀ ਉਹਨਾਂ ਨੂੰ ਐਂ ਲੱਗਦਾ ਹੁੰਦਾ ਸੀਗਾ ਵੀ ਉਹ ਮੇਰੀ ਫਲਾਨੀ ਦਰਾਨੀ ਦੇ ਪੋਤਾ ਐਡਾ ਹੋ ਗਿਆ ਫਲਾਨੀ ਦਾ ਸਕੂਲ ਜਾਂਦਾ ਤਾਂ ਵੀ ਫਿਰ ਮੈਂ ਵੀ ਥੋੜਾ ਜਿਹਾ ਵੀ ਉਹਨਾਂ ਦੇ ਪ੍ਰਭਾਵ ਥੱਲੇ ਆਈ ਹੂੰ ਤੇ ਇਹ ਮਤਲਬ ਕਿ ਇਹ ਪ੍ਰਭਾਵਿਤ ਨਹੀਂ ਹੁੰਦੇ ਸੀ ਤੇ ਘਰੋਂ ਦਾ ਜ਼ਵਈ ਨਹੀਂ ਹੁੰਦੇ ਹੂੰ ਪਰ ਫਿਰ ਵੀ ਇਹਨਾਂ ਨੂੰ ਵੀ ਐਂ ਲੱਗਿਆ ਹੌਲੀ-ਹੌਲੀ ਪ੍ਰਭਾਵ ਕਬੂਲਿਆ ਇਹਨਾਂ ਨੇ ਵੀ ਹਾਂ ਵੀ ਮੰਮੀ ਦੇ ਗੱਲ ਸੱਚੀ ਆ ਜਾਂ ਮੰਮੀ ਨੂੰ ਵੀ ਖੁਸ਼ੀ ਮਿਲਣੀ ਚਾਹੀਦੀ ਐ ਵੀ ਜਿਵੇਂ ਉਹ ਚਾਹੁੰਦੇ ਨੇ। ਉਹ ਜਿਵੇਂ ਉਹਨਾਂ ਨੇ ਔਖਾ ਸਮਾਂ ਪਹਿਲਾਂ ਬਹੁਤ ਦੇਖਿਆ ਕਿਉਂਕਿ ਪਾਪਾ ਹਨਾ ਡੈਥ ਹੋ ਗਈ। ਹਾਂਜੀ। ਤੇ ਵੈਸੇ ਤਾਂ ਹੁਣ ਜਿਸ ਕਿਸਮ ਦੇ ਜਿੰਨੇ ਕ ਆਰਥਿਕ ਵਸੀਲੇ ਹੈਗੇ ਆ ਕਿਸਾਨੀ ਪਰਿਵਾਰ ਆਪਣਾ ਹਨਾ ਤੇ ਉਹ ਆਹੰਦਾ ਵੀ ਇੱਕ ਬੱਚਾ ਹੀ ਪਲ ਜੇ ਬਹੁਤ ਹੁੰਦਾ। ਆਪਾਂ ਤਾਂ ਫੇਰ ਉਹ ਉਹ ਮਤਲਬ ਵੀ ਦੋ ਬੇਟੀਆਂ ਤੇ ਉਸ ਤੋਂ ਬਾਅਦ ਤੀਜਾ ਤਾਂ ਵੈਸੇ ਜਿਵੇਂ ਆਪਾਂ ਪੜ੍ਹੇ ਲਿਖੇ ਆ ਮਤਲਬ ਇਹਨੂੰ ਵੈਸੇ ਮੂਰਖਤਾ ਗਿਣਿਆ ਜਾਂਦਾ ਹੈ ਨਾ ਵੀ ਮਤਲਬ ਸਿੰਗਲ ਬੱਚੇ ਦਾ ਹੀ ਅੱਜਕੱਲ ਚੱਲੀ ਜਾਂਦਾ ਵੀ ਇੱਕ ਹੀ ਬਹੁਤ ਹੁੰਦਾ ਉਹ ਫਿਰ ਆਇਆ ਸੀਗਾ ਵੀ ਚਲੋ ਹੁਣ ਮਤਲਬ ਵੀ ਜੇ ਇਹਨਾਂ ਦੀ ਰੇਜ ਹੀ ਨਾ ਪੂਰੀ ਹੋਈ ਹੁੰਦਾ ਹੀ ਜਿਵੇਂ ਆਪਣੇ ਮਾਪੇ ਆਪਣੇ ਤੋਂ ਉਮੀਦਾਂ ਹੁੰਦੀਆਂ ਤੇ ਫਿਰ ਇਹ ਸੋਚ ਕੇ ਵੀ ਚਲੋ ਠੀਕ ਹੈ ਲੈਨੇ ਚਾਂਸ ਪਰ ਇਸ ਗੱਲੋਂ ਬਹੁਤ ਕਲੀਅਰ ਸੀ ਕਿ ਅਸੀਂ ਵੀ ਅਸੀਂ ਕੋਈ ਟੈਸਟ ਵਗੈਰਾ ਜਾਂ ਇਹੋ ਜਿਹਾ ਕੁਝ ਨਹੀਂ ਕਰਵਾਉਣਾਗਾ ਹਾਂਜੀ ਉਹ ਮਤਲਬ ਰਹਿ ਵੀ ਪੱਕਾ ਹੀ ਅਸੀਂ ਇਸ ਗੱਲ ਤੇ ਵੀ ਚਲੋ ਕਿਸਮਤ ਆਪੂ ਜੇ ਕੋ ਹੋਰ ਤੁਸੀਂ ਜਿਵੇਂ ਬੁੜੀਆਂ ਔੜ-ਪੋੜ ਕਰਦੀਆਂ ਵੀ ਉਹ ਫਲਾਣੇ ਸਾਹ ਤੁੱਤ ਵੀਤ ਕਰਾ ਲਿਆ ਤੇ ਫਲਾਣੇ ਤੋਂ ਸੇਵ ਲੈ ਆਂਦਾ ਉਹ ਕੁਛ ਤਾਂ ਕੀਤੇ ਗਾਂਆਂ ਦਾ ਦੁੱਧ ਲੈ ਕੇ ਕੋਈ ਦਵਾਈ ਖਾ ਲਈ ਪਰ ਉਹ ਮੇਰੀ ਸੀਗਾ ਵੀ ਉਧਰਲੇ ਪਾਸੇ ਨਹੀਂ ਜਾਣਾ ਆਪਣਾ ਤੀਜੀ ਕੁੜੀ ਹੋ ਜੇ ਹਾਂਜੀ ਦੋ ਪਰਮਾਤਮਾ ਦੀ ਕਿਰਪਾ ਨਾਲ ਫਿਰ ਬੇਟਾ ਜੀ ਤੁਸੀਂ ਜਿਵੇਂ ਹਨਾ ਕਿਹਾ ਵੀ ਤੁਹਾਡੀ ਕਿਤਾਬ ਚ ਵੀ ਲਿਖਿਆ ਹੋਇਆ ਵੀ ਇਹਨਾਂ ਨੂੰ ਤੁਸੀਂ ਬਹੁਤ ਮਾਣ ਦਿੰਨੇ ਹੋ ਹਨਾ ਕੀ ਤੁਹਾਨੂੰ ਲੱਗਦਾ ਵੀ ਇਹਨਾਂ ਨੇ ਕੀ ਤੁਹਾਡੇ ਚ ਤਬਦੀਲ ਕੀਤਾ ਜਾਂ ਕੀ ਇਹੋ ਜਿਹਾ ਤਰਾਸ਼ਿਆ ਕਿ ਤੁਸੀਂ ਮਤਲਬ ਇੱਕ ਤਾਂ ਹੁੰਦਾ ਵੀ ਬੰਦਾ ਕਹਿੰਦਾ ਮੈਂ ਤਾਂ ਐਵੇਂ ਦਾ ਹੀ ਆ ਮੈਂ ਐਵੇਂ ਹੀ ਰਹੂੰਗਾ ਹੈਨਾ ਵੀ ਤੂੰ ਮੈਨੂੰ ਬਦਲਣਾ ਨਹੀਂ ਪਰ ਤੁਸੀਂ ਚਾਹੇ ਇਨਡਾਇਰੈਕਟਲੀ ਚਾਹੇ ਡਾਇਰੈਕਟਲੀ ਹੈਨਾ ਥੋੜਾ ਜਿਹਾ ਤਬਦੀਲ ਹੋਏ ਤੁਸੀਂ ਇਹ ਚੀਜ਼ ਨੂੰ ਮੰਨਦੇ ਹੋ ਮਤਲਬ ਕੀ ਚੀਜ਼ ਸੀ ਜਿਹੜੀ ਇਹਨਾਂ ਨੇ ਤੁਹਾਡੇ ਚ ਤਰਾਸ਼ੀ ਵੀ ਤੁਹਾਨੂੰ ਲੱਗਿਆ ਵੀ ਇਹੀ ਕਰ ਸਕਦੇ ਸੀ ਸਿਰਫ ਰੁਪਿੰਦਰ ਜੀ ਸਾਡੇ ਕੁਛ ਵੀ ਨਹੀਂ ਮੈਨੂੰ ਹਾਲੇ ਤੱਕ ਯਾਦ ਆਉਂਦਾ ਕੋਈ ਐਂਗਲ ਜਿਹੜੀ ਵੀ ਮਤਲਬ ਮੇਰੇ ਕਰਕੇ ਇਹ ਚੇਂਜ ਹੋ ਗਈ ਹੋਵੇ ਜਾਂ ਇਹਦੇ ਕਰਕੇ ਮੈਂ ਚੇਂਜ ਹੋ ਗਿਆ ਹਾਂ ਜਦੋਂ ਤੁਸੀਂ ਐਂ ਲਾ ਲਓ ਵੀ ਜਿਵੇਂ ਦੀ ਇਹ ਸੀ ਮੈਂ ਇਹਨੂੰ ਅਸੈਪਟ ਕਰ ਲਿਆ ਜਿਵੇਂ ਦਾ ਮੈਂ ਸੀਗਾ ਇਹਨੇ ਮਤਲਬ ਵੀ ਕਬੂਲ ਕਰ ਲਿਆ ਕਦੇ ਸਾਡੇ ਚ ਇਸ ਕਿਸਮ ਦਾ ਮਤਲਬ ਦਵੇਸ਼ ਜਾਂ ਦਵੰਦ ਖੜਾ ਨਹੀਂ ਹੋਇਆ ਹਾਂ ਉਹ ਮਤਲਬ ਅਵਚੇਤਨ ਤੌਰ ਤੇ ਜ਼ਰੂਰ ਹੈ ਕੁਛ ਆ ਦਿੱਤਾ ਮਤਲਬ ਹੋ ਸਕਦਾ ਵੀ ਮੈਂ ਵੀ ਆਪਦੀਆਂ ਚੇਂਜ ਕੀਤੀਆਂ ਹੁਣ ਪਰ ਜਾਣ ਬੁੱਝ ਕੇ ਜਾਂ ਡੈਲੀਬਰੇਟਲੀ ਜਾਂ ਮਿੱਥ ਕੇ ਜਾਂ ਪਲਾਨ ਕਰਕੇ ਵੀ ਤੁਹਾਡੀ ਆਤ ਮਾੜੀ ਆ ਤੁਸੀਂ ਇਹਨੂੰ ਐਂ ਬਦਲੋ ਨੁਕੀਆਂ ਮੋਟੀਆਂ ਗੱਲਾਂ ਤਾਂ ਚਲੋ ਹੁੰਦੀਆਂ ਰਹਿੰਦੀਆਂ ਘਰਾਂ 'ਚ ਆਪਾਂ ਕਰਦੇ ਵੀ ਆਂ ਪਰ ਕੋਈ ਮੇਜਰ ਇਹੋ ਜੀ ਗੱਲ ਕੋਈ ਹੈ ਨਹੀਂਗੀ ਵੀ ਬੜਾ ਸੁਖਦਜਾ ਰਿਸ਼ਤਾ ਹੈ ਇੱਕ ਦੂਜੇ ਨੂੰ ਸੰਪੂਰਨ ਆਜ਼ਾਦੀ ਵਾਲੀ ਗੱਲ ਨਹੀਂ ਹੁੰਦੀ ਜਦੋਂ ਕਿ ਜੇ ਕੋਈ ਮਾੜੀਆਂ ਆ ਦਿੱਤਾ ਤਾਂ ਮੇਰੇ 'ਚ ਹੀ ਅਗਲੇ 'ਚ ਇੱਕ ਨਹੀਂ ਕਾਫੀ ਨੇ ਹਾਂ ਤੇ ਪਰ ਇਹਨੇ ਕਦੇ ਨਹੀਂ ਮਤਲਬ ਵੀ ਉਹ ਡਿਸਕਸ਼ਨ ਵੀ ਹੁੰਦੀ ਆ ਸਾਡੀ ਪਰ ਇਹਨੇ ਆ ਨਹੀਂ ਕਦੇ ਕਿਹਾ ਵੀ ਆਹ ਥੋੜੀ ਵੀ ਇਹਨੂੰ ਬੰਦ ਕਰ ਦਿਓ ਮਤਲਬ ਉਂਝ ਗੱਲ ਹੋ ਜਾਂਦੀ ਆ ਵੀ ਜਿਵੇਂ ਮੈਂ ਤੁਹਾਨੂੰ ਸੁਭਾਵਕ ਕਹਦਾ ਵੀ ਰਵਿੰਦਰ ਮੈਨੂੰ ਤੁਹਾਡੀ ਆਹ ਗੱਲ ਚੰਗੀ ਨਹੀਂ ਲੱਗੀ ਫਰਮਾ ਤੁਹਾਨੂੰ ਇਹ ਕਦੇ ਨਾ ਕਹਾਂ ਕਿ ਰੁਪਿੰਦਰ ਮੈਨੂੰ ਇਹ ਚੰਗੀ ਨਹੀਂ ਲੱਗਦੀ ਤਾਂ ਇਹਨੂੰ ਤੁਸੀਂ ਬਦਲ ਲਓ ਐ ਨਹੀਂ ਇਹਨੇ ਕਦੇ ਕਿਹਾ ਪਰ ਉਸ ਸਾਹਨੇ ਦੇ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਵੀ ਜਦੋਂ ਪਤਾ ਆਪਾਂ ਨੂੰ ਮਤਲਬ ਜਿਹੜਾ ਆਪਣਾ ਆਪਣੀ ਮੁਹੱਬਤ ਆਪਾਂ ਨੂੰ ਇੰਨਾ ਸਨੇਹ ਕਰਦਾ ਜਿਹੜਾ ਬੰਦਾ ਜੇ ਉਹਨੂੰ ਇਹ ਚੰਗੀ ਨਹੀਂ ਲੱਗਦੀ ਗੱਲ ਤਾਂ ਕੋਸ਼ਿਸ਼ ਕਰੋ ਕਿ ਉਹਨੂੰ ਬਦਲਿਆ ਜਾਵੇ ਪਰ ਇਹਨੇ ਕਦੇ ਆ ਰੋਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿਸੇ ਗੱਲ ਤੋਂ ਵੀ ਜਦੋਂ ਕਿ ਮੈਂ ਚਾਹਣਾ ਹੁੰਦਾ ਉਹ ਉਹ ਜਿਹੜੀ ਕੋ ਆਪਣੀ ਹੈਬਿਟ ਹੈ ਹਨਾ ਮਤਲਬ ਉਹਦੇ ਤੋਂ ਮੈਂ ਆਪ ਖੁਦ ਪਰੇਸ਼ਾਨ ਮੈਨੂੰ ਐ ਹੁੰਦਾ ਸਕੋ ਜੇ ਮਤਲਬ ਜ਼ੋਰ ਨਾਲ ਮੈਨੂੰ ਰੋਕੇ ਤਾਂ ਮਤਲ ਉਹਦਾ ਸੁਭਾਅ ਨਹੀਂ ਹੈ ਕਿਸੇ ਵੀ ਰਿਸ਼ਤੇ 'ਚ ਨਹੀਂ ਮਤਲਬ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇਹ ਨਹੀਂ ਹੈ ਨੀ ਕੋਈ ਕੋਈ ਵੀ ਪ੍ਰੈਸ਼ਰ ਪਾਉਣਾ ਕਿਸੇ ਤੇ ਜਾਂ ਕੋਈ ਇਸ ਤਰ੍ਹਾਂ ਦਾ ਸੁਭਾਅ ਇਹਨਾਂ ਨੂੰ ਜਿਵੇਂ ਸ਼ੌਂਕ ਆ ਬਹੁਤ ਜ਼ਿਆਦਾ ਘੁੰਮਣ ਫਿਰੰਦਾ ਹੈ ਨਾ ਦੋਸਤਾਂ ਨਾਲ ਵੀ ਬਹੁਤ ਸਰਕਲ ਹੈ ਇਹਨਾਂ ਦਾ ਵੀ ਜੇ ਕੋਈ ਕਰੇ ਆ ਜਾਵੇ ਤਾਂ ਇਹ ਜਵਾਬ ਨਹੀਂ ਦੇ ਸਕਦੇ ਤੁਹਾਨੂੰ ਇਸ ਚੀਜ਼ ਦੀ ਤੰਗੀ ਲੱਗਦੀ ਹੈ ਤੁਸੀਂ ਹੁਣ ਜਿਵੇਂ ਜੌਬ ਵੀ ਕਰਦੇ ਹੋ ਵੀ ਨਹੀਂ ਅੰਨੀਆਂ ਜ਼ਿੰਮੇਵਾਰੀਆਂ ਤੁਸੀਂ ਘਰੋਂ ਵੀ ਤੁਰੇ ਰਹਿੰਦੇ ਹੋ ਹਨਾ ਆਪਾਂ ਮੈਂ ਵੀ ਕਈ ਵਾਰੀ ਅੱਕ ਜਾਂਦੀ ਨੂੰ ਨਹੀਂ ਇਕੱਲੇ ਨਹੀਂ ਸੰਭਾਲ ਸਕਦੇ ਤੁਸੀਂ ਹਨਾ ਤੇ ਤੁਹਾਡਾ ਹੋਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਤੰਗੀ ਲੱਗਦੀ ਇਸ ਚੀਜ਼ ਨਾਲ ਨਹੀਂ ਆ ਵੀ ਮਤਲਬ ਕਿ ਪਹਿਲਾਂ ਤੁਸੀਂ ਇੰਨਾ ਆਉਦੇ ਜਾਂਦੇ ਨਹੀਂ ਤਾਂ ਫਿਰ ਮੈਨੂੰ ਐ ਲੱਗਦਾ ਐ ਲੱਗਦਾ ਹੀ ਨਹੀਂਗਾ ਕੋਈ ਨਵੀਂ ਚੀਜ਼ ਹੈ ਇਹ ਇੰਨਾ ਵਿੱਚ ਇਹ ਜਾਂ ਹੁਣ ਇਹ ਨਵਾਂ ਕੋਈ ਰੁਟੀਨ ਬਣ ਗਿਆ ਇਹਨਾਂ ਦਾ ਪਹਿਲਾਂ ਤਾਂ ਇਹੋ ਦੀ ਰੁਟੀਨ ਹੈ ਇਹਨਾਂ ਦਾ ਤੇ ਫਿਰ ਉਹ ਹੈਬਿਟ ਬਣੀ ਹੋਈ ਹੈ ਤੁਸੀਂ ਸਾਮਾਨੇ ਮੰਗਦੇ ਵੀ ਨਹੀਂ ਜਿਹੜਾ ਬਾਹਰ ਲੋਕਾਂ ਨੂੰ ਸਾਮਾਨ ਦਿੱਤਾ ਜਾਂਦਾ ਹੈ ਘਰ ਚ ਦਓ ਬੱਚੇ ਉਹ ਪਹਿਲਾਂ ਲੱਗਦਾ ਹੁੰਦਾ ਸੀ ਹੁਣ ਅੱਗੇ ਨਾਲੋਂ ਇਹਨਾਂ ਦਾ ਵੀ ਫਰਕ ਪੈ ਗਿਆ ਥੋੜਾ ਜਿਹਾ ਤੇ ਇੱਕ ਥੋੜਾ ਜਿਹਾ ਮੈਂ ਬੱਚੇ ਵੱਡੇ ਹੋ ਗਏ ਮੈਂ ਬਾਲੀ ਬੀਜ਼ੀ ਹੋ ਗਈ ਬੱਚਿਆਂ ਨਾਲ ਹੁਣ ਨਹੀਂ ਲੱਗਦਾਗਾ ਤੁਸੀਂ ਪਰ ਡਰਿੰਕ ਕਰਦੇ ਹੋ ਹਾਂ ਇਹਨਾਂ ਨੂੰ ਓਬਜੈਕਸ਼ਨ ਹੈ ਇਸ ਚੀਜ਼ ਤੋਂ ਨਹੀਂ ਕੋਈ ਜ਼ਾਹਰਾ ਤੌਰ ਤੇ ਤਾਂ ਨਹੀਂ ਕਦੇ ਪਰ ਇਹ ਤਾਂ ਵੈਸੇ ਹਰੇਕ ਪਤਨੀ ਨੂੰ ਹੀ ਹੁੰਦਾ ਹਰੇਕ ਬੀਵੀ ਨੂੰ ਹੀ ਹੁੰਦਾ ਵੀ ਉਹ ਮਤਲਬ ਪਰ ਇਹਨੇ ਵੀ ਨਾ ਬਿਲਕੁਲ ਨਾ ਪੀਓ ਇਹ ਤਾਂ ਕਦੇ ਨਹੀਂ ਰਹਿਣਾ ਹਾਂ ਮਤਲਬ ਇਹ ਹੁੰਦਾ ਵੀ ਕੋਈ ਵਿਆਹ ਸ਼ਾਦੀ ਬਾਹਰ ਅੰਦਰ ਕੇ ਵੀ ਮੇਰੇ ਪੀਣ ਤੋਂ ਸਮੱਸਿਆ ਨੂੰ ਕੋਈ ਸ਼ਰਾਬ ਤੋਂ ਨਹੀਂ ਹੈ ਉਹ ਇਹ ਵੀ ਕਿ ਮੇਰੀ ਸਿਹਤ ਇਹਦੇ ਨਾਲ ਜੇ ਮਤਲਬ ਖਰਾਬ ਹੁੰਦੀ ਹੈ ਤਾਂ ਫਿਰ ਇਹਨੂੰ ਐ ਹੁੰਦਾ ਵੀ ਮਤਲਬ ਉੱਤੇ ਜੇ ਤੁਸੀਂ ਇੰਨੀ ਜ਼ਿਆਦਾ ਵਿਆਹ ਚ ਪੀ ਲਈ ਜਾਂ ਅਗਲੇ ਦਿਨ ਮਤਲਬ ਫਰੈਸ਼ ਨਹੀਂ ਉੱਠੇ ਹਨ ਜਾਂ ਤੁਹਾਡੇ ਚਿਹਰੇ ਤੋਂ ਪਤਾ ਲੱਗ ਰਿਹਾ ਕਿ ਰਾਤ ਡਰਿੰਕ ਵੱਧ ਹੋ ਗਈ ਤਾਂ ਇਹਦਾ ਮਤਲਬ ਸਿਹਤ ਤੇ ਅਸਰ ਕਰੂਗੀ ਉਹੋ ਜੇ ਨੁਕਤੇ ਨੂੰ ਲੈ ਕੇ ਹੁੰਦਾ ਅਦਰਵਾਈਜ਼ ਮਤਲਬ ਡਰਿੰਕ ਕਰਕੇ ਮੈਂ ਵੀ ਕਦੇ ਐ ਨਹੀਂ ਹੋਇਆ ਵੀ ਕਦੇ ਕਿਸੇ ਨੂੰ ਕੋ ਮਾੜਾ ਚੰਗਾ ਬੋਲਿਆ ਹੋਵੇ ਜਾਂ ਕਦੇ ਕੋ ਰਾਹ ਖੜੇ ਕੋਈ ਉਹੋ ਜੀ ਗੱਲ ਹੋਈ ਹੋਵੇ ਪਰ ਉਹ ਹੈਲਥ ਇਸ਼ੂਜ਼ ਜਦੋਂ ਆ ਜਾਂਦੇ ਆ ਫਿਰ ਇਹਨੂੰ ਲੱਗਦਾ ਹੁੰਦਾ ਇਕਨੋਮਿਕਲੀ ਵੀ ਨਹੀਂ ਸੋਚਦੀ ਹੈ ਵੀ ਇੱਥੇ ਪੈਸਾ ਖਰਚ ਹੁੰਦਾ ਉਹ ਵੀ ਨਹੀਂ ਹਾਂ ਐਨੇ ਠੰਡੇ ਸਵਾਦੀ ਕੁੜੀ ਤੁਸੀਂ ਕਿੱਥੋਂ ਲੱਭ ਕੇ ਲਿਆਏ ਹੋ ਮੈਂ ਤਾਂ ਅੱਗੇ ਗੱਲ ਕਰਦਾ ਹੁਣ ਮੈਂ ਕਿਹਾ ਪ੍ਰਮਾਤਮਾ ਨਾ ਸਾਰੀਆਂ ਚੀਜ਼ਾਂ ਨੂੰ ਬੈਲੈਂਸ 'ਚ ਹੀ ਰੱਖਦਾ ਆਪਾਂ ਕਾਹਲੇ ਪੈ ਜਾਂਦੇ ਆ ਹਾਂ ਵੇ ਇਸ ਪਰੇ ਕੋਲੇ ਆ ਨਹੀਂ ਮਿਲਿਆ ਮੈਨੂੰ ਐ ਨਹੀਂ ਹੋਇਆ ਉਹ ਫਲਾਨੇ ਦਾ ਤਾਂ ਐ ਹੋਈ ਜਾਂਦਾ ਮਤਲਬ ਜਿਵੇਂ ਜੇ ਮੈਂ ਦੇਖਿਆ ਜਾਂ ਜ਼ਿੰਦਗੀ ਦਾ ਮੇਰਾ ਤਜਰਬਾ ਮੈਨੂੰ ਆ ਲੱਗਦਾ ਹੁੰਦਾ ਵੀ ਜੇ ਤੁਹਾਡੀ ਨੀਤ ਜੀ ਸਿੱਧੀ ਹੈ ਨਾ ਜੇ ਤੁਸੀਂ ਕਿਸੇ ਦਾ ਚੰਗਾ ਬੇਸ਼ੱਕ ਨਾ ਕਰੋ ਜੇ ਤੁਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਕਦੇ ਤਾਂ ਤੁਹਾਡਾ ਕੰਮ ਨਹੀਂ ਗੁਰਕਦਾ ਜ਼ਿੰਦਗੀ ਦੇ ਵਿੱਚ ਠੀਕ ਹੈ ਮਾੜੇ ਮੋٹے ਹਾਰਡਲ ਆਉਂਦੇ ਰਹਿੰਦੇ ਆ ਜਾਂ ਕੋਈ ਦੇਰ ਸਵੇਰ ਛੋਟੀ ਮੋਟੀ ਹੋ ਸਕਦੀ ਹੈ ਤਾਂ ਮੈਨੂੰ ਵੀ ਆ ਲੱਗਦਾ ਹੁੰਦਾ ਕਿ ਬਿਜ ਬਾਕੀ ਜਿੱਦਾਂ ਇੱਕ ਜ਼ਿੰਦਗੀ 'ਚ ਕੋਈ ਕਸ਼ਟ ਦੇਖੇ ਦੁੱਖ ਦੇਖੇ ਤਾਂ ਉਹ ਰੱਬ ਨੇ ਫਿਰ ਸਾਰੇ ਲੰਬੇ-ਲੁੰਬੇ ਲਾ ਕੇ ਤੇ ਵੀ ਇਹਨੂੰ ਭੇਜਤਾ ਵੀ ਆ ਚੱਕ ਤੇਰੇ ਲੰਬੇ ਲਾਏ ਔਰ ਇਸ ਲਈ ਤਰਪੰਦਰ ਇੱਕ ਤਾਂ ਹੁੰਦੀ ਹੈ ਨਾ ਇੰਟਰਵਿਊ ਚੱਲ ਰਹੀ ਹੈ ਤਾਂ ਚਲੋ ਆਪਾਂ ਇਹ ਗੱਲ ਕਹਿ ਦਿਓ ਹਨ ਵੀ ਪਤਨੀ ਕੋਲੇ ਬੈਠੀ ਆ ਜਾਂ ਮਤਲਬ ਲੋਕਾਂ ਨੇ ਦੇਖਣੀ ਹੈ ਜੇ ਐ ਨਹੀਂ ਹੈਗੀ ਗੱਲ ਇਹ ਮਰੇ ਟੱਡ ਦੀ ਗੱਲ ਹੈ ਮਤਲਬ ਮੇਰੇ ਦਿਲ ਦੀ ਗੱਲ ਹੈ ਇਹ ਗੱਲ ਮੈਂ ਇਹਦੇ ਸਾਹਮਣੇ ਵੀ ਨਹੀਂ ਸ਼ਾਇਦ ਕਦੇ ਐਕਸਪ੍ਰੈਸ ਕੀਤੀ ਹੋਣੀ ਵੀ ਮੈਂ ਤੈਨੂੰ ਇੰਨਾ ਚਾਹਣਾ ਜਾਂ ਮਰੇ ਹੁਣ ਯਾਦ ਆ ਗਈ ਗੱਲ ਆਪਾਂ ਫੋਨ ਤੇ ਗੱਲ ਕਰ ਰਹੇ ਸੀ ਤੂੰ ਸਮਝ ਸਕਦੀ ਐ ਇਹਦੇ ਨਾਲੋਂ ਵੱਧ ਤੂੰ ਸਮਝ ਸਕਦੀ ਐ ਬਿਲਕੁਲ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਦੀ ਸੀ ਅਗਲੀ ਗੱਲ 'ਚ ਮੈਂ ਕਿਹਾ ਵੀ ਇਹ ਮੇਰੇ ਨਾਲ ਫੋਨ ਤੇ ਗੱਲ ਕਰ ਰਹੇ ਸੀ ਤੁਹਾਡੇ ਬਾਰੇ ਤੇ ਉਹ ਰੋ ਪਏ ਸੀ ਹਨਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੈਂ ਵੀਰ ਜੀ ਪਹਿਲਾ ਬੰਦਾ ਐ ਜਿਹੜਾ ਮਤਲਬ ਸੁਣਿਆ ਕਿ ਹਾਂ ਉਹ ਆਪਣੀ ਪਤਨੀ ਬਾਰੇ ਗੱਲ ਕਰ ਰਿਹਾ ਤੇ ਉਹ ਇਮੋਸ਼ਨਲ ਹੋ ਗਿਆ ਹਨਾ ਤੇ ਜਿਵੇਂ ਉਹਨਾਂ ਨੇ ਕਿਹਾ ਅੱਜ ਹੀ ਉਹਨਾਂ ਨੇ ਐਕਸਪ੍ਰੈਸ ਕੀਤਾ ਤੁਹਾਨੂੰ ਇਹ ਸੱਚੀ ਗੱਲ ਆ ਕਿ ਉਹ ਤੁਹਾਨੂੰ ਬਹੁਤ ਜ਼ਿਆਦਾ ਮੁਹੱਬਤ ਕਰਦੇ ਨੇ ਹਨਾ ਤੇ ਨਾਰਮਲ ਜ਼ਿੰਦਗੀ ਚੱਲਦੀ ਹੁੰਦੀ ਆ ਜਦੋਂ ਆਪਣਾ ਵਿਆਹ ਹੁੰਦਾ ਨਾ ਕੋਈ ਛੋਟੀ ਮੋਟੀਆਂ ਚੀਜ਼ਾਂ ਜਿਵੇਂ ਆਪਾਂ ਕਹਿੰਦੇ ਵੀ ਨਾਰਮਲ ਲੜਾਈਆਂ ਹੋ ਗਈਆਂ ਸ਼ਿਕਵੇ ਸ਼ਿਕਾਇਤਾਂ ਹੋ ਗਏ ਫਿਰ ਆਪਾਂ ਇਕੱਠੇ ਹੋ ਜਾਂਦੇ ਆ ਪਰ ਐਵੇਂ ਜ਼ਿੰਦਗੀ ਦਾ ਕੋਈ ਪੁਆਇੰਟ ਆਇਆ ਵੀ ਜਿੱਥੇ ਲੱਗਿਆ ਵੀ ਨਹੀਂ ਸਾਨੂੰ ਹੁਣ ਹਜੇ ਬਹੁਤ ਸਾਥ ਦੀ ਜ਼ਰੂਰਤ ਸੀਗੀ ਤੇ ਇੱਕ ਦੂਜੇ ਨੂੰ ਕਿਤੇ ਦੂਰ ਮਹਿਸੂਸ ਕੀਤਾ ਹੋਵੇ ਜਿਵੇਂ ਤੁਹਾਨੂੰ ਇੱਕ ਫਿਜ਼ੀਕਲ ਪ੍ਰੋਬਲਮ ਜਦੋਂ ਆਈ ਹੈ ਨਾ ਤਾਂ ਉਹ ਵੇਲਾ ਕਿਵੇਂ ਦਾ ਸੀਗਾ ਤੁਹਾਡਾ ਬਹੁਤ ਪਹਿਲਾਂ ਤਾਂ ਹੀ ਸੀਗਾ ਨਾ ਵੀ ਐ ਲੱਗਦਾ ਸੀਗਾ ਵੀ ਹੁਣ ਤਾਂ ਜ਼ਿੰਦਗੀ ਇੱਥੇ ਖਤਮ ਹੋ ਜੂਗੀ। ਨਾ ਵੀ ਸਰਵਾਈਵ ਕਰਨਾ ਔਖਾ ਹੈ। ਤੇ ਪਰ ਫਿਰ ਵੀ ਐ ਸੀਗਾ ਵੀ ਸਾਡਾ ਇੱਕ ਦੂਜੇ ਦਾ ਸਾਥ ਸੀ। ਤੇ ਹਜੇ ਹੋਰ ਲਿਖਿਆ ਸੀ ਤੇ ਫਿਰ ਵੀ ਬਿਮਾਰੀ ਕੱਟੀ ਗਈ ਤਾਂ ਮੈਂ ਠੀਕ ਹੋ ਗਈ। ਅੱਛਾ। ਕਿੰਨੇ ਸਾਲ ਪਹਿਲਾਂ ਤੁਹਾਨੂੰ ਹੋਇਆ ਸੀ ਕੈਂਸਰ ਡਾਇਗਨੋਸ? ਮੈਨੂੰ 2012 ਚ ਹੋ ਗਿਆ ਸੀਗਾ ਵੀ ਮਤਲਬ ਕਿ ਡਾਇਗਨੋਸ ਵੀ ਮੈਂ ਸੀਗਾ ਵੀ ਮਤਲਬ ਕਿ ਹੈਗਾ ਹੈ ਨਾ ਪਰ ਨਾ ਮਤਲਬ ਕਿ ਜਿਵੇਂ ਐ ਨਹੀਂ ਹੁੰਦਾ ਵੀ ਹੋਰ ਕਿਸੇ ਡਾਕਟਰ ਤੋਂ ਡਾਇਗਨੋਸ ਨਹੀਂ ਹੋ ਰਿਹਾ ਸੀਗਾ ਪਰ ਮੈਨੂੰ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਸੀ ਤੇ ਫਿਰ 13 ਵਿੱਚ ਵੀ ਮਤਲਬ ਕਿ ਡਾਇਗਨੋਸ ਹੋ ਗਿਆ ਤੇ ਮੇਰੀ ਸਰਜਰੀ ਵੀ ਹੋ ਗਈ ਤੇ ਜਦੋਂ ਸਰਜਰੀ ਹੋਈ ਤਾਂ ਉਹਨਾਂ ਨੇ ਕਿਹਾ ਸੀ ਕਿ 1 ਸਾਲ ਤੋਂ ਗ੍ਰੋਥ ਕਰ ਰਿਹਾ ਸੀ ਤੁਹਾਡੀ ਬਾਡੀ ਚ ਤੇ ਫਿਰ ਕੀਮੋਥੈਰੇਪੀ ਤੇ ਰੇਡੀਸ਼ਨ ਵਗੈਰਾ ਤਾਂ ਹਾਂਜੀ ਤੇ ਤੁਸੀਂ ਮਤਲਬ ਤੁਹਾਡੇ ਤੇ ਕਿਵੇਂ ਦਾ ਸੀ ਉਹ ਟਾਈਮ ਮੈਂ ਤਾਂ ਰੁਪਿੰਦਰ ਵੀ ਵੈਸੇ ਹੀ ਕਮਜ਼ੋਰ ਦਿਲ ਇਨਸਾਨ ਆ ਰਿਸ਼ਤਿਆਂ ਦੇ ਮਾਮਲੇ 'ਚ ਉਲਟ ਸੀ ਗੱਲ ਸਾਰੀ ਉਹ ਸਾਰਾ ਜਿਹੜਾ ਐਪੀਸੋਡ ਸੀਗਾ ਵੀ ਡੋਲਣਾ ਤਾਂ ਇਹਨੂੰ ਚਾਹੀਦਾ ਸੀ ਜਿਹਦੀ ਜਾਨ ਤੇ ਬਣੀ ਹੋਈ ਹੈ ਇੱਕ ਪ੍ਰੋਬਲਮ ਇਹ ਹੋਈ ਵੀ ਜਦੋਂ ਬੜੀ-ਬੁਢੀ ਪ੍ਰੋਬਲਮ ਆਉਣੀ ਸ਼ੁਰੂ ਹੋਈ ਨਾ ਤੇ ਮਤਲਬ ਡਾਕਟਰ ਦੇ ਗਏ ਟੈਸਟ ਕਰਵਾਇਆ ਉਹ ਟੈਸਟ 'ਚ ਆ ਗਿਆ ਕਿ ਪੋਜ਼ਿਟਿਵ ਹੈ ਇਹਨੂੰ ਕੈਂਸਰ ਹੈ ਪਰ ਪਤਾ ਨਹੀਂ ਕਿਉਂ ਡਾਕਟਰ ਨੇ ਮਤਲਬ ਉਹ ਤੋਂ ਸਹੀ ਤਰ੍ਹਾਂ ਰੀਡ ਨਹੀਂ ਕੀਤਾ ਉਹਨੇ ਰਿਪੋਰਟ ਨੂੰ ਜਾਂ ਕਿ ਉਹਨੇ ਉਹਨੇ ਹਾਂ ਉਹਨੇ ਗੱਲ ਕਹਦੇ ਵੀ ਨਹੀਂ ਹੈ ਨਹੀਂ ਕੈਂਸਰ ਤੁਹਾਨੂੰ ਵੀ ਉਹ ਬੇਟਾ ਦੁੱਧ ਪਿੰਦਾ ਸੀ ਉਦੋਂ ਕੋਈ ਸਾਲ 8 ਕਿੰਨੇ ਦਾ ਸੀਗਾ ਤੇ ਇਸ ਕਰਕੇ ਉਹ ਗਲਤੀ ਸੀ ਮਤਲਬ ਛਾਤੀ ਚ ਤੇ ਉਹਦੇ ਕਰਕੇ ਹੋ ਗਈ ਹੁਣੀਆਂ ਤੇ ਉਹਨੇ ਕੋਈ ਮਤਲਬ ਲਿਖਤਾ ਟੈਬਲੇਟ ਜਿਹਾ ਵੀ ਆ ਲੈਣੀਆਂ ਤਾਂ ਲੈ ਲਓ ਨਹੀਂ ਤਾਂ ਆਪੇ ਹੀ ਖੁਰਖਰ ਜਾਂਦੀ ਹੁੰਦੀ ਹੈ ਤੇ ਉਹ ਅਸੀਂ ਬੇਫਿਕਰੇ ਹੋਗੇ ਉਹ ਤਾਂ ਇਸ ਗੱਲ ਤੋਂ ਲੈ ਲਓ ਵੀ 7-8 ਮਹੀਨੇ ਹੋਰ ਟੱਪ ਗਏ ਤੇ ਫੇਰ ਮਤਲਬ ਉਹ ਦੁਬਾਰਾ ਜਦੋਂ ਕੋਈ ਟੈਸਟ ਕਰਵਾਇਆ ਉਹ ਕਹਿੰਦੇ ਵੀ ਇਹ ਤਾਂ ਬੜੇ ਦੇਰ ਦੀ ਸੀਗਾ ਵੀ ਉਹ ਰਿਪੋਰਟ ਚ ਨਿਲ ਆ ਪਹਿਲਾਂ ਵਾਲੀ ਚ ਉਹ ਕਹਿੰਦੇ ਲਿਆਓ ਜਦੋਂ ਦੇਖਿਆ ਉਹ ਕਹਿੰਦੇ ਸਾਫ ਦੇਸੀ ਜਾਂਦਾ ਪਤਾ ਨਹੀਂ ਕਿਵੇਂ ਹੁਣ ਰੱਬ ਜਾਣੇ ਉਹ ਕੋਈ ਡਾਇਰੈਕਟਰ ਕਿਹੜਾ ਕੋਈ ਦੁਸ਼ਮਣ ਸੀ ਉਹ ਗੋਲਮ ਲਾ ਕੇ ਵੀ ਜਦੋਂ ਦੁਬਾਰਾ ਫਿਰੇ ਸਾਰਾ ਐਪੀਸੋਡ ਹੋਇਆ ਉਦੋਂ ਤਾਂ ਉਹ ਡਾਕਟਰ ਵੀ ਕੇ ਸ਼ਰ ਦਾ ਤੁਹਾਡੇ ਪਟਿਆਲੇ ਦੀ 90 ਤੋਂ ਮੈਨੂੰ ਹਲੇ ਤੱਕ ਕੋਈ ਸ਼ਬਦ ਨਹੀਂ ਭੁੱਲਦੇ ਉਹ ਕਹਿੰਦੇ ਵੀ ਤਿੰਨ ਸਟੇਜਾਂ ਹੁੰਦੀਆਂ ਇਹਦੀਆਂ ਫਸਟ ਸੈਕੰਡ ਥਰਡ ਉਸ ਤੋਂ ਬਾਅਦ ਮਤਲਬ ਚੌਥੀ ਕਹ ਲੋ ਪੰਜਵੀਂ ਕਹ ਲੋ ਸੱਤਵੀਂ ਕਹ ਲੋ ਵੀ ਉਹ ਜਿਹੜੀ ਸਰੇ ਵਾਲੀ ਹੋਈ ਆ ਮਤਲਬ ਲਾਜ਼ਮਾ ਕਰ ਲੈਣਾ ਸ਼ੁਰੂ ਪਰ ਚਾਂਸ ਕੋਈ ਨਹੀਂ ਹੈਗੇ ਹਾਂਜੀ ਤੇ ਦੇਰੋਂ ਪਰਮਾਤਮਾ ਨੇ ਹਾਂ ਬਹੁਤ ਜ਼ਿਆਦਾ ਸਪਰੈਡ ਮਤਲਬ ਹੋ ਗਿਆ ਸੀਗਾ ਪਰ ਇਹਦੀ ਜਿਹੜੀ ਆਪਦੀ ਬਿਲ ਪਾਵਰ ਸੀ ਨਾ ਮੈਂ ਉਹਨੂੰ ਗੱਲ ਛੇੜਨੀ ਨਹੀਂ ਚਾਹੁੰਦਾ ਮੈਂ ਭਾਵੁਕ ਹੋ ਜਾਣਾ ਮੈਂ ਤਾਂ ਉਹ ਗੱਲਾਂ ਚ ਨਹੀਂ ਡੂੰਗੀਆਂ ਚ ਪੈਂਦਾ ਜਿਸ ਦਿਨ ਇਹਦੀ ਸਰਜਰੀ ਹੋਣੀ ਸੀ ਅਸੀਂ ਯੂਨੀਵਰਸਿਟੀ ਚ ਆਪਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਿਸੇ ਦੋਸਤ ਕੋਲੇ ਠਹਿਰੇ ਹੋਏ ਸੀ ਉੱਥੋਂ ਸਵੇਰੇ ਜਾ ਰਹੇ ਆ ਆਪਰੇਟ ਕਰਾਉਣ ਉਦੋਂ ਪਹਿਲਾਂ ਇਹਦੇ ਇੱਕ ਕੀਮੋ ਲੱਗ ਚੁੱਕੀ ਐ ਵਾਲ ਝੜ ਚੁੱਕੇ ਅੱਧੇ ਤੇ ਹਸਪਤਾਲ ਨੂੰ ਜਾ ਰਹੇ ਹਾਂ ਤੇ ਮਤਲਬ ਕਿ ਨਹੀਂ ਮੈਂ ਪਤ ਨਹੀਂ ਗੋਲਕ ਕੀ ਕਹਿਆ ਸੀ ਕੀ ਕਹਣਾ ਨਹੀਂ ਰਾਤ ਨੂੰ ਕਿਉਂਕਿ ਉਹਨਾਂ ਨੇ ਇਹ ਨਾ ਸਾਨੂੰ ਕਿਹਾ ਵੀ 10 ਵਜੇ ਤੋਂ ਬਾਅਦ ਨੀਂਦ ਨੂੰ ਕੁਝ ਖਾਉਣਾਗਾ ਤੇ ਉਦੋਂ ਪਹਿਲਾਂ ਜਿੰਨਾ ਮਰਜ਼ੀ ਖਾ ਲੋ ਹਨਾ ਤੇ ਅਸੀਂ ਮੇਰਾ ਆਪਰੇਸ਼ਨ ਹੋਇਆ ਸੀਗਾ 16 ਅਗਸਤ ਨੂੰ ਹਾਂਜੀ ਤੇ 15 ਅਗਸਤ ਨੂੰ ਅਸੀਂ ਇੱਥੋਂ ਗਏ ਸੀ ਕਿਉਂਕਿ ਕਈ ਟੈਸਟ ਵੈਸੇ ਤਾਂ ਕਰਵਾ ਕੇ ਲੈ ਕੇ ਗਏ ਸੀ ਉਹਨਾਂ ਨੇ ਕਿਹਾ ਸੀ ਕਰਵਾ ਲਿਆ ਹੋ ਜੇ ਆਉਦੇ ਸਰੋ ਤੇ ਵੀ ਕੋਈ ਸੈਂਸ ਸੀਗਾ ਵੀ ਉੱਥੇ ਪਹੁੰਚ ਕੇ ਹੋਣੀ ਸੀਗੀ ਹਨਾ ਤੇ ਰਸਤੇ ਵਿੱਚ ਨਾ ਵੀ ਮੈਨੂੰ ਪਤਾ ਸੀ ਵੀ ਇੱਕ ਕਿੰਮੂ ਤਾਂ ਲੱਗ ਗਈ ਉਸ ਤੋਂ ਬਾਅਦ ਫਿਰ ਹਫ਼ਤਾ 10 ਦਿਨ ਦਾ ਮੈਂ ਵੀ ਬਹੁਤ ਔਖੀ ਰਹੀ ਕਿੰਮੂ ਤੋਂ ਬਾਅਦ ਤੇ ਫਿਰ ਵੀ ਮਤਲਬ ਕਿ ਵੀ ਇਹ ਹੁਣ ਆਪਰੇਸ਼ਨ ਹੋਣਾ ਸੀਗਾ ਮੈਂ ਸੋਚਿਆ ਵੀ ਮੈਨੂੰ ਨਾ ਵੀ ਮਤਲਬ ਕਿ ਵੀ ਮੈਂ ਬਾਹਰ ਦੀਆਂ ਚੀਜ਼ਾਂ ਖਾਣ ਦੀ ਬਹੁਤ ਸਕੀਨ ਮੈਂ ਇਹਨਾਂ ਨੂੰ ਕਹਿਣਾ ਵੀ ਮੈਂ ਤਾਂ ਮੰਜੂਰੀਆਂ ਖਾ ਕੇ ਜਾਣਾ ਵੀ ਫਿਰ ਮੇਰੇ ਫੇਰ ਕਿਮੋ ਸ਼ੁਰੂ ਹੋ ਜਾਣੀਆਂ ਫਿਰ ਫਿਰ ਵੀ ਐ ਹੋਣਾ ਵੀ ਇਹ ਸਰਕਲ ਤਾਂ ਹੁਣ ਮੈਨੂੰ ਪਤਾ ਵੀ ਸਾਲ ਡੇਡ ਸਾਲਾ ਹੀ ਚੱਲੀ ਜਾਣਾ ਨਾਲੇ ਮੈਨੂੰ ਪਤਾ ਸੀਗਾ ਵੀ ਮੇਰਾ ਵੀ ਐ ਆ ਵੀ ਇੰਨੀ ਵੀ ਸਟੇਜ ਲਾਸਟ ਸਟੇਜ ਹੀ ਹੈਗੀ ਆ ਪਰ ਮੈਨੂੰ ਨਾ ਵੀ ਇਹ ਖਾਣ ਪੀਣ ਦਾ ਬੜਾ ਸੀ ਹੈਨਾ ਤੇ ਵੀ ਫਿਰ ਅਸੀਂ ਮੰਜੂਰੀਆਂ ਖਾ ਕੇ ਗਏ ਰਸਤੇ ਵਿੱਚ ਹਨ ਫਿਰ ਉਹਨਾਂ ਨੇ ਵੀ ਮਤਲਬ ਕਿ ਅਸੀਂ ਹਸਪੀਟਲ ਪਹੁੰਚੇ ਉਹਨਾਂ ਨੇ ਸਾਰਾ ਵੀ ਜਿਹੜੀਆਂ ਕੋਈ ਉਹ ਲੈਣਾ ਸੀ ਸੈਂਪਲ ਵਗੈਰਾ ਲੈ ਲੇ ਤੇ ਫਿਰ ਉਹ ਕਹਿੰਦੇ ਵੀ ਤੁਸੀਂ ਉਨ ਜਾ ਸਕਦੇ ਹੋ ਕੱਲ ਨੂੰ ਤੁਸੀਂ ਆਇਓ ਜੀ ਆਹ ਟੈਬਲੇਟ ਰਾਤ ਨੂੰ 10 ਵਜੇ ਲੈਣੀ ਹੈ ਥੋੜੇ ਜਿਹਾ ਪਾਣੀ ਨਾਲ ਉਸ ਤੋਂ ਬਾਅਦ ਕੁਝ ਨਹੀਂ ਖਾਣਾ ਮੈਂ ਕਿਹਾ ਨਾ ਮੈਂ ਮੇਰੀ ਭੈਣ ਵੀ ਮੇਰੇ ਨਾਲ ਗਈ ਵੀ ਹਣਾ ਮੈਂ ਕਭੀ ਹੁਣ ਬਿੰਦੂ ਵੀ 5 6 ਵਜੇ ਆ ਹਣਾ ਵੀ 10 ਵਜੇ ਤੱਕ ਆਪਣੇ ਕੋਲੇ ਟਾਈਮ ਹੈਗਾ ਆਪਾਂ ਨਾ ਵੀ ਜਿਹੜੀਆਂ ਜਿਹੜੀਆਂ ਵਧੀਆ ਚੀਜ਼ਾਂ ਨਾ ਪਹਿਲਾਂ ਤਾਂ ਆ ਵੀ ਐ ਕਰਦੇ ਹਾਂ ਗੇੜਾ ਘੜਦੇ ਹਾਂ ਨਾ ਵੀ ਫਿਰ ਆਪਾਂ ਉਹ ਕੋਈ ਗੋਲ ਗੱਪੇ ਖਾ ਆਈਸਕ੍ਰੀਮ ਖਾਣ ਸਾਰਾ ਵੀ ਸਾਰੀਆਂ ਚੀਜ਼ਾਂ ਖਾ ਗਏ ਤੇ ਫਿਰ ਮੈਂ ਰਾਤ ਨੂੰ ਹੁਣ ਮੈਂ ਕਹ ਲੈ ਹੁਣ ਵਜੇ 10 ਹੁਣ ਮੈਂ ਗੋਲੀ ਲੈਣਾ ਹੁਣ ਇਸ ਤੋਂ ਬਾਅਦ ਤਾਂ ਮੇਰੇ ਤੋਂ ਕੁਝ ਖਾਦਾ ਨਹੀਂ ਨਾ ਤੇ ਫਿਰ ਕਈ ਮਹੀਨੇ ਖਾਦਾ ਵੀ ਨਹੀਂ ਗਿਆ ਕੁਝ ਕਿਉਂਕਿ ਕੀਮੋ ਦਾ ਸਾਈਕਲ ਚੱਲ ਕੇ ਫਿਰ ਉਹ ਸਰਪੰਦਰ ਜੀ ਸਰਜਰੀ ਦਾ ਆਇਆ ਸੀ ਵੀ 50 50 ਪਰਸੈਂਟ ਚਾਂਸ ਸੀ ਵੀ ਕਾਮਯਾਬ ਮਤਲਬ ਜੀ ਵਿਲ ਪਾਵਰ ਦੀ ਗੱਲ ਕਰਦਾ ਵੀ ਉਸ ਤੋਂ ਪਹਿਲਾਂ ਇਹਨੂੰ ਆਏ ਵੀ ਮੈਂ ਆਪਦੀ ਪਸੰਦ ਦੀਆਂ ਚੀਜ਼ਾਂ ਖਾਲਾਂ ਬਾਅਦ ਚ ਡਾਕਟਰ ਨੇ ਬਣਾ ਕਰਦਣਾ ਇਸ ਕਿਸਮ ਦੀ ਵਿਲ ਪਾਵਰ ਆ ਫਿਰ ਉੱਥੇ ਵੀ ਮਤਲਬ ਡਾਕਟਰ ਆਉਂਦੇ ਇਹਨੇ ਹਰ ਰੋਇ ਕਨਾਲ ਪੂਰਾ ਟਾਕ ਟਿਪ ਮਤਲਬ ਇਹ ਆ ਕਾਦੀ ਦਵਾਈ ਆਏ ਆ ਫਲਾਨਾ ਚੌਂਕਾ ਪੂਰੀ ਜਾਣਕਾਰੀ ਮਤਲਬ ਹੁਣ ਇੱਥੇ ਵੀ ਸਾਡੇ ਕੈਂਸਰ ਡਿਪਾਰਟਮੈਂਟ ਜਮ ਫ੍ਰੀ ਕੋਟ ਆ ਉਹਦੇ ਕੋਈ ਬਹੁਤ ਕੋਈ ਯੰਗ ਪੇਸ਼ੈਂਟ ਮਤਲਬ ਆ ਜਾਂਦਾ ਤਾਂ ਉਹ ਸਾਰੇ ਇਹਦੇ ਦੋਸਤ ਬਣੇ ਹੋਏ ਆ ਡਾਕਟਰ ਇੱਥੋਂ ਦੇ ਉਹ ਫਿਰ ਇਹਨੂੰ ਫੋਨ ਕਰਕੇ ਬੁਲਾਉਂਦੇ ਆ ਉੱਥੇ ਵੀ ਇਹਨੂੰ ਆਈ ਇੱਕ ਪੇਸ਼ੈਂਟ ਆਇਆ ਮੜਾ ਉਹਰੇ ਨੂੰ ਦਿਖਾਉਂਦੇ ਆ ਵੀ ਆ ਦੇਖ ਤੂੰ ਇੰਨੇ ਸਟਰ ਹੋ ਗਿਆ ਤੂੰ ਤੇਰੀ ਤਾਂ ਤੇਰੀ ਤਾਂ ਸਟੇਜ ਹੀ ਫਸਟ ਹੈ ਤੇਰੀ ਤਾਂ ਮਤਲਬ 3rd ਪਲੱਸ ਸਟੇਜ ਤੋਂ ਮੁੜ ਕੇ ਆਈ ਹੈ ਇਹ ਬਿਲ ਪਾਵਰ ਦੇ ਸਿਰ ਤੇ ਉਹ ਡਾਕਟਰ ਵੀਕੇ ਸ਼ਰਦਾ ਨੇ ਵੀ ਕਿਹਾ ਸੀ ਜਦੋਂ ਬਾਅਦ ਚ ਥੋੜੀ ਥੋੜੀ ਠੀਕ ਹੋਣੀ ਸ਼ੁਰੂ ਹੋਈ ਮੈਂ ਸਾਡਾ ਡਾਕਟਰ ਸਾਹਿਬ ਤੁਸੀਂ ਉਸ ਦਿਨ ਤਾਂ ਡਰਾਇ ਦਿੱਤਾ ਸੀ ਉਹ ਕਹਿੰਦਾ ਭਾਈ ਸਾਹਿਬ ਮਿਰਕਲ ਹੈ ਕਹਿੰਦਾ ਮੈਂ ਵਾਰਡ ਲੈਵਲ ਦਾ ਸਰਜਨ ਆ ਲਗਭਗ ਮਹੀਨੇ ਚ ਦੋ ਆਪਰੇਸ਼ਨ ਅਮਰੀਕਾ ਜਾ ਕੇ ਵੀ ਕਰਦਾ ਉੱਥੇ ਡਿਮਾਂਡ ਹੈ ਮੇਰੀ ਕਹਿੰਦਾ ਪਰ ਇਹ ਵਾਕਈ ਮਿਰਕਲ ਹੈ ਇਹਦੀ ਬਿਲ ਪਾਵਰ ਨੇ ਇਹਨੂੰ ਮੋੜਦ ਉਹਨੇ ਪਾਲ ਚਰਬਾ ਬੰਨੀ ਰਹਿੰਦੀ ਆ ਜਿਵੇਂ ਆਪਰੇਸ਼ਨ ਹੋਇਆ ਐਂ ਕਰਕੇ ਜਿਵੇਂ 20 ਦਿਨ ਲਾ ਲੋ ਵੀ ਕੋਈ 3 ਹਫਤੇ ਜਾਂ ਇਸ ਤੋਂ ਘੱਟ ਆ ਨਾ ਤੇ ਉਹ ਕਾਹ ਹੋ ਵੀ ਐ ਹੁੰਦਾ ਵੀ ਕੈਲਸ਼ੀਅਮ ਜੰਮ ਜਾਂਦਾ ਜੋੜ ਤੇ ਨਾ ਤੇ ਫਿਰ ਉਹ ਬਾਹ ਨਹੀਂ ਚੱਕੀ ਜਾਂਦੀ ਕਿ ਵੀ ਇਹਦੀ ਫਿਰ ਐਕਸਰਸਾਈਜ਼ ਫਿਜ਼ੀਓਥੈਰੇਪੀ ਤੋਂ ਕਰਾਓ ਫਿਜ਼ੀਓਥੈਰੇਪਿਸਟ ਤੋਂ ਕਰਾਓ ਜਾਂ ਕਿਵੇਂ ਵੀ ਫਿਰ ਵੀ ਐ ਹੁੰਦਾ ਵੀ ਜੋੜ ਮੂਵੇਬਲ ਹੁੰਦਾ ਹੈ ਨਾ ਤੇ ਪਰ ਨਾ ਵੀ ਜਦੋਂ ਮੈਂ ਗਈ ਤੇ ਮੈਂ ਵੀ ਮੇਰੀ ਬਾਹ ਖੋਲੀ ਤੇ ਬਾਹ ਪਤਾ ਹੀ ਸੀਗਾ ਉਹਨਾਂ ਨੂੰ ਤਾਂ ਪਤਾ ਸੀ ਮੇਰੇ ਵਾਸਤੇ ਨਵੀਂ ਗੱਲ ਸੀ ਡਾਕਟਰਾਂ ਨੂੰ ਤਾਂ ਪਤਾ ਸੀ ਵੀ ਮੇਰੀ ਬਾਹ ਤਾਂ ਨਹੀਂ ਸੀ ਚੱਕੀ ਜਾਂਦੀ ਇਦੋਂ ਇਦੋਂ ਗੱਲ ਵੀ ਵੱਧ ਨਹੀਂ ਮੂਵਮੈਂਟ ਹੁੰਦੀ ਸੀ ਹੈਨਾ ਮੈਂ ਕਿਹਾ ਇਹ ਆ ਕੀ ਹੋ ਗਿਆ ਮੇਰੀ ਬਾਹ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਬਾਹ ਬੰਨੀ ਰਹੀ ਤੇ ਉਹ ਜੋੜ ਵਿੱਚ ਕੈਲਸ਼ੀਅਮ ਜੰਮ ਗਿਆ ਤੇ ਇਹ ਤੁਸੀਂ ਨਾ ਵੀ ਐ ਕਰਿਓ ਜੀ ਵੀ ਫਿਜ਼ੀਓਥੈਰੇਪਿਸਟ ਤੋਂ ਵੀ ਐਕਸਰਸਾਈਜ਼ਿਸ ਕਰਵਾ ਲਓ ਜੇ ਜਾਂ ਵੀ ਐ ਹੁੰਦਾ ਵੀ ਐ ਦਵਾਰ ਤੇ ਹੱਥ ਐ ਲਾਉਣਾ ਹੈਨਾ ਤੇ ਪਰ ਨਾ ਵੀ ਜਦੋਂ ਨੂੰ ਮੈਂ ਅਗਲੀ ਵਾਰੀ ਗਈ ਮੈਂ ਗਈ ਦੋ ਤਿੰਨ ਹਫ਼ਤੇ ਬਾਅਦ ਮੇਰੀ ਬਾਹ ਸਿੱਧੀ ਹੋ ਗਈ ਮੈਨੂੰ ਕਹਿੰਦੇ ਨੇ ਪਹਿਲਾਂ ਤਾਂ ਮੈਨੂੰ ਉਹਨਾਂ ਨੇ ਬਾਹ ਵੇਖੀ ਵੀ ਕਿੰਨੀ ਕਿ ਸਿੱਧੀ ਹੋ ਗਈ ਅੱਗੇ ਨਾਲ ਹਨ ਤੇ ਮੇਰੀ ਬਾਹ ਤਾਂ ਪੂਰੀ ਐ ਹੋ ਗਈ ਕਹਿੰਦੇ ਮੈਨੂੰ ਐਨਾ ਦੱਸ ਇੰਨੇ ਸੇਤੀ ਸਿੱਧੀ ਕਿਵੇਂ ਹੋ ਗਈ ਮੈਂ ਘਾਬੀ ਹੋ ਗਈ ਮੈਂ ਤਾਂ ਕਿਸੇ ਫਿਜ਼ੀਓਥੈਰੇਪੀਸਟਰ ਨੂੰ ਨਹੀਂ ਗਈ ਤੇ ਮੈਂ ਕੋਈ ਐਕਸਰਸਾਈਜ਼ ਨਹੀਂ ਕੀਤੀ ਮੈਂ ਕਿ ਬਸ ਮੈਂ ਐ ਹੀ ਸੀ ਵੀ ਥੋੜਾ ਜਿਹਾ ਇਹਨੂੰ ਐ ਕਰਦੀ ਰਹਿੰਦੀ ਸੀ ਵੀ ਪਤਾ ਸੀਗਾ ਵੀ ਹਾਲਾਕਿ ਠੀਕ ਹੋਣੀ ਐ ਤੇ ਮੈਂ ਤਾਂ ਆਪ ਹੀ ਕਰ ਲਈ ਦੇਖੋ ਇਥੋਂ ਆਪਾਂ ਨਾ ਕਹਿੰਦੇ ਵੀ ਪ੍ਰਾਣੀਆਂ ਕਹਾਵਤਾਂ ਬਹੁਤ ਸੱਚ ਹੁੰਦੀਆਂ ਨੇ ਨਾ ਲਿਖਦੇ ਨੇ ਨਾ ਕਿ ਮਨ ਜਿੱਤੇ ਜਗ ਜਿੱਤ ਤੁਸੀਂ ਮਨ ਜਿੱਤਣਾ ਤੁਹਾਡੀ ਆਪ ਹੀ ਸਾਰੀ ਕਹਾਣੀ درست ਹੋ ਸਕਦੀ ਹੈ ਨਾ ਮੈਂ ਇਹੀ ਚੀਜ਼ ਸੋਚ ਰਹੀ ਸੀ ਵੀ ਨਹੀਂ ਮਤਲਬ ਆਪ ਦੀ ਕਿਸੇ ਚੀਜ਼ ਬਾਰੇ ਆਪ ਦੇ ਕਿਸੇ ਇਹੋ ਜੇ ਪਾਸਟ ਬਾਰੇ ਆਪਾਂ ਦੱਸਦੇ ਅਕਸਰ ਭਾਵੁਕ ਹੋ ਜਾਂਦੇ ਹਾਂ ਨਾ ਪਰ ਉਹ ਹਲੇ ਵੀ ਚੜ੍ਹਦੀ ਕਲਾ ਚ ਨੇ ਉਹ ਦੋਨਾਂ ਨੇ ਉਸੇ ਸਮਾਈਲ ਨਾਲ ਉਸ ਚੀਜ਼ ਨੂੰ ਦੱਸਿਆ ਮਨ ਤਾਂ ਛੋਟੀ ਜੀ ਗੱਲ ਹੋਰ ਯਾਦ ਆਉਂਦੀ ਹੁੰਦੀ ਹੈ ਰਪਿੰਦਰ ਵੀ ਇਹ ਉੱਥੇ ਐਡਮਿਟ ਪਟਿਆਲੇ ਤੇ ਮਰਾ ਪਾਂ ਜੀ ਇੱਥੇ ਆਇਆ ਹੋਇਆ ਸੀ ਕਿਉਂਕਿ ਬੇਟੇ ਕੋਲੇ ਛੱਡਿਆ ਹੋਇਆ ਸੀ ਵੀ ਇਹਦੀ ਉਹਦੇ ਨਾਲ ਮਤਲਬ ਥੋੜੀ ਬਣਦੀ ਸੀ ਭਾਂਜੇ ਨਾਲ ਹਨਾ ਉਹ ਇੱਥੇ ਪਲੱਸ 2 ਕੀਤੀ ਸੀ ਉਹਨੇ ਸਾਡੇ ਕੋਲੋਂ ਤੇ ਉਹਨੇ ਉਹ ਮਤਲਬ ਘਮਾਉਣ ਲੈ ਗਿਆ ਇਹਨਾਂ ਨੂੰ ਪਰਕ-ਪੁਰਕ ਚ ਸ਼ਹਿਰ ਤੇ ਉੱਥੇ ਫੋਟੋ ਖਿੱਚੀਆਂ ਉਹਨੇ ਇਹਨਾਂ ਦੀਆਂ ਬੱਚਿਆਂ ਦੀਆਂ ਤੇ ਫੋਟੋ ਖਿੱਚ ਕੇ ਮੈਨੂੰ ਵਟਸਐਪ ਕਰਤਗਾ ਉਹਦੇ ਚ 6-7 ਬੱਚੇ ਬੈਠੇ ਆ ਮਤਲਬ ਸਟੇਜ 'ਦੀ ਐ ਸਟੇਜ ਦੇ ਉੱਤੇ ਬੈਠੇ ਐ ਤੇ ਨਾਜ਼ਮ ਵੀ ਬੈਠਾ ਉਹਨਾਂ ਚ ਤੇ ਮਤਲਬ ਕੱਲਾ ਨਾਜ਼ਮ ਐ ਵੀ ਜਿਹਦੇ ਚਿਹਰੇ ਤੋਂ ਮਤਲਬ ਸਮਾਈ ਨਹੀਂ ਪਤਾ ਲੱਗਦਾ ਵੀ ਬੱਚਾ ਉਦਾਸ ਹੈ ਤੇ ਮੈਂ ਉਹ ਦੇਖੀ ਮਤਲਬ ਮੇਰਾ ਖਿਆਲ ਰਾਤ ਦਾ ਟਾਈਮ ਸੀ ਕਿਉਂ ਸਾਢੇ 1:00 ਦਾ ਫੋਟੋ ਤੇ ਮੈਂ ਇਹਨਾਂ ਨੂੰ ਮਤਲਬ ਮੈਂ ਨਾ ਕਿਸੇ ਆਪਣਾ ਜਿਹੜਾ ਪਟਿਆਲੇ ਉੱਥੇ ਫੋਰਾ ਚੌਂਕ ਤੇ ਹੌਸਟਲ ਹੈ ਡੈਂਟਲ ਕਾਲਜ ਵਾਲਿਆਂ ਦਾ ਉੱਥੋਂ ਦਾ ਇਹਨਾਂ ਨੂੰ ਪਤਾ ਸੀ ਕਿ ਮੈਂ ਉਹਦੇ ਕੋਲ ਜਾ ਕੇ ਸੌਣਾ ਵੀ ਰਾਤ ਨੂੰ ਤਾਂ ਹੁਣ ਪੈਣਾ ਹੀ ਆ ਤੇ ਇਹ ਕਹਿੰਦੇ ਠੀਕ ਹੈ ਤੇ ਮੈਂ ਚਲ ਨਿਕਲਿਆ ਉੱਥੋਂ ਤੇ ਮੈਂ ਆਪਣਾ ਉਹ ਜਿਹੜਾ ਸਰੰਦ ਨਹਿਰ ਜੀ ਆਉਂਦੀ ਉੱਥੋਂ ਠੇਕੇ ਤੋਂ ਬੋਤਲ ਲੈ ਲਈ ਅੱਗ ਲਾਇਆ ਮੈਂ ਤੋੜ ਲਈ ਗੱਡੀ ਤੇ ਬਰਨਾਲੇ ਤੋਂ ਭਦੌੜ ਆ ਗਿਆ ਮੈਂ ਰਾਤ ਦਾ ਹੁਣਾਂ ਟਾਈਮ ਕੁਕ 1:3 ਦਾ ਤੇ ਉੱਥੇ ਮਤਲਬ ਵਾਸ਼ਰੂਮ ਜਾਣ ਵਾਸਤੇ ਮੈਂ ਜਦੋਂ ਗੱਡੀ ਰੋਕ ਲਈ ਹੈ ਨਾ ਤੇ ਗੱਡੀ ਰੋਕ ਕੇ ਮੈਂ ਜਦੋਂ ਐ ਉੱਥੇ ਕੋ ਪੈਟਰੋਲ ਪੰਪ ਜਾ ਹੀ 1:3 ਵਜੇ ਤੋਂ ਵੈਸੇ ਹੀ ਸੁੰਨੀ ਛੜਕ ਦੇਣੇ ਵੀ ਤੇ ਰਾਤ ਨੂੰ ਕਿਹਨੇ ਹੋਣਾ ਹੈ ਨਾ ਪੰਪ ਜਾ ਵੀ ਬੰਦ ਹੋ ਤੇ ਜਦੋਂ ਮੈਂ ਵਾਸ਼ਰੂਮ ਕਰਨ ਵਾਸਤੇ ਗਿਆ ਤੇ ਮੈਨੂੰ ਯਾਦ ਆਇਆ ਵੀ ਮਤਲਬ ਵੀ ਰਵਾਲਵਰ ਗੱਡੀ 'ਚ ਹੀ ਆ ਤੇ ਗੱਡੀ ਅਨਲੌਕ ਹੈ ਲੌਕ ਨਹੀਂ ਕੀਤੀ ਮੈਂ ਤੇ ਮੈਂ ਮੁੜਿਆ ਪਿੱਛੇ ਨੂੰ ਹਨਾ ਮਨ ਮੈਨੂੰ ਬੜਾ ਜਦੋਂ ਮੈਂ ਵੇਖਿਆ ਵੀ ਆਸੇ-ਪਾਸੇ ਸੁੰਨਸਰਾ ਹੈ ਹਨਾ ਤੇ ਮੈਂ ਖੜਕ ਗਿਆ ਤੇ ਮੈਂ ਸੋਚਿਆ ਮੈਂ ਕਿਹਾ ਵੀ ਅੱਗੇ ਲ ਇਥੋਂ ਦੀ ਲੰਘਦੇ ਹੁੰਨੇ ਹਨਾ ਤੇ ਐ ਹੁੰਦਾ ਵੀ ਆਪਣੇ ਕੋਲੇ ਕੈਸ਼ ਆ 50000 ਰੁਪਇਆ ਵੀ ਸੁੰਨਸਰਾ ਕੋਈ ਲੁੱਟਣਾ ਲਵੇ ਗੱਡੀ ਰਾਂ ਕੋ ਖੋਲੇ ਹਨਾ ਤੇ ਮੈਨੂੰ ਐ ਲੱਗਿਆ ਵੀ ਯਾਰ ਆ ਤਾਂ ਕੁਝ ਵੀ ਚੀਜ਼ਾਂ ਨਹੀਂ ਤੇ ਵੀ ਤਾਂ ਐਵੇਂ ਹੀ ਇਹਨਾਂ ਗੱਲਾਂ ਬਾਰੇ ਹਨਾ ਵੀ ਗੱਡੀ ਦਾ ਕੀ ਹੈ ਗੱਡੀ ਜਦੋਂ ਮਰਜੀ ਲੈ ਲਓ ਹਨ ਪੈਸਾ ਹੁੰਦਾ ਕੀ ਇਹ ਖੋਲੂਗਾ ਕੋਈ ਹੋਰ ਕਮਾ ਲਾਂਗੇ ਪਰ ਜਿਹੜਾ ਉਹ ਵੀ ਪਟਿਆਲੇ ਹਸਪਤਾਲ ਚ ਪਈ ਹੋਣੀ ਮਿਲਦੀ ਸਹੀ ਗੱਲ ਹੈ ਕਈ ਵਾਰੀ ਨਾ ਅਸੀਂ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਤੇ ਸ਼ਿਕਵੇ ਕਰਦੇ ਆ ਇੱਕ ਦੂਜੇ ਨੂੰ ਨਾ ਵੀ ਤੂੰ ਮੈਨੂੰ ਆ ਨਹੀਂ ਦਵਾਇਆ ਮੈਨੂੰ ਆ ਚਾਹੀਦਾ ਸੀ ਇਹ ਨਹੀਂ ਲੈ ਕੇ ਦਿੱਤਾ ਹਨ ਤੇ ਪਰ ਅਸਲੀ ਕੀਮਤ ਸਾਨੂੰ ਆਪਣੇ ਰਿਸ਼ਤੇ ਦੀ ਉਦੋਂ ਪਤਾ ਲੱਗਦੀ ਜਦੋਂ ਜਾਂ ਤਾਂ ਉਹ ਚ ਬਹੁਤ ਕੁਝ ਜਿਵੇਂ ਇਹ ਵਾਪਰਿਆ ਨਾ ਉਹ ਜਾ ਹੁੰਦਾ ਜਾਂ ਫਿਰ ਜਦੋਂ ਉਹਦੇ ਵਿੱਚ ਕੁਝ ਇਹੋ ਜਿਹਾ ਟੁੱਟਣਾ ਸ਼ੁਰੂ ਹੁੰਦਾ ਵੀ ਤੁਹਾਨੂੰ ਲੱਗਦਾ ਪਹਿਲਾਂ ਤਾਂ ਸਭ ਕੁ ਖੂਬਸੂਰਤ ਸੀ ਮੈਂ ਹਨਾ ਉਸ ਚੀਜ਼ ਨੂੰ ਖੁਦ ਹੀ ਨਹੀਂ ਮਹਿਸੂਸ ਕੀਤਾ ਤੇ ਇਹ ਚੀਜ਼ ਜਦੋਂ ਹੁੰਦੀ ਹੈ ਮੈਨੂੰ ਲੱਗਦਾ ਉਸ ਟਾਈਮ ਤੁਹਾਨੂੰ ਇਹਨਾਂ ਦੀ ਕੀਮਤ ਸਭ ਤੋਂ ਜ਼ਿਆਦਾ ਪਤਾ ਚੱਲੀ ਹੋਊਗਾ ਨਾ ਬਿਲਕੁਲ ਐ ਲੱਗਿਆ ਵੀ ਜਿਹੜੀਆਂ ਚੀਜ਼ਾਂ ਪਿੱਛੇ ਸਾਰੀ ਦੁਨੀਆ ਭੱਜੀ ਫਿਰਦੇ ਉਹ ਤਾਂ ਕੁਝ ਵੀ ਨਾ ਉਹਨਾਂ ਦੀ ਕੀ ਕੀਮਤ ਆ ਉਹ ਤਾਂ ਲੱਜਾਂ ਖਰੀਦੀਆਂ ਜਾ ਸਕਦੀਆਂ ਹਨਾ ਕੁਝ ਆਏ ਉਹਦੀਆਂ ਗੱਲਾਂ ਜਿਹੜੀਆਂ ਜਿਨ੍ਹਾਂ ਨੂੰ ਆਪਾਂ ਸਮਝਦੇ ਨਹੀਂ ਸਾਰੀ ਉਮਰ ਵੀ ਇਹਨਾਂ ਦੀ ਕੀ ਕੀਮਤ ਜਿਹੜੀਆਂ ਕਿ ਆਪਾਂ ਕਿਸੇ ਵੀ ਕੀਮਤ ਤੇ ਨਹੀਂ ਖਰੀਦ ਸਕਦੇ ਕੋਸ਼ਿਸ਼ ਕਰ ਲਈਏ ਚਾਹੇ ਉਸ ਤੋਂ ਬਾਅਦ ਤੁਹਾਡਾ ਰਿਸ਼ਤਾ ਜਿਆਦਾ ਸੋਹਣਾ ਹੋਇਆ ਕੋਈ ਬਦਲਾ ਆਇਆ ਇਸ ਚੀਜ਼ ਚ ਸੁਭਾਵਿਕ ਰਵਿੰਦਰ ਵੀ ਜੋ ਮੈਂ ਆਪਾਂ ਕਹ ਦਨੇ ਆ ਵੀ ਆਪਾਂ ਨੂੰ ਗਿਆਨ ਹੋ ਗਿਆ ਕਿਸੇ ਗੱਲ ਦਾ ਉਹ ਗਿਆਨ ਹੋਣ ਵਾਂਗੀ ਜਾਂ ਆਪਾਂ ਕਹਿੰਦੇ ਇਨਲਾਈਟਮੈਂਟ ਹੋ ਗਈ ਮਤਲਬ ਹਨ ਉਸ ਤਰ੍ਹਾਂ ਦੀ ਗੱਲ ਹੀ ਹੁੰਦੀ ਆ ਉਹ ਵੀ ਇੱਕ ਵੱਖਰੇ ਕਿਸਮ ਦਾ ਦੁਆਰ ਹੀ ਖੁੱਲ ਜਾਂਦਾ ਤੁਹਾਡੇ ਦਿਲ ਦਿਮਾਗ ਦੇ ਵਿੱਚੋਂ ਜਿਵੇਂ ਵੱਖਰੇ ਕਿਸਮ ਦਾ ਦ੍ਰਿਸ਼ਟੀਕੋਣ ਮਤਲਬ ਬਣਦਾ ਆਮ ਤਾਂ ਇਹ ਹੁੰਦਾ ਰੁਟੀਨ ਚੋਂ ਵੀ ਜ਼ਿੰਦਗੀ ਚੱਲੀ ਜਾਂਦੀ ਹੈ ਪਰ ਜਦੋਂ ਇਸ ਕਿਸਮ ਦੇ ਹਾਲਾਤਾਂ ਦੇ ਸਨਮੁਖ ਹੁੰਨੇ ਆ ਆਪਾਂ ਬਹੁਤ ਬੜੇ ਵੱਖਰੇ ਤਰ੍ਹਾਂ ਦੇ ਅਨੁਭਵ ਹੁੰਦੇ ਆ ਤੇ ਬਹੁਤ ਚੇਂਜਸ ਆਉਂਦੀਆਂ ਨੇ ਬੱਚੇ ਬਹੁਤ ਛੋਟੇ ਸੀਗੇ ਉਸ ਵਕਤ ਤੁਹਾਡੇ ਹਨਾ ਫਿਰ ਬੇਟਾ ਦਾ ਫੀਡ ਲੈਂਦਾ ਸੀ ਅੱਛਾ ਸੀ ਤੇ ਕਿਵੇਂ ਸੰਭਾਲਣ ਕਿਤੇ ਮੈਂ ਪੇਰੈਂਟਸ ਘਰੇ ਹੁੰਦੀ ਸੀ ਕਦੇ ਬੱਚੇ ਹੁੰਦੇ ਸੀ ਕਦੇ ਮੇਰੀ ਨਨਾਨ ਆ ਜਾਂਦੀ ਵੱਡੀ ਆ ਜਾਂਦੀ ਤੇ ਭੈਣ ਜੀ ਕਿਤੇ ਛੋਟੇ ਭੈਣ ਜੀ ਆ ਜਾਂਦੇ ਐਂ ਜੇ ਟਾਈਮ ਪਾਸ ਹੋਈ ਗਿਆ ਜਦੋਂ ਡਾਕਟਰ ਸ਼ਰਦਾਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀ ਨਾ ਕੋਈ ਕਹਿੰਦਾ ਮਿਰਕਲ ਆ ਇਹ ਉਹ ਤੇ ਛੋਟੀ ਜੀ ਗੱਲ ਤੁਹਾਨੂੰ ਹੋਰ ਦੱਸਦਾ ਵੀ ਜਦੋਂ ਟ੍ਰੀਟਮੈਂਟ ਸ਼ੁਰੂ ਕੀਤਾ ਤੇ ਉਹਨਾਂ ਨੇ ਕੀ ਮੌਲਾਤੀ ਤੇ ਸਰਜਰੀ ਦੀ ਡੇਟ ਦਿੱਤੀ ਹੈ ਨਾ ਵੀ 14 ਦਿਨਾਂ ਬਾਅਦ ਆਇਓ ਜਾਂ ਕਿਵੇਂ ਤੇ ਇਹ ਕਹਿੰਦੇ ਵੀ ਮੇਰਾ ਦਰਬਾਰ ਸਭ ਸੇਵਾ ਕਰਨੀ ਹੈ 5 ਦਿਨ ਮਤਲਬ ਕਿਸੇ ਨੇ ਇਹਨੂੰ ਕਹਿਤਾ ਜਿੱਥੇ ਇਹਦਾ ਕਿਤੇ ਵਿਸ਼ਵਾਸ ਸੀ ਆਪਣੇ ਨੀਅਰ ਐਂਡ ਡੀਅਰ ਕਿਸੇ ਨੇ ਕਹਿਤਾ ਵੀ ਤੂੰ ਉੱਥੇ ਨਾ ਸੇਵਾ ਕਰ ਅਥਾ ਕਿਮਤ ਉਹ ਤੁਹਾਨੂੰ ਪਤਾ ਹੀ ਹੋਣਾ ਵੀ ਮਤਲਬ ਬਹੁਤ ਬਰਾ ਹਾਲ ਹੁੰਦਾ ਨਾ ਕੁਝ ਖਾ ਸਕਦੇ ਹੋ ਪਾਣੀ ਪੀਣੇ ਤਾਂ ਉਲਟੀ ਆ ਜਾਂਦੀ ਹੈ ਹਨਾ ਵਾਲ ਝੜਨੇ ਸ਼ੁਰੂ ਹੋ ਜਾਂਦੇ ਆ ਤੇ ਜਿਸ ਨੇ ਕਿਹਾ ਤੇ ਮੈਂ ਕਿੱਥੇ ਐਗਰੀ ਹੋਣਾ ਸੀ ਵੀ ਨਹੀਂ ਇਹ ਕੀ ਗੱਲ ਹੈ ਹਨਾ ਕਿਹਾ ਵੀ ਮੈਂ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਮਤਲਬ ਸਰਜਰੀ ਹੋ ਜਾਂਦੇ ਤੂੰ ਜਿਹਨੂੰ ਵੀ ਕਿਹਾ ਜਾਂ ਬਾਬੇ ਅੱਗੇ ਸੁਖਲਾ ਵੀ ਕੋਈ ਨਹੀਂ ਬੱਬਾ ਜੀ ਮੈਂ 2 ਮਿੰਟ ਠਹਿਰ ਕੇ ਜੋ ਠੀਕ ਹੋ ਗਈ ਉਹਨਾਂ ਨਾ ਜੀ ਮਤਲਬ ਵੀ ਬਜ਼ੱਦ ਦਾ ਮਤਲਬ ਵੀ ਉੱਥੇ ਜਾਣਾ ਅਸੀਂ ਚਲੋ ਜੀ ਜਦੋਂ ਮੈਨੂੰ ਆ ਗਿਆ ਇੱਥੋਂ ਫੋਨ ਫੋਨ ਕਰਕੇ ਉੱਥੇ ਕਮਰੇ-ਕਮਰੇ ਬੁੱਕ ਕਰਾਏ ਤੇ ਤੇ ਬਸ ਤਰਬੋ ਸਰੇ ਲੈ ਕੇ ਚੱਲ ਪਏ ਉਸ ਹਾਲਤਾਂ ਦੇ ਵਿੱਚ 5 ਦਿਨ ਤੇ 5 ਰਾਤਾਂ ਕਿਮੋ ਲੱਗੀ ਦੀ ਹਾਲਤ ਵਿੱਚ ਬੰਪਟਿੰਗ ਮਤਲਬ ਟੈਂਪਰੇਚਰ ਬੁਖਾਰ ਕੁਛ ਖਾਦਾ ਨਹੀਂ ਜਾ ਰਿਹਾ ਹਨ ਤੇ 5 ਦਿਨ ਇਹਨੇ ਤੇ ਮਤਲਬ 5 ਰਾਤਾਂ ਵੀ ਸੇਵਾ ਕੀਤੀ ਉੱਥੇ ਹੁਣ ਮੈਨੂੰ ਮਤਲਬ ਅਕਸਰ ਹੀ ਲੱਗਦਾ ਹੁੰਦਾ ਗੱਲ ਵੀ ਮਤਲਬ ਇਹਦਾ ਇੱਥੇ ਹੋਣਾ ਹੁਣ ਹਾਜ਼ਰ ਹੋਣਾ ਆਪਣੇ ਵਿੱਚ ਬੈਠੀ ਹੁਣ ਮਤਲਬ ਇਹੋ ਗੱਲਾਂ ਕਿਤੇ ਨਾ ਕਿਤੇ ਪੇ ਕਰਦਿਆਂ ਅਜਕਲ ਆਪਾ ਪੜ੍ਹੇ ਲਿਖੇ ਲੋਕ ਇੱਕ ਮੰਨਦੇ ਨਹੀਂ ਗੱਲਾਂ ਨੂੰ ਵੀ ਐਵੇਂ ਕਿਵੇਂ ਹੋ ਜਾਊਗਾ ਮਤਲਬ ਵੀ ਪਰ ਜਿਹਦੇ ਨਾਲ ਵਾਪਰੀ ਹੁੰਦੀ ਆ ਉਹ ਸਮਝ ਸਕਦਾ ਨਾ ਗੱਲਾਂ ਨੂੰ ਇਹਨੂੰ ਤੁਸੀਂ ਅੰਧਵਿਸ਼ਵਾਸ ਕਹਿ ਲਓ ਕੁਛ ਕਹਿ ਲਓ ਪਰ ਅਸੀਂ ਹਨਾਂ ਇਹ ਗੱਲਾਂ ਸ਼ੁਰੂ ਤੋਂ ਹੀ ਇੰਨੇ ਹਿੰਮਤੀ ਹੋ ਤੁਸੀਂ ਹਾਂ ਤਕਰੀਬਨ ਹਿੰਮਤੀ ਆ ਵੀ ਮੈਨੂੰ ਕਿੰਨਾ ਹੀ ਬੁਖਾਰ ਜਿਹੜੇ ਆ ਕੁਝ ਵੀ ਹੋਇਆ ਹਨਾ ਤੇ ਵੀ ਮੈਂ ਹੁੰਦਾ ਵੀ ਆਪਦੀ ਫਾਰਮ ਸੀ ਹੁੰਦੀ ਆ ਬੀਆ ਦਾ ਕਿਚਨ ਦੇਖਿਆ ਨਹੀਂ ਬੱਚੇ ਦੇਖਿਆ ਨਹੀਂ ਇਵਨ ਕੇ ਵੀ ਕੀਮੋ ਦੌਰਾਨ ਵੀ ਮੈਂ ਮਤਲਬ ਕਿ ਕੁਝ ਨਾ ਕੁਝ ਜਿਵੇਂ ਬੱਚੇ ਨੂੰ ਫੀਡ ਦੇਣੀ ਆ ਵੀ ਬੋਟਲ ਚ ਦੁੱਧ ਪਾ ਕੇ ਦੇਣਾ ਮੇਰਾ ਤਾਂ ਬੰਦ ਕਰਵਾਤਾ ਨਾ ਤੇ ਜਾਂ ਕਿਸੇ ਨੇ ਫਰੂਟ ਲੈਣਾ ਮੈਂ ਇਹੋ ਜੇ ਕੰਮ ਕਰਦੀ ਸੀ ਐਨੀ ਸੀ ਵੀ ਜਿਵੇਂ ਜਮਾਂ ਹੀ ਬੈੱਡ ਤੇ ਉਦੋਂ ਤਾਂ ਉਦੋਂ ਹੁੰਦਾ ਸੀ ਜਦੋਂ ਕਿ ਮੋਲਵਾ ਕੇ ਆਪਾਂ ਆਏ ਆਂ ਜਦੋਂ ਐਂ ਵੀ ਥੋੜਾ ਜਿਹਾ ਠੀਕ ਹੋਈ ਤੇ ਫਿਰ ਫਿਰ ਮੈਂ ਵੀ ਐਂ ਸੀ ਵੀ ਜਿੰਨਿਕ ਜੋਗੀ ਹੈਗੀਆਂ ਵੀ ਕਰ ਹੀ ਲਵਾਂ ਸਾਡੀ ਇੱਕ ਗੱਲ ਤੇ ਹੋਰ ਬੜੀ ਲੜਾਈ ਹੁੰਦੀ ਆ ਵੀ ਜਦੋਂ ਹੁਣ ਕੋਈ ਗੈਸਟ ਜਿਵੇਂ ਆਪਣੇ ਕਲੋਨੀ ਜੀ ਆ ਹੈ ਨਾ ਦੋ ਮੈਰਿਜਸ ਹੋਣਾ ਉਹ ਆਪਣੇ ਰਿਸ਼ਤੇਦਾਰ ਵੀ ਹੈ ਉਹਨਾਂ ਨੂੰ ਖਾਣਾ ਕਰਨਾ ਦੋਨਾਂ ਕਪਲ ਨੂੰ ਦੋ ਵੱਖ-ਵੱਖ ਘਰਾਂ ਮੈਨੂੰ ਇਹ ਹੁੰਦਾ ਵੀ ਮਤਲਬ ਜਦੋਂ ਹੁਣ ਆਉਣਗੇ ਮੀਆਂ ਬੀਵੀ ਉਹ ਘੱਟੋ ਘੱਟ 5 6 ਜਣੇ ਹੁੰਦੇ ਹੀ ਐ ਉਹ ਮੀਆਂ ਬੀਵੀ ਹੋਣਗੇ ਉਹਨਾਂ ਦੇ ਮੰਮੀ ਪਾਪਾ ਹੋਣਗੇ ਇੱਕ ਅੱਧਾ ਹੋਰ ਮੈਂਬਰ ਵੀ 5 6 ਮੈਂਬਰ ਹੋਈ ਜਾਂਦੇ 5 6 ਆਪਾਂ ਕਰਦੇ ਹਾਂ ਤੇ ਮੈਨੂੰ ਆਉਂਦਾ ਵੀ ਹੁੰਦਾ ਤਾਂ ਮਤਲਬ ਪਰਪਸ ਇਹ ਆ ਵੀ ਚਲ ਅਗਲਾ ਆਉਂਦਾ ਭਗਲਣਾ ਬੱਤਾ ਕਰਦੇ ਆ ਨਵੇਂ ਮੈਂਬਰ ਆ ਉਹਨਾਂ ਨਾਲ ਜਾਣ ਪਛਾਣ ਹੁੰਦੀ ਆ ਨਾ ਇੰਜੋਏ ਕਰਦੇ ਆ ਤੇ ਇਹ ਰਸੋਈ ਚੋਂ ਨਹੀਂ ਨਿਕਲਣਾ ਮਤਲਬ ਵੀ ਮੈਂ ਆਹ ਬਣਾ ਰਿਹਾ ਉਹ ਮੈਨੂੰ ਆਉਂਦਾ ਵੀ ਆਪਾਂ ਮੈਨੂੰ ਚਾਹ ਛੱਡਦੇ ਹੁੰਦੇ ਹਾਂ ਵੀ ਰੋ ਨਹੀਂ ਘਰੇ ਬਣਾਉ ਬਾਹਰ ਦਾ ਕਿਹੜਾ ਖਾਣਾ ਹੁੰਦਾ ਹਾਂਜੀ ਪਰ ਮੈਨੂੰ ਕੋਸਾ ਆਇਆ ਨਾ ਵੀ ਤੇਰੀ ਖਾਤਰ ਸੁਬ ਕਰਦਿਆਂ ਵੀ ਮੈਨੂੰ ਬਾਹਰ ਨਾਲ ਕੀ ਮੈਂ ਤਾਂ ਖਾਂਦਾ ਹੀ ਨਹੀਂ ਬਾਹਰ ਦਾ ਮੈਂ ਤਾਂ ਵਿਆਹ ਜਾਵਾਂ ਕਿਤੇ ਤਾਂ ਨਹੀਂ ਖਾਂਦਾ ਮੈਨੂੰ ਕੋਕਿੰਦਾ ਬਹੁਤ ਸ਼ੌਕ ਹੈ ਪਰ ਇਹਦਾ ਆ ਹੀ ਹੁੰਦਾ ਵੀ ਬਸ ਡਗਦੀ ਢੰਡੀਆਂ ਨੇ ਵੀ ਸਾਰਾ ਕੁਝ ਮਤਲਬ ਵੀ ਐਵੇਂ ਨਹੀਂ ਫਿਰ ਜਿਵੇਂ ਤੂੰ ਦਿਨੇ ਗੱਲ ਕਰੀ ਜਾਂਦੇ ਸੀ ਤੁਸੀਂ ਹਨ ਸਬਜ਼ੀਆਂ ਦੇ ਵੀ ਉਹ ਤਿੰਨ ਤਿੰਨ ਚਾਰ ਚਾਰ ਬਣਾਉਣੀਆਂ ਦਾਲਾਂ ਬਣਾਉਣੀਆਂ ਮਫਲਾਨਾ ਬਣਾ ਲਿਆ ਮਾ ਪੜਥਾ ਬਣਾ ਲਿਆ ਬਸ ਹਿੰਮਤ ਹੀ ਹੈ ਮਤਲਬ ਆਪਣੇ ਜਿਧਣੀਆਂ ਗੱਲਾਂ ਸੰਭਵ ਨੇ ਇਹ ਸੇਮ ਲੜਾਈ ਸਾਡੇ ਚ ਵੀ ਹੁੰਦੀ ਆ ਮੈਂ ਨਾ ਮੇਰੀ ਬਿਲਕੁਲ ਇਦਾਂ ਦੀ ਆਦਤ ਹੈ ਤੇ ਜਦੋਂ ਸਾਰੇ ਚਲੇ ਜਾਂਦੇ ਆ ਨਾ ਫਿਰ ਘਰਦਿਆਂ ਨੂੰ ਪਤਾ ਹੁੰਦਾ ਵੀ ਹੁਣੇ 1 ਮਿੰਟ ਚ ਬੈੱਡ ਤੇ ਡਿੱਗ ਜੂਗੀ ਤੇ ਫਿਰ ਇਹਨੇ ਆਪ ਵੀ ਨਹੀਂ ਕੁਝ ਖਾਣਾ ਤੇ ਫਿਰ ਮੈਂ ਕਹਿੰਨੀ ਉਹਨਾਂ ਨੂੰ ਮੈਂ ਭਾਂਡੇ ਸਵੇਰੇ ਸੁਵਾ ਲੂਗੀ ਤੇ ਉਹ ਫਿਰ ਸਾਡੇ ਘਰ ਵੀ ਲੜਾਈ ਹੁੰਦੀ ਹੈ ਵੀ ਜਦੋਂ ਬਾਹਰੋਂ ਸਭ ਕੁਝ ਮਿਲ ਸਕਦਾ ਤਾਂ ਘਰੇ ਐਨਾ ਕੁਝ ਕਰਨ ਦੀ ਕੀ ਲੋੜ ਹਨ ਕਦੇ ਉਸ ਪਾਸੇ ਧਿਆਨ ਹੀ ਨਹੀਂ ਗਿਆਗਾ ਵੀ ਮੈਂ ਲੱਗਦਾ ਹੁੰਦਾ ਵੀ ਨਹੀਂ ਐ ਤਨੀ ਆਦਤ ਹੀ ਨਹੀਂ ਪਈ ਜਿਵੇਂ ਕਹੇ ਲੋਕ ਜਦੋਂ ਮੈਂ ਨਾ ਤੁਹਾਡੀ ਫੇਸਬੁੱਕ ਤੇ ਫੋਟੋ ਦੇਖੀ ਸੀ ਬਾਜਨਬਾਈ ਮੈਨੂੰ ਐ ਲੱਗਿਆ ਸੀ ਵੀ ਤੁਸੀਂ ਨਾ ਬਹੁਤ ਸੌਰੀ ਮੈਨੂੰ ਲੱਗਿਆ ਸੀ ਬਹੁਤ ਆਕੜ ਵਾਲੇ ਹੋਵੋਗੇ ਜਾਇ ਨਾ ਇਹ ਸਾਰਿਆਂ ਨੂੰ ਪਹਿਲਾ ਐਂ ਐਕਸਪੀਰੀਅੰਸ ਹੁੰਦਾ ਹੈ ਹਾਂਜੀ ਵੀ ਫੋਟੋ ਵੇਖਣ ਜਾਂ ਵੀ ਐ ਹੋਵਾ ਮੈਂ ਵੀ ਚੁੱਪ ਕਰੇ ਜਿਵੇਂ ਮੰਨ ਲਓ ਕਿ ਸਬਜ਼ੀ ਕੱਟੀ ਜਾਨੀ ਹੈ ਹਨਾ ਮੇਰੇ ਮੂੰਹ ਤੇ ਕੋਈ ਐਕਸਪ੍ਰੈਸ਼ਨ ਨਹੀਂਗਾ ਤੇ ਅਗਲਾ ਐਂ ਸੋਚੂਗਾ ਵੀ ਇਹ ਕਿੰਨੀ ਗੁੱਸੇ ਵਾਲੀ ਹੈ ਉਹ ਨਾ ਸਾਡੇ ਸਾਹਮਣੇ ਭੰਜੀ ਹੈ ਇੱਕ ਘਰ ਦੇ ਇੱਥੇ ਨਾਲ ਹੀ ਹੈ ਜਗਦੀਸ਼ ਤੇ ਨਾ ਵੀ ਉਹ ਕਹਿੰਦੀ ਨਾ ਵੀ ਮੈਂ ਸੋਚਦੀ ਹੁੰਦੀ ਸੀ ਕਿ ਵੀ ਆ ਉਦੋਂ ਨਾ ਮੇਰੇ ਬਾਇ ਕਟਿੰਗ ਸੀ। ਹਾਂਜੀ। ਤੇ ਵੀ ਆਏ ਦੇ ਕਰਕੇ ਵੀ ਮਤਲਬ ਕਿ ਜਦੋਂ ਕੀਮੇ ਤੋਂ ਬਾਅਦ ਵਾਲ ਆਏ ਤੇ ਇੱਕੋ ਜਿਹੀ ਨਹੀਂ ਆਉਨੇ ਹਨਾ ਤੇ ਫਿਰ ਥੋੜਾ ਥੋੜਾ ਐ ਲੰਬੇ ਕੀਤੇ ਮੈਂ ਤੇ ਉਦੋਂ ਬਾਇ ਕਟਿੰਗ ਸੀ ਹਨਾ ਤੇ ਉਹ ਮੇਰੇ ਵਾਲ ਵੇਖ ਕੇ ਸੋਚਿਆ ਕਰੇ ਹਨਾ ਵੀ ਉਹਨੂੰ ਐ ਲੱਗੇ ਵੀ ਇਹ ਤਾਂ ਕੋਈ ਖਾਸ ਹੀ ਹੋਊਗੀ ਹਨਾ ਵੀ ਜਿਵੇਂ ਕੁੜੀਆਂ ਤਾਂ ਬਾਇ ਕਟਿੰਗ ਨਹੀਂ ਕਰਾਉਂਦੀਆਂ ਗੀਆਂ ਹਨਾ ਵੀ ਇਹ ਤਾਂ ਜ਼ਿਆਦਾ ਹੀ ਐਟੀਟਿਊਡ ਵਾਲੀ ਹੋਊਗੀ ਮੇਰੀ ਸੈਲੀ ਤਾਂ ਨਹੀਂ ਬਣਾਂਏ ਨੇ ਹਨਾ ਤੇ ਵੈਸੇ ਮੇਰਾ ਦਿਲ ਕਰਦਾ ਵੀ ਇਹ ਸੈਲੀ ਹੋਵੇ ਮੇਰੀ ਹਨਾ ਤੇ ਉਹਦਾ ਰੰਗ ਥੋੜਾ ਜਿਹਾ ਸਾਉਂਲਾ ਹੈ। ਹਾਂ। ਵਾਲ ਬਹੁਤ ਕੰਗਰਾਲੇ ਆ। ਹੈਨਾ? ਤੇ ਕੋ ਮਾਲਾ ਬਹੁਤ ਪਾਉਂਦੀ ਐ ਗਲੇ 'ਚ। ਵੀ ਇੱਕ ਅੱਧੀ ਮਾਲਾ ਤਾਂ ਉਹਦੇ ਪਾਈ ਹੁੰਦੀ ਐ। ਦੋ ਵੀ ਪਾ ਲੈਂਦੀ। ਹਾਂਜੀ। ਹੈਨਾ? ਤੇ ਮੈਂ ਸੋਚਿਆ ਕਰਾਂ ਨਾ ਵੀ ਇਹ ਕੋਈ ਫੌਜੀ ਅਫਸਰ ਨੇ ਕਰਾਇ ਤੇ ਕੋਠੀ ਲਈ ਹੋਣੀ ਐ। ਤੇ ਕੋਈ ਸਾਊਥ ਇੰਡੀਅਨ ਲੇਡੀ ਹੋਗੀ ਉਹਦੇ ਘਰ ਵਾਲੀ ਹੈਨਾ। ਤੇ ਵੀ ਵੈਸੇ ਇਹਨੇ ਮੇਰੀ ਫਰੈਂਡ ਨਹੀਂ ਮੰਨਾ। ਅਸੀਂ ਬਹੁਤ ਜ਼ਿਆਦਾ ਇੱਕ ਦੂਜੇ ਬਾਰੇ ਇਹ ਸੋਚੀ ਗਏ ਵੀ ਉਹਨੇ ਉਹ ਮੇਰੇ ਤੇ ਇਹ ਪ੍ਰਭਾਵ ਕਬੂਲ ਗਈ। ਵੀ ਇਹ ਥੋੜੀ ਜਿਹੀ ਐਟੀਟਿਊਡ ਵਾਲੀ ਐ। ਮੈਂ ਉਹਦੇ ਸੋਚੀ ਵੀ ਇਹ ਆਊਟਸਾਈਡਰ ਆ ਵੀ ਇਹਨੇ ਵੀ ਨਹੀਂ ਮੇਰੀ ਫ ਤੇ ਹੋਂ ਜਦੋਂ ਅਸੀਂ ਇਹ ਗੱਲ ਸੋਚਦੇ ਆਂ ਤੇ ਅਸੀਂ ਦੋਨੇ ਬਹੁਤ ਹੱਸਦੇ ਆਂ ਹਾਂਜੀ ਉਹ ਵੀ ਜਗਦੀਸ਼ ਵੀ ਬਹੁਤ ਹੱਸਦੀ ਆ ਤੇ ਮੈਂ ਵੀ ਬਹੁਤ ਹੱਸਦੀ ਆ ਨਹੀਂ ਮੈਨੂੰ ਬਿਲਕੁਲ ਤੁਹਾਡਾ ਪਹਿਲਾ ਇਮਪ੍ਰੈਸ਼ਨ ਐਵੇਂ ਹੀ ਲੱਗਿਆ ਸੀਗਾ ਤੇ ਜਦੋਂ ਮੈਂ ਤੁਹਾਡੇ ਨਾਲ ਗੱਲ ਕੀਤੀ ਫਿਰ ਮੈਨੂੰ ਵਧੀਆ ਲੱਗਿਆ ਹਨਾ ਤੇ ਬਾਜੀ ਆਪਣੇ ਸਹੁਰਿਆਂ ਦੀ ਨਜ਼ਰ ਚ ਕਿਹੋ ਜੇ ਜਵਾਈ ਨੇ ਵਧੀਆ ਜ਼ਿੰਮੇਵਾਰ ਨੇ ਬਹੁਤ ਜ਼ਿੰਮੇਵਾਰ ਨੇ ਹਾਂਜੀ ਤੁਹਾਡੇ ਪੇਰੈਂਟਸ ਖੁਸ਼ ਨੇ ਨਾ ਤਾਂ ਹਾਂਜੀ ਹਾਂਜੀ ਜਦੋਂ ਤੁਸੀਂ ਰਿਸ਼ਤੇ ਦੀ ਗੱਲ ਕੀਤੀ ਸੀਗੀ ਉਦੋਂ ਉਹਨਾਂ ਦਾ ਜਿਹੜਾ opinion ਸੀ ਉਹਦੇ ਨਾਲੋਂ ਹੁਣ ਕਿੰਨਾ ਕੁ ਵੱਖਰਾ ਜਮਾਈ ਬਕਰੇ ਇਹ ਜਾ ਕੇ ਕਹਿੰਦੇ ਨੇ ਸੌਰਿਆਂ ਚ ਫਰਮਾਇਸ਼ ਕਰਦੇ ਵੀ ਕੁਛ ਐਦਾਂ ਦਾ ਮੇਰੇ ਲਈ ਮੈਂ ਜਵਾਈ ਆ ਐਦਾਂ ਦਾ ਮੇਨਟੇਨ ਕਰੋ ਜਾਂ ਆ ਚੀਜ਼ਾਂ ਮੇਰੇ ਲਈ ਕਰੋ ਨਹੀਂ ਕਰਦੇ ਹੁਣ ਮੈਂ ਕੀ ਕਹਾਂ ਲੋਗ ਆ ਦਸਾਈਏ ਹੋ ਦੱਸੋ ਕਹਿਣਾ ਕੀ ਨਹੀਂ ਡਰੋਂ ਨਾਲ ਤੂੰ ਹੀ ਉਹਨਾਂ ਦਾ ਨਹੀਂ ਨਹੀਂ ਡਰ ਵੀ ਨਹੀਂ ਕਰਉਂ ਪਤਾ ਨਹੀਂ ਕਿਉਂ ਕਰਫੋਰ ਹੋ ਰਹੀ ਹੈ ਲੋ ਸਹੀ ਗੱਲ ਤੇਰਾ ਮਨ ਕਹਿੰਦਾ ਉਹ ਕਰ ਨਾ ਨਹੀਂ ਕੋਈ ਫਰਮਾਇਸ਼ ਨਹੀਂ ਹੁੰਦੀ ਇਹਨਾਂ ਹਾਂਜੀ ਤੁਹਾਨੂੰ ਲੱਗਦਾ ਵੀ ਜਿਵੇਂ ਕਈ ਕੁੜੀਆਂ ਕਹਿੰਦੀਆਂ ਨੇ ਮੈਨੂੰ ਲੱਗਦਾ ਮੈਂ ਆਪਣੀ ਭੈਣ ਭਰਾਵਾਂ ਚੋਂ ਸਾਰਿਆਂ ਚੋਂ ਲੱਕੀ ਆ ਵੀ ਮੇਰੇ ਹਸਬੰਦ ਮੈਨੂੰ ਇੰਨਾ ਪਿਆਰ ਕਰਦੇ ਆ ਇਹ ਫੀਲਿੰਗ ਆਉਂਦੀ ਆ ਤੁਹਾਨੂੰ ਇਹ ਤਾਂ ਆਉਂਦੀ ਆ ਹਾਂਜੀ ਮਾਰਦੇ ਹਾਂ ਰੋਬ ਜਾ ਕੇ ਤੇ ਇਹ ਕਿਦਾਂ ਦੇ ਨੋ ਨੇ ਆਪਣੇ ਸਾਰੇ ਪਰਿਵਾਰ ਲਈ ਬਹੁਤ ਵਧੀਆ ਰਵਿੰਦਰ ਬਹੁਤ ਜਿਆਦਾ ਵਧੀਆ ਵੀ ਆਵੇਂ ਹੁਣ ਕਹਿਣ ਨੂੰ ਆਪਾਂ ਕੋਈ ਨੁਕਸ ਕੱਢੀ ਜਾਈਏ ਕਿਸੇ ਚੋ ਤਾਂ ਲੱਗ ਗੱਲ ਆ ਰਜਨਾ ਇਹ ਮਤਲਬ ਮਰਦੀ ਖਪਦੀ ਆ ਘਰ ਦੀ ਖਾਤਰ ਹਰੇਕ ਪਾਸਿਓ ਮਤਲਬ ਜਿਵੇਂ ਕੋਈ ਸੇਵਿੰਗਸ ਹੁੰਦੀਆਂ ਪੈਸਾ ਇਧਰ ਉਧਰ ਨਹੀਂ ਮਤਲਬ ਜਾਣ ਦੇਣਾਗਾ ਵੀ ਕਮਾਲ ਦੀਆਂ ਕੁਆਲਿਟੀ ਨੇ ਵੀ ਉਹਨਾਂ ਦੀ ਡਿੜੇ ਕੱਪੜੇ ਸੂਟ ਕਾ ਕਾ ਛੜਕਾਂ ਦੇ ਦੇ ਕੇ ਮਤਲਬ ਭੇਜਣਾ ਪੈਂਦਾ ਵੀ ਤੂੰ ਲਿਆ ਹੁਣ ਕੀ ਜਲੂਸ ਕੱਢੀ ਫਿਰਦੀ ਆ ਆਪਣੀ ਅੱਛਾ ਜੀ ਹਾਂ ਸਟਿਚਿੰਗ ਵੀ ਆਪ ਕਰਦੀ ਆ ਮੇਰਾ ਸੂਟ ਆਪ ਦਾ ਸਟਿਚ ਕੀਤਾ ਉਹ ਪਹਿਲਾਂ ਹੀ ਦੱਸ ਦੇ ਜੀ ਕਹਿੰਦੇ ਵੀ ਹੈਗੇ ਆ ਮੇਂ ਇੰਗਲਿਸ਼ ਨਹੀਂ ਪਰ ਸਟੌਂਗ ਸਾਰੀ ਘਰੇਲੂ ਨੇ ਸਰਬਜੀ ਹੈ ਜਿਵੇਂ ਸਬਜ਼ੀ ਚ ਗੋਭੀ ਫਲਾਨੀ ਦੁਕਾਨ ਤੋਂ ਲੈਣੀ ਹੈ ਟਮਾਟਰ ਫਲਾਨੀ ਤੋਂ ਲੈਣੇ ਆ ਵੀ ਜਿੱਥੋਂ ਵੀ ਟਮਾਟਰ ਫਲਾਨੇ ਤੋਂ ਸਸਤੇ ਮਿਲਦੇ ਆ ਗੋਭੀ ਫਲਾਨੇ ਤੋਂ ਸਸਤੀ ਮਿਲਦੀ ਆ ਇਹਨੇ ਪੂਰੇ ਮਤਲਬ ਰੇਕੀ ਕੀਤੀ ਵੀ ਆ ਸ਼ਹਿਰ ਚ ਨਹੀਂ ਫਿਰ ਮੈਨੂੰ ਲੱਗਦਾ ਵੀ ਤੁਹਾਨੂੰ ਇਹਨਾਂ ਨੇ ਕਿਵੇਂ ਪਸੰਦ ਕਰ ਲਿਆ ਵੀ ਨਹੀਂ ਚਲੋ ਆ ਠੀਕ ਆ ਨਾ ਇੰਨਾ ਚੂਜ਼ੀ ਬੰਦਾ ਹਾਂ ਬੜੇ ਬਹੁਤ ਚੂਜ਼ੀ ਹਾਂ ਹੂੰ ਨੇ ਵੈਸੇ ਬਹੁਤ ਸੋਚ ਸਮਝ ਕੇ ਉਹਨਾਂ ਨੇ ਪਸੰਦ ਕੀਤਾ ਹਨਾ ਇੱਕ ਸਾਹਿਤਕਾਰ ਪਤਨੀ ਦਾ ਬਹੁਤ ਸੌਖੀ ਹੈ ਚੱਲਣੀ ਪਰ ਸਾਹਿਤਕਾਰ ਪਤੀ ਕਿਤੇ ਕਿਸੇ ਨੂੰ ਮਿਲਦੇ ਨੇ ਹਨਾ ਵੀ ਇਹ ਕਹਿੰਦੇ ਬਹੁਤ ਸਿਆਣੇ ਹੁੰਦੇ ਨੇ ਲੇਖਕ ਬੰਦਾ ਤਾਂ ਵੈਸੇ ਹੀ ਬਹੁਤ ਔਰਤ ਦੀ ਇੱਜ਼ਤ ਕਰਦਾ ਹਨਾ ਹਾਂਜੀ ਹਾਂਜੀ ਤੇ ਤੁਸੀਂ ਤੋਹਫੇ ਮੰਗਦੇ ਉਹਨਾਂ ਨੂੰ ਉਹ ਤਾਂ ਵੈਸੇ ਕਹਿੰਦੇ ਬਹੁਤ ਕੰਜੂਸ ਨੇ ਵੀ ਨਹੀਂ ਆਪਣੇ ਤੇ ਖਰਚਾ ਕਰਦੇ ਹਮੇਸ਼ਾ ਕਰ ਜੋੜ ਨਹੀਂ ਮੰਗਦੀ ਨਹੀਂ ਮੰਗਦੇ ਕੋਈ ਤੋਹਫਾ ਦਿੰਦਾ ਇਹਨਾਂ ਨੇ ਅਜੇ ਤੱਕ ਤੁਹਾਨੂੰ ਬਹੁਤ ਖਾਸ ਆਂਣਿਆਂ ਦਾ ਨਾਂ ਨਾਲੇ ਸਾਰੀਆਂ ਪਹਿਣਾ ਹੀ ਕਹਿ ਦਿੰਦੀਆਂ ਨੇ ਅਥਲੂ ਐਸਨਾ ਸ਼ੋਪਿੰਗ ਹੀ ਮੈਂ ਕਰਦੀ ਆ ਅੱਛਾ ਜੀ ਇੰਨਾ ਵਾਸਤੇ ਵੀ ਮੈਂ ਕਰਦੀ ਹਾਂ ਹਾਂਜੀ ਐ ਤਾਂ ਕੋਈ ਕੁਛ ਨਾ ਕੋਸਲੇ ਆਈ ਦਿੰਦੇ ਤੇ ਪਰ ਐ ਨਹੀਂ ਵੀ ਮਤਲਬ ਕਿ ਬੀਤੇ ਵਿੱਚ ਕੁਝ ਵੀ ਇਹਨਾਂ ਨੇ ਖਰੀਦਣਾ ਹੈ ਹਨਾ ਜਿਵੇਂ ਇਹ ਵੀ ਸਰਦੀ ਆ ਗਈ ਸਰਦੀ ਵਾਲੇ ਕੱਪੜੇ ਖਰੀਦਨੇ ਆ ਇਨਰਸ ਖਰੀਦਨੇ ਆ ਜਰਾਬਾਂ ਖਰੀਦਣੀਆਂ ਹੈ ਹਨਾ ਤੋਂ ਲਿਆ ਕੇ ਰੱਖ ਦਿੰਨੀ ਆ ਵੀ ਆ ਤੁਹਾਡਾ ਸਮਾਨ ਲਿਆਂਦਾ ਪਿਆ ਗਰਮੀਆਂ ਵਾਲਾ ਲਿਆਂਦਾ ਪਿਆ ਤੁਹਾਡੀਆਂ ਟੀ-ਸ਼ਰਟਾਂ ਲਿਆਂਦੀਆਂ ਪਈਆਂ ਘਰੇ ਪਾਉਣ ਵਾਲੀਆਂ ਹੈਨਾ ਕਈ ਵਾਰੀ ਐ ਹੁੰਦਾ ਵੀ ਆ ਤੁਸੀਂ ਆ ਸ਼ਰਟ ਤਾਂ ਹੁਣ ਆਪ ਜਾ ਕੇ ਲਿਓ ਨਾਲ ਅੱਛਾ ਇਹ ਬਿਲਕੁਲ ਨਹੀਂ ਸ਼ੋਪਿੰਗ ਕਰਦੇ ਅੰਬੀ ਕਰਦੇ ਆ ਜਿਵੇਂ ਵੀ ਮੈਂ ਨਾਲ ਹੀ ਹੁੰਨੀ ਆ ਇਕੱਲੇ ਨਹੀਂ ਕਰਦੇਗੀ ਮੇਰਾ ਰਵੰਦਰ ਇਹ ਵੀ ਜੀਨ ਮਤਲਬ ਇੱਕ ਜੀਨ ਲੈਣੀ ਹੈ ਇੱਕ ਟੀ-ਸ਼ਰਟ ਲੈਣੀ ਹੈ ਸ਼ਰਟ ਲੈਣੀ ਹੈ ਤੇ ਜਾਂ ਕੋਈ ਜੈਕਟਸ ਲੈਣੀ ਆਉਂਦੀ ਬਾਕੀ ਜਿਹੜਾ ਕੋਈ ਵਿਆਹ ਸ਼ਰਦੀ ਤੇ ਕੋਟ ਪੈਂਟ ਪਾਉਣੇ ਹੋਏ ਨਹੀਂ ਚੂਜ਼ ਕਰਨੇ ਆ ਵੀ ਆ ਕਿਹੜਾ ਮੈਂ ਤਾਂ ਪਾਉਂਦਾ ਨਹੀਂ ਆ ਉਹ ਕੋਈ ਆਫਿਸ ਵਗੈਰਾ ਪਾਉਣਾ ਪੈਂਦਾ ਕਿੱਥੇ ਕਰਨ ਜਾਂਦੇ ਆ ਤਕਰੀਬਨ ਸ਼ਾਪਿੰਗ ਕਰਨ ਕਿੱਥੇ ਜਾਂਦੇ ਆ ਘੁੰਮਣ ਜਾਂਦੇ ਹੋ ਤੁਸੀਂ ਵੀਕੇਸ਼ਨ ਹਾਂਜੀ ਹਾਂਜੀ ਵੀਕੇਸ਼ਨਸ ਤੇ ਜਾਂਦੇ ਆ ਨਹੀਂ ਤਾਂ ਇਹ ਵੀ ਸ਼ਿਕਾਇਤ ਹੁੰਦੀ ਆ ਨਾ ਵੀ ਦੋਸਤਾਨਾ ਬਹੁਤ ਜਾਂਦੇ ਨੇ ਘਰਦਿਆਂ ਨੂੰ ਲੈ ਕੇ ਜਾਂਦੇ ਨਹੀਂ ਨਹੀਂ ਇਹ ਜਿਗਾਨੀ ਮੈਂ ਸੰਗ ਦੀ ਰਿਤ ਦੀ ਹੁੰਨੀ ਆ ਮੈਨੂੰ ਸਫਰ ਥੋੜਾ ਜਿਹਾ ਔਖਾ ਲੱਗਦਾ ਪਰ ਇਹਨਾਂ ਨੂੰ ਹੁੰਦਾ ਵੀ ਜੇ ਮੈਂ ਦੋਸਤਾਂ ਨਾਲ ਗਿਆ ਚਲਾ ਫਿਰ ਬੱਚੇ ਰਹਿ ਜਾਣਗੇ ਹੁਣ ਤੈਨੂੰ ਜੇ ਘੱਟ ਚੰਗਾ ਲੱਗਦਾ ਤੇ ਫਿਰ ਬੱਚਿਆਂ ਦਾ ਤਾਂ ਕੋਈ ਕਸੂਰ ਨਹੀਂ ਇਹਦੇ ਵਿੱਚ ਤੇ ਫਿਰ ਜਾਣੇ ਅਸੀਂ ਤਾਂ ਜਦੋਂ ਦਾ ਵਿਆਹ ਹੋਇਆ ਰੁਪਿੰਦਰ ਵੀ ਉਦੋਂ ਲਗਦਾ ਇੱਕ ਸਾਲ ਤਾਂ ਉਦੋਂ ਮਿਸ ਹੋਇਆ ਜਦੋਂ ਇਹ ਬਿਮਾਰ ਹੋਈ ਹੈ ਆਪਰੇਟ ਹੋਇਆ ਦਾ ਇੱਕ ਕੋਵਿਡ ਕਰਕੇ ਤੇ ਇੱਕ ਕੋਵਿਡ ਕਰਕੇ ਆਦਰਵਾਈਜ਼ ਮਤਲਬ ਵੀ ਦੋ ਟੂਰ ਅਸੀਂ ਲਾਉਣੇ ਹੀ ਲਾਉਣੇ ਆ ਸਾਲ ਚਕ ਦਸੰਬਰ ਚ ਤੇ ਇੱਕ ਜੂਨ ਚ ਜੂਨ ਚ ਮੈਂ ਇਹਨਾਂ ਨਾਲ ਬੱਚਿਆਂ ਨਾਲ ਕਿਉਂਕਿ ਉਦੋਂ ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਔਰ ਪੰਜ ਸੱਤ ਦਿਨ ਲਾਇਆ ਜੀਦੇ ਤੋਂ ਦਸੰਬਰ ਚ ਮਾਪਦੇ ਦੋਸਤਾਂ ਨਾਲ ਉਦੋਂ ਕੋ ਸੱਤ ਪਛੁੱਟੀਆਂ ਹੁੰਦੀਆਂ ਹੁੰਗੀਆਂ ਉਦੋਂ ਤਿੰਨ ਚਾਰ ਦਿਨ ਮਤਲਬ ਦੋਸਤਾਂ ਨਾਲ ਕਦੇ ਕਿਸੇ ਵੀ ਕੌਸਟ ਤੇ ਮੈਸ ਨਹੀਂ ਕਰਦੇ ਸੀ ਇਹਦੀ ਕੰਜੂਸੀ ਦੇ ਬਾਵਜੂਦ ਵੀ ਇਹਨਾਂ ਚ ਸਭ ਤੋਂ ਚੰਗਾ ਤੁਹਾਨੂੰ ਕੀ ਲੱਗਦਾ ਕਿਹੜੀ ਕੁਆਲਿਟੀ ਹੈ ਜਿਹੜੀ ਸਭ ਤੋਂ ਚੰਗੀ ਲੱਗਦੀ ਆ ਸਭ ਤੋਂ ਚੰਗੀ ਤਾਂ ਕੁਆਲਿਟੀ ਜੇ ਕਹਣੀ ਹੋਵੇ ਰਪਿੰਦਰ ਵੀ ਜਦੋਂ ਮੈਂ ਟੁੱਟਿਆ ਹੋਇਆ ਸੀ ਸੋਸਾਇਟੀ ਨਾਲੋਂ ਮਤਲਬ ਉਹ ਇਹਨੇ ਮੈਨੂੰ ਜੋੜਤਾ ਸਾਰਿਆਂ ਨਾਲ ਵੀ ਜਿੰਨੇ ਰਿਸ਼ਤੇ ਨਾਤੇ ਹਨ ਵੀ ਹੁਣ ਮਾਤਾ ਜੀ ਸੀ ਘਰ ਚ ਇਕੱਲੇ ਉਹ ਹੁਣ ਕਿੱਥੇ ਕਿੰਨਾ ਕੁ ਕਿਤੇ ਜਾ ਸਕਦੇ ਆ ਕਿੰਨਾ ਕੁ ਵਿਚਰ ਸਕਦੇ ਆ ਇਹ ਬਹੁਤ ਕੁਆਲਿਟੀ ਆ ਇਹਦੇ ਚ ਵੀ ਉਮਰੀ ਅਨੁਸਾਰੀਆਂ ਕਜ਼ਨਸ ਹੋ ਗਿਆ ਹਨਾ ਮਾਮੇ ਚਾਚੇ ਭੂਆ ਇੰਨੀ ਜ਼ਿਆਦੇ ਬਣਦੀ ਐ ਇਹਦੀ ਉਹਨਾਂ ਨਾਲ ਹਰੇਕ ਨਾਲ ਨਿੱਕੇ ਬੱਚੇ ਤੋਂ ਲੈ ਕੇ ਮਤਲਬ ਵੱਡੇ 80-80 ਸਾਲ ਦੇ ਬਜ਼ੁਰਗਾਂ ਤੱਕ ਵੀ ਉਹਨਾਂ ਨੂੰ ਚਾਹ ਰੰਦਾ ਵੀ ਅਸੀਂ ਇਹਦੇ ਕੋਲੇ ਸੋਨੂ ਕੋਲੇ ਜਾਣਾ ਜਾਂ ਇਹ ਸਾਡੇ ਕੋਲੇ ਆਈ ਵੀ ਐ ਇਹ ਮੈਨੂੰ ਮਤਲਬ ਬਹੁਤ ਅੱਛੀ ਲੱਗਦੀ ਹੈ ਗੱਲ ਕਿਉਂਕਿ ਸਾਡੀ ਮਤਲਬ ਰਵਾਇਤਾਂ ਵੀ ਇਹੀ ਆ ਸਾਡਾ ਮਤਲਬ ਸੱਭਿਆਚਾਰ ਹਨਾ ਅਸ਼ੋਕੜ ਵੀ ਇਸ ਤਰ੍ਹਾਂ ਦਾ ਵੀ ਅਸੀਂ ਮਾਵੇ ਪਸ਼ੋਕੜ ਨਾਲ ਆਪਦੇ ਰਿਸ਼ਤੇ ਨਾਲ ਜੁੜ ਕੇ ਰਹਿਣੇ ਆ ਜੇ ਮੈਨੂੰ ਲੱਗਦਾ ਵੀ ਇਦੀ ਥਾਂ ਤੇ ਕੋਈ ਹੋਰ ਹੁੰਦਾ ਤਾਂ ਮੈਂ ਉਸ ਚੀਜ਼ ਨੂੰ ਬਹੁਤ ਮਿਸ ਕਰਨਾ ਸੀ ਮੈਂ ਟੁੱਟ ਜਾਣਾ ਸੀਗਾ ਹੁਣ ਅਸੀਂ ਆਇਆ ਵੀ ਲਗਭਗ ਮਤਲਬ ਜੇ ਹਫ਼ਤੇ ਚ ਨਹੀਂ ਤਾਂ ਮਤਲਬ ਦਸਾਂ ਦਿਨਾਂ ਬਾਅਦ ਪਿੰਡ ਜਾਣੇ ਹੀ ਆ ਨਾਨਕੇ ਵੀ ਜਾਣੇ ਆ ਆਪਦੇ ਪਿੰਡ ਵੀ ਜਾਣੇ ਤੇ ਮੈਨੂੰ ਹੁਣ ਉਹ ਫਿਕਰ ਨਹੀਂ ਰਹਿੰਦਾਗਾ ਕਿ ਮੈਂ ਕਿਸੇ ਨੂੰ ਬੁਲਾਉਣਾ ਆ ਜਾਂ ਮੈਂ ਕਿਸੇ ਨੂੰ ਵਿਸ਼ ਕਰਨੀ ਆ ਜਾਂ ਮੈਂ ਕਿਸੇ ਨੂੰ ਇਹ ਕਹਿਣਾ ਕਿ ਤੁਸੀਂ ਆਇਓ ਜੀ ਫ੍ਰੀਕਾਟ ਮਿਲਣ ਮਤਲਬ ਉਹ ਸਾਰਾ ਵਿਭਾਗ ਨੇ ਬਹੁਤ ਵਧੀਆ ਸੰਭਾਇਆ ਵਾ ਹਾਂ ਤੇ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਮੇਰੇ ਪਾਪਾ ਦਾ ਵੀ ਸੁਭਾਅ ਸੀ ਵੀ ਉਹ ਪਿੰਡ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਸੀ ਬੇਸ਼ੱਕ ਉਹ ਸਾਰੀ ਉਮਰ ਬਾਹਰ ਰਹੇ ਨੌਕਰੀ ਕੀਤੀ ਉਹਨਾਂ ਨੇ ਪਰ ਉਹਨਾਂ ਨੇ ਦੂਜੇ ਚੌਥੇ ਪੰਜਵੇਂ ਸੱਤਵੇਂ ਜਦੋਂ ਟਾਈਮ ਲੱਗਣਾ ਮੋਟਰਸਾਈਕਲ ਚੱਕਣਾ ਪਿੰਡ ਜਾਣਾ ਹੀ ਜਾਣਾ ਜੁੜੇ ਹੋਏ ਸੀ ਤਾਂ ਮੈਨੂੰ ਅੱਛੀ ਲੱਗਦੀ ਹੁੰਦੀ ਹੈ ਗੱਲ ਵੀ ਮੈਂ ਵੀ ਉਸੇ ਤਰ੍ਹਾਂ ਜੁੜਿਆ ਰਹਾ ਮੈਂ ਇਹਦਾ ਬਹੁਤ ਵੱਡਾ ਹੱਥ ਆ ਉਸ ਗੱਲ 'ਚ ਤੁਹਾਨੂੰ ਕੋਈ ਅਣਗੈਲੀ ਨਹੀਂ ਲੱਗਦੀ ਇੰਨਾ ਚ ਤੁਹਾਡੇ ਮਾਮਲੇ ਨੂੰ ਲੈ ਕੇ ਵੀ ਮਤਲਬ ਤੁਸੀਂ ਐਨੀਵਰਸਰੀ ਮਨਾਉਂਦੇ ਹੋ ਆਪਣੀ ਸਾਲਗिरा ਕੋਈ ਜਨਮ ਦਿਨ ਹਾਂ ਮਨਾ ਵੀ ਲੈਂਦੀ ਆ ਪਰ ਹਰੇਕ ਸਾਲ ਮਨਾਈਏ ਵੀ ਜ਼ਰੂਰੀ ਹੈ ਮਤਲਬ ਕੁਛ ਨਹੀਂ ਲੱਗਦਾ ਵੀ ਨਹੀਂ ਮੇਰੇ ਲਈ ਖਾਸ ਕਰੋ ਕੋਈ ਐਵੇਂ ਦਾ ਨਹੀਂ ਲੱਗਦਾ ਵੀ ਇੱਥੇ ਤੁਸੀਂ ਮੈਨੂੰ ਇਗਨੋਰ ਕੀਤਾ ਅੱਜ ਕੱਲ ਤਾਂ ਮਤਲਬ ਕਹਿੰਦੇ ਨੇ ਵੀ ਜੇ ਵਿਆਹ ਹੋ ਜਾਂਦਾ ਫਿਰ ਉਸ ਤੋਂ 6 ਮਹੀਨੇ ਬਾਅਦ ਵੀ ਉਹਨੂੰ ਮਨਾਉਣਾ ਸਾ ਮਹੀਨੇ ਬਾਅਦ ਵੀ ਫਿਰ ਸਾਲ ਤੇ ਗੱਲ ਆ ਜਾਂਦੀ ਹੈ ਨਾ ਤੇ ਉਹਦੇ ਪਿੱਛੇ ਵੀ ਬਹੁਤ ਜ਼ਿਆਦਾ ਲੜਾਈਆਂ ਹੁੰਦੀਆਂ ਨੇ ਨਹੀਂ ਜੇ ਕਿਤੇ ਮੈਂ ਰਸਵੀ ਜਾਵਾਂ ਇਹ ਮਨਾਉਂਦੇ ਨਹੀਂ ਤੇ ਫਿਰ ਮੈਨੂੰ ਐ ਹੁੰਦਾ ਵੀ ਮੇਰੇ ਤੋਂ ਬੋਲੇ ਵੀ ਨਾ ਰਹਿ ਹੀ ਨਹੀਂ ਜਾਂਦਾਗਾ ਤੇ ਮੈਂ ਆਪੇ ਮੰਨ ਜਾਨੀ ਆ ਦਿਲ ਚ ਹੁੰਦਾ ਨੇ ਵੀ ਕਿਵੇਂ ਦੇ ਬੰਦੇ ਨੇ ਨਹੀਂ ਮੈਨੂੰ ਤਾਂ ਕਹਿ ਦਿੰਨੀ ਹੁੰਦੀ ਆ ਕਿਵੇਂ ਦੇ ਤੁਸੀਂ ਮਨਾ ਨਹੀਂ ਸਕਦੇ ਮੈਂ ਕਦੋਂ ਦੀ ਮੇਰਾ ਮੂੰਹ ਵੀ ਨਹੀਂ ਫੁੱਲਿਆ ਵਿੱਚ ਤੁਸੀਂ ਖਾਣਾ ਤਾਂ ਤੁਸੀਂ ਬਹੁਤ ਸਵਾਦ ਬਣਾਉਂਦੇ ਹੋ ਨਾ ਤੁਹਾਨੂੰ ਬਹੁਤ ਸ਼ੌਂਕ ਆ ਮਤਲਬ ਖਾਣਾ ਬਣਾਉਣ ਦਾ ਤੇ ਇਹ ਇਹਨਾਂ ਦਾ ਦਿਲ ਜਿੱਤਣ ਲਈ ਤੁਸੀਂ ਕਰਦੇ ਹੋ ਕਿ ਤੁਹਾਨੂੰ ਐਸੀ ਬਹੁਤ ਨਹੀਂ ਐਸੀ ਸ਼ੌਂਕ ਇਹਨਾਂ ਨੂੰ ਖਾਣ ਦਾ ਵੀ ਹੈ ਨਹੀਂ ਸ਼ੌਂਕ ਅੱਛਾ ਜੀ ਹਾਂਜੀ ਜਦੋਂ ਇੱਕ ਕਿਤਾਬਾਂ ਪੜਦੇ ਨੇ ਜਾਂ ਕਿਤਾਬਾਂ ਦੀਆਂ ਗੱਲਾਂ ਕਰਦੇ ਨੇ ਤੁਹਾਨੂੰ ਮਤਲਬ ਚੰਗਾ ਲੱਗਦਾ ਕਿ ਤੁਸੀਂ ਬੋਰਿਅਤ ਮਹਿਸੂਸ ਕਰਦੇ ਨਹੀਂ ਚੰਗਾ ਲੱਗਦਾ ਚੰਗਾ ਲੱਗਦਾ ਹਾਂਜੀ ਤੁਸੀਂ ਖੁਦ ਲਿਖਦੇ ਹੋ ਕੁਝ ਪੜਦੇ ਨਹੀਂ ਮੈਂ ਲਿਖਦੀ ਨਹੀਂ ਪੜ ਲੈਂਦੀ ਆ ਲਿਖਦੀ ਨਹੀਂ ਹਾਂ ਫਿਰ ਤਾਂ ਮਤਲਬ ਅਜੀਬ ਹੀ ਆ ਤੁਹਾਡੀ ਨਾ ਜੋੜੀ ਅਲੱਗ ਆ ਬਹੁਤ ਅਲੱਗ ਆ ਇੱਕ ਦੂਜੇ ਨਾਲ ਬੇਟੀਆਂ ਵੀ ਦੋਨੇ ਲਿਖਦੀ ਲਿਖ ਲੈਂਦੀਆਂ ਜੇ ਜਿਵੇਂ ਉਹਨਾਂ ਨੂੰ ਸਕੂਲੋਂ ਕੋਈ ਵਰਕ ਮਿਲਿਆ ਜਿਵੇਂ ਵਿਮਨਡੇ ਤੇ ਮਿਲਿਆ ਜਾਂ ਕੋਈ ਹੋਰ ਕੰਮ ਮਿਲਿਆ ਹਨਾ ਵੀ ਅਰੇ ਦੇ ਲਿਖੇ ਲੋ ਕੋਈ ਟਾਪਿਕ ਮਿਲਿਆ ਵੀ ਤੇ ਲਿਖ ਕੇ ਲਿਆਉਣਾ ਹੈ ਨਾ ਉਹ ਲਿਖ ਕੇ ਲੈ ਜਾਂਦੀ ਆ ਆਪਦੇ ਕੋਲ ਨਹੀਂ ਲਿਖ ਲੈਂਦੀਆਂ ਉਹ ਉਹ ਐ ਨਹੀਂ ਗੀਆਂ ਵੀ ਗੂਗਲ ਤੇ ਵੇਖਣਗੀਆਂ ਫੇਰ ਲਿਖਣਗੀਆਂ ਆਪ ਲਿਖ ਲੈਂਦੀਆਂ ਜੇ ਕੋਈ ਪੋਇਮ ਲਿਖਣੀ ਹੈ ਤਾਂ ਆਪ ਲਿਖ ਲੈਂਦੀਆਂ ਦੋਨੇ ਹੈ ਨਾ ਤੇ ਮੰਮੀ ਆ ਜਿਵੇਂ ਸਾਡੇ ਉਹ ਵੀ ਬੜੇ ਕ੍ਰੀਏਟਿਵ ਨੇ ਜਿਵੇਂ ਹੁਣ ਗਿੱਧੇ ਗਿੱਧੇ ਵਿੱਚ ਖੜੇ ਨੇ ਜੇ ਕਿਸੇ ਨੇ ਬੋਲੀ ਪਾਤੀ ਉਹਦੇ ਜਵਾਬ ਚ ਉਹ ਆਪਦੇ ਕੋਲ ਬੋਲੀ ਬਣਾ ਕੇ ਪਾ ਦਿੰਦੇ ਆ ਉਹ ਵੀ ਆਵਦੇ ਲੈਵਲ ਦੇ ਕ੍ਰੀਏਟਿਵ ਨੇ ਇਹ ਵੀ ਕ੍ਰੀਏਟਿਵ ਨੇ ਤੇ ਮੈਂ ਤੇ ਨਾਜ਼ਮ ਹੀ ਆ ਨਾਜ਼ਮ ਵੀ ਹਜੇ ਛੋਟਾ ਉਹ ਵੀ ਹੱਥ ਪੈਰ ਮਾਰਦਾ ਲਿਖਣ ਪੜਨ ਨੂੰ ਹਨਾ ਮੈਂ ਕਹਿੰਨੀ ਨਹੀਂ ਵੀ ਕਰੋ ਮੈਂ ਹੀ ਪੱਠੇ ਪਾਉਣ ਵਾਲੀਆਂ ਦੂਜੇ ਤਾਂ ਸਾਰੇ ਤੁਸੀਂ ਲਿਖਣ ਵਾਲੀਆਂ ਹੂੰ ਮੈਨੂੰ ਇੱਕ ਗੱਲ ਯਾਦ ਆ ਗਈ ਬਾਜੀ ਨੇ ਲਿਖਿਆ ਸੀ ਵੀ ਤੁਸੀਂ ਸੋਧਦੇ ਹੋ ਨਾਜ਼ਮ ਦਾ ਵਿਆਹ ਤੁਸੀਂ 18 ਸਾਲ ਦੀ ਉਮਰ ਚ ਕਰ ਦੇਣਾ ਇਹ ਚੱਕਰ ਕੀ ਆ ਤੁਹਾਡਾ ਨਹੀਂ ਇੱਕ ਤਾਂ ਮੈਂ ਸੋਧਦੀ ਹੁੰਨੀ ਆ ਵੀ ਹੁਣ ਜਿਵੇਂ ਵੇਖੋ ਨਾ ਸਾਡੀ ਰਿਸ਼ਤੇਦਾਰੀ ਵਿੱਚ ਵੀ ਸਾਰੇ ਬੱਚਿਆਂ ਦੇ ਵਿਆਹ ਲੇਟ ਹੋ ਰਿਹਾ ਹੁਣ ਜਿਹੜਾ 30 ਪਲੱਸ ਆ ਵੀ ਆਪਾਂ ਨੂੰ ਲੇਟ ਹੀ ਕਵਾਂਗੇ ਜਿਹੜੇ ਹਿਸਾਬ ਨਾਲ ਵੀ ਜਿਵੇਂ ਆਪਣੀ ਖਾਦ ਖਰਾਕਾ ਬੁਢਾਪਾ ਵੀ ਛੇਤੀ ਆਉਂਦਾ ਜਵਾਨੀ ਵੀ ਛੇਤੀ ਆਉਂਦੀ ਹੈ ਬੱਚਿਆਂ ਤੇ ਹਨ ਤੇ ਫਿਰ ਹੁਣ 30 35 ਸਾਲ ਦੇ ਬੱਚੇ ਦਾ ਤਾਂ ਫਿਰ ਸਹੀ ਗੱਲ ਆ ਵੀ ਮਤਲਬ ਕਿ ਇਹ ਤੋਂ 10 ਸਾਲ ਪਹਿਲਾਂ ਤਾਂ ਹੋਣਾ ਚਾਹੀਦਾ ਵਾ ਵੀ ਹੁਣ ਮੇਰੀ ਭੈਣ ਆਪਦੀ ਭੈਣ ਮੇਰੀ 31 ਸਾਲ ਦੀ ਸੀ ਜਦੋਂ ਉਹਦਾ ਵਿਆਹ ਹੋਇਆ ਹਾਂਜੀ ਹੈ ਨਾ ਤੇ ਹੋਰ ਵੀ ਨੇੜੇ ਦੇ ਰਿਸ਼ਤੇਦਾਰ ਆ ਜਿਹੜੇ ਸਾਡੇ ਬੱਚੇ ਮੁੰਡੇ ਜਾਂ ਕੁੜੀਆਂ ਵੀ ਮਤਲਬ ਕਿ ਕੋਈ 28 ਨੂੰ ਪਹੁੰਚਾ 30 ਨੂੰ ਪਹੁੰਚਣ ਵਾਲਾ ਸੀਗਾ ਤੇ ਕੋਈ 30 ਤੋਂ ਦੋ ਟੱਪ ਗਿਆ ਸੀ ਮੈਨੂੰ ਇਹ ਨਹੀਂ ਚੰਗੀ ਲੱਗਦੀ ਇੱਕ ਜਦ ਸੁਭਾਅ ਪਰਪੱਕ ਹੋ ਜਾਂਦਾ ਹੈ ਨਾ ਉਹ ਐਡਜਸਟ ਨਹੀਂ ਕਰਦਾ ਕਿਤੇ ਹੋਰ ਬਾਅਦ ਵਿੱਚ ਕੁੜੀਆਂ ਤਾਂ ਖਾਸ ਕਰਕੇ ਨਹੀਂ ਕਰਦੀਆਂ ਕਿਤੇ ਹਨਾ ਜੇ ਉਹ ਨਾਜਮ ਨੂੰ ਮੈਂ ਲੇਟ ਵਿਆਹਾਂਗੀ ਤੇ ਫਿਰ ਉਹ ਵੋਟੀ ਵੀ ਵੱਡੀ ਹੋਊਗੀ ਤੇ ਫਿਰ ਉਹਨੇ ਐਡਜਸਟ ਨਹੀਂ ਕਰਨਾ ਬਹੁਤ ਜ਼ਿਆਦਾ ਫਿਕਰ ਕਰਦੇ ਹੋ ਤੁਸੀਂ ਫਿਊਚਰ ਦਾ 18 ਦਾ ਨਾ ਹੋਇਆ ਤਾਂ ਲक्की ਭਾਈ 22 ਸਾਲ ਦਾ ਬੱਚਾ ਵਿਆਹਣ ਵਾਲਾ ਹੁੰਦਾ ਇਹਨੇ ਤਾਂ ਵਿਆਹਣਾ ਚਾਹੀਦਾ ਆਪਾਂ ਨੂੰ ਮੈਨੂੰ ਇਹ ਲੱਗਦਾ ਹੁੰਦਾ ਵੀ ਐਵੇਂ ਹੈ ਨਾ ਵੀ ਕੈਰੀਅਰ ਬਣ ਜਾਊਗਾ ਵੀ ਇਹ ਕੋਈ ਕੰਮ ਕਰਨ ਲੱਗ ਪੇ ਹੈ ਨਾ ਵੀ ਜ਼ਿੰਮੇਵਾਰਾਂ ਦੇ ਮੁੰਡੇ ਨੇ ਤਾਂ ਵਾਈ ਕਰਨੀ ਹੋਊਗੀ 2 ਸਾਲ ਪਿੱਛੋਂ ਕਰ ਲੂਗਾ ਪਹਿਲਾਂ ਕਰ ਲੂਗਾ ਐ ਤਾਂ ਹੈ ਨਹੀਂ ਵੀ ਜੌਬ ਮਿਲੂਗੀ ਜਾਂ ਕਿਵੇਂ ਮੈਨੂੰ ਨਹੀਂ ਲੱਗਦਾ ਹੁੰਦਾਗਾ ਚਲੋ ਵੀ ਲੱਗਦਾ ਵੀ ਹੋਊਗਾ ਵੀ ਕਈਆਂ ਦੇ ਹੋਰ ਹੁੰਦੇ ਹੋਣਗੇ ਹੈ ਨਾ ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਛੇਤੀ ਛੇਤੀ ਕਵਿਲਦਾਰੀ ਦੀ ਕਿਉਂਟ ਦੂੰਗੀ ਮੈਂ ਪਤਾ ਨਹੀਂ ਇਹ ਗੱਲ ਤਾਂ ਦਿਮਾਗ 'ਚ ਰਹਿੰਦੀ ਐ ਵੀ ਪਹਿਲਾਂ ਮੈਂ ਵੀ ਜਿਵੇਂ ਕਿ ਐ ਵੀ ਬਿਮਾਰੀ ਨਾਲ ਸਰਵਾਈਵ ਕੀਤਾ ਸੀ ਹੈ ਨਾ ਦੋਨੋਂ ਲੈ ਕੇ ਆ ਹੁੰਦਾ ਵੀ ਕਿਤੇ ਆ ਨਾ ਹੋਵੇ ਫਿਊਚਰ ਵਿੱਚ ਕੋਈ ਹੋਰ ਇਸੇ ਕਰਕੇ ਕੋਈ ਪ੍ਰੋਬਲਮ ਆ ਦੇ ਜਿਵੇਂ ਹੁਣ ਉਸ ਤੋਂ ਬਾਅਦ ਵੀ ਮੈਨੂੰ ਇੱਕ ਪਾਸੇ ਨੂੰ ਥੋੜਾ ਜਿਹਾ ਵੀਕਨੈਸ ਫੀਲ ਹੁੰਦੀ ਐ ਇਸੇ ਪਾਸੇ ਸਾਰੇ ਪੈਰ ਤੋਂ ਲੈ ਕੇ ਸਿਰ ਤੱਕ ਨਾ ਤੇ ਉਹ ਆ ਲੱਗਦਾ ਨਹੀ ਹੁੰਦਾ ਆਪਦੇ ਆਪ ਨੂੰ ਵੀ ਮੈਂ ਨਾ ਵੀ ਹੁਣ ਜਲਦੀ ਜਲਦੀ ਆ ਕੰਮ ਨਿਵੇੜ ਹੀ ਦਿਆਂਗੀ ਬੱਚੇ ਵੇਉਣ ਵਾਲਾ ਜਿਆਦਾ ਬੱਚੇ ਕਿਤੇ ਕਰੀਬ ਨੇ ਨੇੜੇ ਕਿਹਨੂੰ ਕਿਤੇ ਰਹਿੰਦੇ ਆ ਜਵਾ ਇਹ ਟੋਕਦੇ ਨਹੀਂ ਕਿ ਇਹਨਾਂ ਦੇ ਕਰੀਬ ਜ਼ਿਆਦਾ ਰਹਿੰਦੇ ਮੈਂ ਡੋਕ ਦਿੰਨੀ ਹ ਜਿਵੇਂ ਬਹੁਤ ਸਾਰੇ ਨਾ ਲੋਕ ਜਦੋਂ ਕਹਿੰਦੇ ਆ ਵੀ ਅਸੀਂ ਆਪਣੀ ਪਸੰਦ ਦਾ ਵਿਆਹ ਕਰਾਇਆ ਹਨਾ ਤੇ ਲੋਕਾਂ ਦੇ ਥੱਲੇ ਸਵਾਲ ਹੁੰਦੇ ਵੀ ਕੀ ਕੱਲ ਨੂੰ ਬੱਚਿਆਂ ਦਾ ਵੀ ਤੁਸੀਂ ਉਹਨਾਂ ਦੀ ਪਸੰਦ ਦਾ ਕਰੋਗੇ ਇਸ ਚੀਜ਼ ਲਈ ਤੁਸੀਂ ਕੀ ਸੋਚਦੇ ਆ ਹਾਂ ਉਹਨਾਂ ਦੀ ਗੱਲ ਮੰਨੀ ਜਾਊਗੀ ਤੇ ਭਾਜੀ ਤੁਸੀਂ ਹਨਾ ਕਿ ਵੈਸੇ ਤਾਂ ਰੁਪਿੰਦਰ ਹੁਣ ਸਮਾਂ ਹੀ ਹੋ ਜਾ ਆ ਗਿਆ ਮੈਨੂੰ ਲੱਗਦਾ ਵੀ ਇਹ ਸਵਾਲ ਹੀ ਜਦੋਂ ਉਹਨੂੰ ਇਹਨਾਂ ਦੇ ਵਿਆਹ ਸ਼ਦਿਆਂ ਹੁਣੇ ਬੇਮਾਨੇ ਹੋ ਜਾਂਦੇ ਆ ਹਨ ਜਿਸ ਤਰ੍ਹਾਂ ਦਾ ਹੁਣ ਇੱਕ ਬਾਹਰ ਦਾ ਟ੍ਰੈਂਡ ਚੱਲ ਪਿਆ ਹਨ ਕੈਨੇਡਾ ਅਮਰੀਕਾ ਜਿਹੜਾ ਬੱਚਾ ਉੱਠ ਗਿਆ ਉੱਥੇ ਵੱਖਰੇ ਵੱਖਰੇ ਤਰ੍ਹਾਂ ਦੀਆਂ ਇਹਨਾਂ ਦੀਆਂ ਲੋੜਾਂ ਹੁੰਦੀਆਂ ਵੱਖਰੀਆਂ ਮਜਬੂਰੀਆਂ ਹੁੰਦੀਆਂ ਉਹ ਨਾਲ ਹੀ ਇਹ ਜਿਹੜੀ ਮੈਨੂੰ ਲੱਗਦਾ ਵੀ ਮਨ ਤਾਂ ਨਾ ਲੱਗਦਾ ਹੁੰਦਾ ਇਹਨੂੰ ਕੋਈ ਗਲਤ ਵੀ ਨਾ ਸਮਝੇ ਵੀ ਆਨ ਮਤਲਬ ਅਣਖਾਲੀਆਂ ਜਿਹੜੀਆਂ ਗੱਲਾਂ ਇਹ ਕਿਤੇ ਨਾ ਕਿਤੇ ਨਾ ਸਾਡੀ ਆਰਥਿਕਤਾ ਨਾਲ ਜੁੜੀਆਂ ਹੁੰਦੀਆਂ ਜੇ ਤਾਂ ਕੋਈ ਕਰੀਨਾ ਕਪੂਰ ਮਤਲਬ ਸੈਫਲੀ ਖਾਨ ਨਾਲ ਵਿਆਹ ਕਰਾ ਲੈਂਦੀ ਹੈ ਤਾਂ ਕੋਈ ਮੈਟਰ ਨਹੀਂ ਮਤਲਬ ਵੀ ਅਸੀਂ ਵੀ ਘਰੇ ਉਹਨੂੰ ਪੜਦੇ ਖਰਦੇ ਆ ਠੀਕ ਹੈ ਹਨਾ ਕੋਈ ਉਹਨੂੰ ਐ ਨਹੀਂ ਮੰਨਦਾ ਚੰਗਾ ਨਹੀਂ ਬੋਲਦਾਗਾ ਤੇ ਜੇ ਕੋਈ ਸਾਡੀ ਕੁੜੀ ਇੱਥੋਂ ਕੋਈ ਮਤਲਬ ਇਸ ਤਰ੍ਹਾਂ ਦਾ ਕੋਈ ਕਰਦਾ ਤਾਂ ਬਾਅਦ ਵੇਲਾ ਮਚ ਜਾਂਦਾ ਅਸਲ 'ਚ ਮੈਨੂੰ ਲੱਗਦਾ ਵੀ ਉਹ ਆਪਦੇ ਪੈਰਾਂ ਤੇ ਖੜੇ ਹੋਏ ਲੋਕ ਨੇ ਮਤਲਬ ਇਸ ਕਰਕੇ ਕਿਸੇ ਨੂੰ ਹੱਕ ਹੀ ਨਹੀਂ ਕਿ ਉਹਨਾਂ ਬਾਰੇ ਕੋਈ ਬੋਲੇ ਜੇ ਕੋਈ ਬੋਲੂਗਾ ਤਾਂ ਉਹਨਾਂ ਦਾ ਛਿੱਤਰ ਖਾਊਗਾ ਹਾਂ ਇਹ ਜਿਹੜੀਆਂ ਗੱਲਾਂ ਮਤਲਬ ਮੈਨੂੰ ਲੱਗਦਾ ਵੀ ਉਹ ਕੋਈ ਪਰੰਪਰਾਵਾਂ ਨਾਲ ਜੁੜੀਆਂ ਹੋਣ ਜਾਂ ਆਰਥਿਕਤਾ ਨਾਲ ਜੁੜੀਆਂ ਹੋਣ ਗ ਕੈਰੀਅਰ ਵਾਈਜ਼ ਮੈਨੂੰ ਨਹੀਂ ਲੱਗਦਾ ਉਹ ਆਪਾਂ ਨੂੰ ਡਾਰੇ ਹੀ ਹੁੰਦੇ ਆ ਜਦੋਂ ਬੱਚਾ ਆਪਦੇ ਪੈਰਾਂ 'ਚ ਨਹੀਂ ਖੜੋਤਾ ਉਹਦਾ ਕੈਰੀਅਰ ਨਹੀਂ ਸੈੱਟ ਉਹਨਾਂ ਦਾ ਵੀ ਆਪਾਂ ਨੂੰ ਜਿਹੜੇ ਆ ਫੈਸਲਾ ਕਰ ਲਿਆ ਵਾ ਉਹਦੇ ਨਾਲ ਕਰਾ ਲਿਆ ਐ ਨਾ ਹੋ ਜੇ ਉਹ ਨਾ ਹੋ ਜੇ ਤੇ ਉਹਨਾਂ ਨਾਲ ਤਾਂ ਵੀ ਬੱਚਾ ਨੂੰ ਉਸ ਪੱਖ ਤੋਂ ਸੈੱਟ ਕਰੋ ਬਾਕੀ ਫੈਸਲੇ ਉਹਨਾਂ ਤੇ ਛੱਡ ਦਿਓ ਕਰਨ ਦਿਓ ਉਹਨਾਂ ਨੂੰ ਠੀਕ ਆ ਆਪਾਂ アドਵਾਈਸ ਕਰ ਸਕਦੇ ਆ ਉਹਨਾਂ ਨੂੰ ਰਾਏ ਦੇ ਸਕਦੇ ਆ ਆਪਣਾ ਫਰਜ਼ ਵੀ ਆ ਜੇ ਪੇਰੈਂਟਸ ਪਰ ਉਹਨਾਂ ਤੇ ਆਪਾਂ ਕੋਈ ਥੁੱਪ ਕੇ ਫੈਸਲੇ ਲੈ ਤਾਂ ਕੋਈ ਵਾਜਬ ਨਹੀਂ ਹੈਗੀ ਗੱਲਾਂ ਉਹਨਾਂ ਨੂੰ ਦੱਸੋ ਜ਼ਰੂਰ ਵੀ ਜੇ ਤੁਸੀਂ ਆ ਫੈਸਲਾ ਕਰਨ ਲੱਗੇ ਹੋ ਇਹਦੇ ਆ ਡਰਾ ਬੈਕਸ ਹੋਣ ਉਸ ਤੋਂ ਬਾਅਦ ਫਿਰ ਉਹ ਮਤਲਬ ਉਹਨਾਂ ਨੂੰ ਆਪ ਕਰ ਲੈਣਾ ਚਾਹੀਦਾ ਫੈਸਲਾ ਬਿਲਕੁਲ ਮੈਂ ਕੁਝ ਕੁ ਦਿਨ ਪਹਿਲਾਂ ਨਾ ਬੀਬੀਸੀ ਤੇ ਇੱਕ ਪ੍ਰੋਗਰਾਮ ਦੇਖ ਰਹੀ ਸੀ ਉਹਦੇ ਵਿੱਚ ਇੱਕ ਕਬੀਲੇ ਦੀ ਕਹਾਣੀ ਸੀਗੀ ਵੀ ਜਿੱਦੇ ਚ ਖੁਦ ਔਰਤਾਂ ਨੂੰ ਆਪਣੇ ਲਈ ਮਤਲਬ ਘਰ ਵਾਲਾ ਆਪ ਚੁਣਨਾ ਪੈਂਦਾ ਹਨ ਤੇ ਉੱਥੇ ਜਿਹੜੀਆਂ ਕੁੜੀਆਂ ਐਵੇਂ ਨਹੀਂ ਕਰ ਸਕਦੀਆਂ ਮਤਲਬ ਉਹਨਾਂ ਨੂੰ ਬਹੁਤ ਘਟੀਆ ਨਜ਼ਰ ਨਾਲ ਦੇਖਿਆ ਜਾਂਦਾ ਹਨ ਤੇ ਮਤਲਬ ਇਹੀ ਹੈ ਕਿ ਇੱਕ ਸਿਰਫ ਪਰੰਪਰਾ ਦਾ ਫਰਕ ਹੈ ਨਾ ਕਿਤੇ ਮਤਲਬ ਜੋ ਆਪ ਚੁਣ ਲਵੇ ਉਹਨੂੰ ਘਟੀਆ ਨਜ਼ਰ ਨਾਲ ਦੇ ਲੋਕ ਹਨ ਅਸੀਂ ਆਪਣੀ ਸਹੂਲਤ ਲਈ ਰੀਤੀ ਰਿਵਾਜ ਬਣਾਏ ਹੋਏ ਆ ਬਹੁਤ ਸਾਰੇ ਤੇ ਤੁਸੀਂ ਇਸ ਵਕਤ ਮਤਲਬ ਇਸ ਸਟੇਜ ਤੇ ਖੁਸ਼ ਹੋ ਇੱਕ ਦੂਜੇ ਨਾਲ ਐ ਤਾਂ ਨਹੀਂ ਲੱਗਦਾ ਵੀ ਅਸੀਂ ਕੋਈ ਕੰਪਰੋਮਾਈਜ਼ ਕਰਕੇ ਇੱਕ ਦੂਜੇ ਨਾਲ ਸਿਰਫ ਬੱਚਿਆਂ ਕਰਕੇ ਟਾਈਮ ਕੱਢਿਆ ਨਹੀਂ ਜੀ ਪਰ ਤੁਸੀਂ ਨਹੀਂ ਬਹੁਤ ਖੁਸ਼ ਹਾਂ ਸੀ ਬਸ ਇਹ ਹੈ ਵੀ ਥੋੜਾ ਜਿਹਾ ਅੱਜ ਵੀ ਤੇਰੇ ਆਉਣ ਤੋਂ ਪਹਿਲਾਂ ਵੀ ਅਸੀਂ ਲੜੇ ਹੋਏ ਸੀ ਰਾਤ ਦੇ ਇੱਕ ਦੂਜੇ ਨਾਲ ਤੇ ਇਹ ਸਾਡਾ ਰੁਟੀਨ ਹੀ ਹੈ ਤਾਂ ਲੜਾਈ ਵੀ ਸਾਡੇ ਕੋਈ ਨਹੀਂ ਹੁੰਦਾ ਵੀ ਕੋਈ ਸ਼ਬਦਿਕ ਜੰਗ ਹੋਣੀ ਆ ਬਸ ਵੀ ਮੈਂ ਚੁੱਪ ਕਰ ਜਾਂਦਾ ਤੇ ਇਹਨੂੰ ਫਿਰ ਆਇਆ ਹੁੰਦਾ ਵੀ ਇਹ ਹੁਣ ਬੋਲੇ ਤੇ ਉਹ ਫਰਾਨੀ ਬੰਨੀ ਕੁਛ ਨਾ ਕੁਛ ਆ ਮਤਲਬ ਫਿਰ ਲਖੀਰ ਨੂੰ ਇਹ ਹੁੰਦਾ ਵੀ ਤੁਹਾਨੂੰ ਪਤਾ ਨਹੀਂ ਲੱਗਿਆ ਮੈਂ ਗੁੱਸੇ ਚ ਆ ਮਨ ਮਾਰ ਬਹੁਤ ਵਧੀਆ ਰੁਪਿੰਦਰ ਜ਼ਿੰਦਗੀ ਬੀਤ ਰਹੀ ਹੈ ਬਹੁਤ ਹੀ ਵਧੀਆ ਕਿਸੇ ਕਿਸਮ ਦਾ ਕੋਈ ਉਹ ਨਹੀਂ ਹੈਗਾ ਮਤਲਬ ਇਹਨੂੰ ਜੇ ਕੋਈ ਝਿਜਕਾਊਗੀ ਕਿਸੇ ਗੱਲ ਤੋਂ ਤਾਂ ਉਹ ਇਹਦੇ ਆਪਦੇ ਜਿਵੇਂ ਮਨ ਦੇ ਹਉ ਬੜੱਕੇ ਕਹਿਦਾ ਖਦਸ਼ੇ ਕਹਿਦਾ ਤੇ ਵੈਸੇ ਕੋਈ ਇਹਦਾ ਕਿਸੇ ਨੇ ਕਦੇ ਹੱਥ ਨਹੀਂ ਫੜਿਆ ਨਾ ਕੋਈ ਰੋਕ ਹੈ ਨਾ ਟੋਕ ਹੈ ਪੂਰੀ ਸਰਦਾਰੀ ਚੱਲਦੀ ਹੈ ਅਧਿਕਾਰ ਚ ਯਾਰ ਦੇ ਅਮਾਨ ਚ ਲਾ ਰੇ ਤੋ ਵੱਡ ਗੱਲ ਨਹੀਂ ਚੱਲਣੀ ਵੀ ਚਾਹੀਦੀ ਹੈ ਦੇਖੋ ਬਹੁਤ ਸਾਰੀਆਂ ਕੁੜੀਆਂ ਇਹ ਸ਼ਿਕਾਇਤ ਕਰਦੀਆਂ ਨੇ ਮੈਂ ਪਹਿਲਾਂ ਇਹ ਜਿਨੀ ਸੀ ਇਸ ਘਰ ਚ ਆ ਕੇ ਮੈਂ ਇਹ ਜਿਹੀ ਹੋ ਗਈ ਹੈ ਨਾ ਤੇ ਉਹਨਾਂ ਨੂੰ ਤਾਂ ਚਲੋ ਬਹੁਤ ਚੰਗੀ ਚੀਜ਼ ਆ ਵੀ ਉਹ ਕਹਿੰਦੇ ਮੈਂ ਤਾਂ ਕੁਝ ਵੀ ਨਹੀਂ ਬਦਲਿਆ ਆਪਣੇ ਆਪ ਚ ਹੈ ਨਾ ਤੇ ਨਹੀਂ ਤਾਂ ਇਹ ਸ਼ਿਕਾਇਤਾਂ ਬਹੁਤ ਨੇ ਮਤਲਬ ਮੇਰੇ ਵਰਗੇ ਲੋਕਾਂ ਨੂੰ ਵੀ ਹੋ ਜਾਂਦੀਆਂ ਨੇ ਵੀ ਮੈਂ ਤਾਂ ਤੁਹਾਡੇ ਕਰਕੇ ਆ ਸਾਰਾ ਕੁਝ ਚੱਲ ਲਿਆ ਜਾਂ ਫੇ ਬਦਲ ਲਿਆ ਨਾ ਮਨ ਨੇ ਨੂੰ ਤਾਂ ਉਲਟਾ ਮੈਂ ਗੱਲ ਦੱਸਣੀ ਭੁੱਲ ਗਿਆ ਤੈਨੂੰ ਵੀ ਕਈ ਮਤਲਬ ਆਪਣੇ ਸ਼ੌਕ ਹੁੰਦੇ ਆ ਇਹੋ ਜਿਹੇ ਆਪਾਂ ਮਤਲਬ ਆਉਂਦੀਆਂ ਫਿਰ ਜਿਹੜੀਆਂ ਪੈਸੇ ਢੇਲੇ ਦੀ ਲੋੜ ਦੇ ਮੁਤਾਬਕ ਹਨ ਉਹਨਾਂ ਨੂੰ ਵਿਦਡਰਾ ਕਰ ਲੈਣੇ ਆ ਵੀ ਨਹੀਂ ਇਹ ਪੂਰੇ ਨਹੀਂ ਹੋਣ ਵਾਲੇ ਤੇ ਉਹ ਇਹਨੂੰ ਐ ਹੁੰਦਾ ਵੀ ਮੈਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਲੋ ਇੱਕ ਵਾਰੀ ਫਿਰ ਆ ਤਾਂ ਸ਼ੌਕ ਤੁਹਾਡਾ ਜਿਹੜੇ ਜਿਹੜਾ ਨਾਲ ਕੋਈ ਬੇ ਲੋੜਾ ਸ਼ੌਕ ਹੈ ਜਿਵੇਂ ਕਿ ਤਾਂ ਨੈਸੈਸਿਟੀਜ਼ ਹੁੰਦੀਆਂ ਮਤਲਬ ਉਹ ਲਗਜ਼ਰੀ ਜਿਹੜੇ ਸ਼ੌਕ ਹੁੰਦੇ ਆ ਵੀ ਕੋਈ ਮੈਨੂੰ ਜਦੋਂ ਸਰਕਾਰੀ ਨੌਕਰੀ ਮਿਲ ਗਈ ਨਾ ਉਹਦਾ ਤੁਹਾਡਾ ਪੂ ਹਾਂ ਜੀ ਤੇ ਮਤਲਬ ਕਦੀ ਨਹੀਂ ਇਹਨਾਂ ਨੇ ਤੁਹਾਨੂੰ ਕਿਹਾ ਵੀ ਆਹ ਚੀਜ਼ ਮੈਨੂੰ ਖਰੀਦ ਕੇ ਦਿਓ ਆਹ ਤੋਹਫੇ ਮੈਨੂੰ ਚਾਹੀਦੇ ਨੇ ਇਹੋ ਜਿਹਾ ਕੁਝ ਨਹੀਂ ਹੈ ਤੁਹਾਡੇ ਜਨ ਤੇ ਜ਼ਿੰਦਗੀ ਬਹੁਤ ਸਹਜ ਜੀ ਆ ਕਿਸੇ ਕਦੀ ਕਿਸੇ ਚੀਜ਼ ਤੇ ਤੁਹਾਡਾ ਮਤਲਬ ਵੱਡਾ ਮਨ ਮਟਾਉਣਾ ਮਤਲਬ ਇਹ ਨਹੀਂ ਜਾਦ ਨਹੀਂ ਆ ਰਿਹਾ ਵੀ ਮੈਂ ਇਹਨਾਂ ਨੂੰ ਕਿਸੇ ਚੀਜ਼ ਲਈ ਲੈ ਕੇ ਵੀ ਆਹ ਲੈਣੀ ਐ ਇਨਸਿਸਟ ਕੀਤਾ ਮੈਂ ਤਾਂ ਕਦੇ ਹੋਇਆ ਹੀ ਨਹੀਂ ਹਾਂ ਜੀ ਜਿਹੜੀ ਜ਼ਰੂਰਤ ਵਾਲੀ ਉਹ ਮੈਂ ਵੀ ਅਸੀਂ ਲਈ ਹੋਣੀ ਆ ਹਨਾ ਤੇ ਕੋਈ ਖੁਆਇਸ਼ ਕਦੇ ਕੋਈ ਰਹੀ ਨਹੀਂ ਤੇ ਵੱਡੀ ਖੁਆਇਸ਼ ਕਦੇ ਕੋਈ ਕੀਤੀ ਨਹੀਂ ਮੇਰੇ ਕੋਲ ਤਾਂ ਬੰਦਰ 10 ਰੁਪਏ ਇੱਕ ਅਖੰਡ ਪਾਠ ਤੇ ਜਾਣਾ ਮੱਥਾ ਟੇਕਣ ਵਾਸਤੇ ਵੀ ਇਹ ਤੋਂ ਲੈਣਾ ਮੇਰੇ ਕੋਲ ਪੈਸੇ ਨਹੀਂ ਹੁੰਦੇ ਮੇਰਾ ਮੇਰੇ ਕੋਈ ਕੰਮ ਆ ਵੀ ਮੇਰੇ ਉਹ ਆਪਣਾ ਨਵਾਂ ਕੰਮ ਹੋ ਗਿਆ ਕਾਰ ਤੇ ਤੇਲ ਪੋਣਾ ਹੁੰਦਾ ਮੈਂ ਹਾਂਜੀ ਉਹ ਮਤਲਬ ਫੋਨ ਤੋਂ ਪੈ ਜਾਂਦਾ ਗੂਗਲ ਪੇਜ ਜਦੋਂ ਦਾ ਚੱਲਿਆ ਉਹ ਤੇ ਜਾਂ ਜੇ ਕਿਤੇ ਹੋਰ ਕੋਈ ਮਤਲਬ ਜਿਵੇਂ ਮੈਂ ਚੰਡੀਗੜ੍ਹ ਗਿਆ ਜੋ ਕੁਝ ਸ਼ਾਪਿੰਗ ਜੀਣ ਲੈਣੀ ਹੈ ਉੱਥੇ ਵੀ ਉਹ ਚੱਲ ਜਾਂਦਾ ਮਤਲਬ ਕੈਸ਼ ਦੀ ਕੋਈ ਮੈਨੂੰ ਲੋੜ ਨਹੀਂ ਪੈਂਦੀ ਆ ਤੜਕੇ ਹੀ ਆ ਜਾਇਆ ਸੀ ਬਾਹਰ ਚ ਕੋੜੇ ਵਾਲਾ 100 ਰੁਪਏ ਦਿਓ ਜੀ ਇਹ ਬਾਥਰੂਮ ਤੁਸੀਂ ਉਮਰ ਨੋ ਦਾ ਪਰਸਨਲ ਹੈ ਵੇ ਮਤਲਬ ਮੇਰੇ ਕੋਲ 100 ਰੁਪਿਆ ਵੀ ਨਹੀਂ ਹੁੰਦਾ ਇਹਦੇ ਕੋਲੇ ਹੀ ਆ ਸਾਰਾ ਸਿਸਟਮ ਕੋਈ ਹੁਣ ਲਾ ਲੇ ਨਾ ਹੀ ਨੂੰ ਕਰੇ ਕੋਈ ਪੁੱਛਿਆ ਕਿਸੇ ਨੇ ਹਾਂਜੀ ਕਿੰਨੇ ਲੱਗਦੇ ਨੇ ਜਿਹੜੇ ਕੋਲੇ ਪੈਸੇ ਹੋਵੇ ਉਹ ਤਾਂ ਸਮਝ ਨਹੀਂ ਲੱਗਦੇ ਹੂੰ ਸਹੀ ਹੈ ਉਹਦੀ ਤੇ ਜ਼ਿੰਮੇਵਾਰੀ ਹੁੰਦੀ ਹੈ ਜ਼ਿੰਮੇਵਾਰੀ ਸਹੀ ਗੱਲ ਆ ਖਰਚਾ ਮਤਲਬ ਜ਼ਿਆਦਾ ਮੈਨੂੰ ਤਾਂ ਲੱਗਦਾ ਬੰਦੇ ਤਾਂ ਹੀ ਜਨਾਨੀਆਂ ਨੂੰ ਕਹਿੰਦੇ ਵੀ ਤੁਸੀਂ ਕਰੋ ਨਾ ਉਹਨਾਂ ਨੂੰ ਪਤਾ ਫਿਰ ਕੰਟਰੋਲ 'ਚ ਰਹਿਣਗੇ ਇਹ ਤਾਂ ਹੁੰਦਾ ਵੀ ਜੇ ਸਹੀ ਗੱਲ ਆ ਨਾ ਹਾਂਜੀ ਜੇ ਕੋਈ ਚੀਜ਼ ਮੰਗ ਵੀ ਲਵੇ ਇਹ ਮੰਨ ਲਓ ਸਪੋਜ਼ ਤਾਂ ਮੇਰਾ ਤਾਂ ਇਹੋ ਜਿਹਾ ਸੁਭਾਅ ਵੀ ਮੈਂ ਇਕੱਲੀ ਥ ਖਿੜਿਆਉਣਗੇ ਇਸ ਕਰਕੇ ਮੈਨੂੰ ਕਹਿੰਦੀ ਕੋਈ ਨਹੀਂ ਹਾਂ ਕੋਈ ਵੀ ਕਰਦੀ ਚਾਹੇ ਮੈਂ ਇਹਨਾਂ ਨੂੰ ਕੋਈ ਸਬਜ਼ੀ ਜਾਂ ਕੁਝ ਵੀ ਹਨਾ ਹੁੰਦਾ ਵੀ ਇਹ ਜ਼ਿਆਦਾ ਚੱਕ ਲੈਉਣਗੇ ਹਾਂ ਆਪਾਂ ਆਪਣੀ ਲਗਤ ਦੇ ਹਿਸਾਬ ਨਾਲ ਚੀਜ਼ ਲੈ ਕੇ ਆਉਣੀ ਆ ਵੀ ਇੰਨੀ ਕੁ ਲੱਗਣੀ ਆ ਘਰੇ ਹਨਾ ਜਾਂ ਕਿਵੇਂ ਇਹਨਾਂ ਨੇ ਇਹਨੂੰ ਪਤਾ ਨਹੀਂ ਵੀ ਇਹਨਾਂ ਨੇ ਤਾਂ ਹੁੰਦਾ ਵੀ ਜਿੰਨੀ ਮਹਲ ਹੋਣੀ ਆ ਦੁੱਗਣੀ ਤਿਕਣੀ ਚੀਜ਼ ਲੈ ਆਉਣੀ ਆ ਹਾਂ ਜਿਵੇਂ ਤਾਂ ਤੁਸੀਂ ਇਹਨਾਂ ਨੂੰ ਸੋਚ ਕੇ ਵਿਆਹ ਕਰਾਇਆ ਸੀ ਜੇ ਮੰਨ ਲਓ ਵੀ ਇਹ ਓਦਾਂ ਦੇ ਨਾਂ ਨਿਕਲਦੇ ਹਨਾ ਕਿਉਂਕਿ ਬਹੁਤ ਸਾਰੀਆਂ ਆਪਾਂ ਕੁੜੀਆਂ ਵੀ ਕਹਿੰਦੇ ਮੁੰਡੇ ਵੀ ਮੈਂ ਪਹਿਲਾਂ ਨੇ ਸੀ ਸੋਚਿਆ ਐਵੇਂ ਦੀ ਹੋਊਗੀ ਨਾ ਵੀ ਮੈਂ ਪਹਿਲਾਂ ਤਾਂ ਬਹੁਤ ਚੰਗੀ ਸੀਗੀ ਤੇ ਜੇ ਨਾ ਨਿਕਲਦੇ ਫਿਰ ਵੀ ਤੁਸੀਂ ਐਡਜਸਟ ਕਰ ਲੈਂਦੇ ਇਸ ਰਿਸ਼ਤੇ 'ਚ ਇਹ ਤਾਂ ਹੁਣ ਇਹ ਮਤਲਬ ਕਿ ਨਹੀਂ ਮੈਂ ਕੁਝ ਕਹਿ ਨਹੀਂ ਸਕਦੀਗੀ ਇਹ ਤੇ ਬੜੀ ਤਾਂ ਹੈ ਨਾ ਵੀ ਕਿਵੇਂ ਹੁੰਦਾ ਇਹ ਤਾਂ ਟਾਈਮ ਹੀ ਦੱਸਦਾ ਉਹ ਉਸ ਨਜ਼ਰੀਏ ਤੋਂ ਪੁੱਛ ਰਹੇ ਹਨ ਨਾ ਸਵਾਲ ਵੀ ਜਿਹੜੇ ਜਦੋਂ ਆਪਾਂ ਜਦੋਂ ਆਪਾਂ ਆਪਣੀ ਮਰਜ਼ੀ ਨਾਲ ਫੈਸਲਾ ਕਰਦੇ ਹਾਂ ਤਾਂ ਕੱਲ ਨੂੰ ਗਲਤ ਹੋ ਜਾਏ ਤਾਂ ਵੀ ਉਹ ਕੀ ਦਿੱਕਤਾਂ ਆਉਂਦੀਆਂ ਹਨ ਫਿਰ ਦਿੱਕਤਾਂ ਤਾਂ ਆਉਂਦੀਆਂ ਹੀ ਆ ਫਿਰ ਪੇਰੈਂਟਸ ਵੀ ਕਹਿੰਦੇ ਆ ਵੀ ਇਹ ਤਾਂ ਭਾਈ ਤੁਸੀਂ ਆਪ ਹੀ ਵੇਖਿਆ ਸੀ ਹੁਣ ਤੁਸੀਂ ਕੱਟੋ ਹਾਂਜੀ ਹੈਨਾ ਪਰ ਨਹੀਂ ਮੇਰੇ ਨਾਲ ਕੋਈ ਆਵਦੀ ਪ੍ਰੋਬਲਮ ਨਹੀਂ ਆਏਗੀ ਵੀ ਮੈਂ ਕਦੇ ਵੀ ਸੋਚੇ ਹੋਵੇ ਤੁਸੀਂ ਇਹਨਾਂ ਨੂੰ ਕੁਝ ਕਹਿਣਾ ਮੈਂ ਤਾਂ ਇਹੀ ਕਹਿ ਸਕਦਾ ਇਹਨੂੰ ਵੀ ਖੁਸ਼ ਰਹੇ ਜਿੰਨਾ ਰਹਿ ਸਕਦੀ ਹੈ ਜਿਸ ਕਿਸਮ ਦਾ ਸੁਭਾਅ ਹੈ ਜਿਸ ਕਿਸਮ ਦੀ ਇਹ ਨੈਚਰ ਉਸੇ ਤਰ੍ਹਾਂ ਹੀ ਰਹੇ ਉਸੇ ਤਰ੍ਹਾਂ ਹੀ ਵਿਤਰੇ ਇਸ ਤਰ੍ਹਾਂ ਨਾ ਕਰੇ ਕਿ ਕੁਮਾਰ ਨੂੰ ਆ ਪਸੰਦ ਆ ਨਹੀਂ ਪਸੰਦ ਤਾਂ ਮੈਂ ਉਹਨੂੰ ਆਪਦੇ-ਆਪ ਨੂੰ ਚੇਂਜ ਕਰ ਲਾਂ ਜਾਂ ਘਰ 'ਚ ਕਿਸੇ ਹੋਰ ਮੈਂਬਰ ਨੂੰ ਮਤਲਬ ਮੇਰੀ ਤਾਂ ਸਗੋਂ ਇਸ ਗੱਲ ਤੇ ਲੜਾਈ ਹੁੰਦੀ ਆ ਇਹਦੇ ਨਾਲ ਜਦੋਂ ਇਹ ਕਿਸੇ ਦੂਜਿਆਂ ਵੱਲ ਵੇਖ ਕੇ ਫੈਸਲੇ ਬਦਲਦੀ ਆ ਆਪਦੇ ਉਹ ਮੈਨੂੰ ਚੁੱਭਦੀਆਂ ਆ ਗੱਲਾਂ ਉਹ ਵੀ ਮੈਂ ਤਾਂ ਵੈਸੇ ਹੀ ਮਤਲਬ ਯਾਨੀ ਜਨਰਲੀ ਇਸ ਗੱਲ ਦਾ ਹਾਂਮਿ ਹਾਂ ਕਿ ਹਰੇਕ ਬੰਦੇ ਨੂੰ ਆਪਣੀ ਸੰਪੂਰਨ ਆਜ਼ਾਦੀ ਹੁੰਦੀ ਆ ਤੇ ਇਹ ਤਾਂ ਫਿਰ ਮੇਰੀ ਜਾਨ ਮਤਲਬ ਇਹਦੇ ਪਰੇ ਤਾਂ ਮੈਨੂੰ ਗੁੱਸਾ ਆਊਗਾ ਜੇ ਇਹਦੇ ਕਿਸੇ ਗੱਲ 'ਚ ਖਲਲ ਪੈਂਦਾ ਤਾਂ ਤੇ ਉਹ ਹੁਣ ਇਹਦੇ ਤੇ ਆ ਵੀ ਇਹ ਕਿੰਨਾ ਕੁ ਇਸ ਗੱਲ ਨੂੰ ਅਡਾਪਟ ਕਰਦੀ ਹੈ ਬਾਕੀ ਜਿਸ ਤਰ੍ਹਾਂ ਦੇ ਇਹ ਬੋਲ ਚੋਂ ਔਖੇ ਸਮੇਂ ਤੋਂ ਲੰਗੀ ਆਪਦੀ ਬਿਮਾਰੀ ਨੂੰ ਲੈ ਕੇ ਜਾਂ ਕਿਵੇਂ ਤਾਂ ਇਹਨੂੰ ਤਾਂ ਮਤਲਬ ਬਹੁਤ ਫਲੇਅਰ ਅਪ ਹੋ ਕੇ ਜਾਣਾ ਚਾਹੀਦਾ ਕਈ ਮੁੰਡੇ ਨਾ ਇਹ ਮਤਲਬ ਆਦਤਾਂ ਹੁੰਦੀਆਂ ਨੇ ਇਹ ਵੀ ਉਹਨਾਂ ਨੂੰ ਲੱਗਦਾ ਹੁੰਦਾ ਵੀ ਬਹੁਤ ਖੁਸ਼ ਮિજાਜ ਕੁੜੀਆਂ ਨੇ ਜਿਹੜੀਆਂ ਹਨਾ ਵੀ ਉਹ ਹਰ ਇੱਕ ਨਾਲ ਗੱਲ ਕਰਦੀਆਂ ਨੇ ਉਹ ਚੀਜ਼ ਉਹਨਾਂ ਨੂੰ ਬੁਰੀ ਲੱਗਦੀ ਹੈ ਹਨਾ ਤੇ ਜਦੋਂ ਉਹਨਾਂ ਦੀਆਂ ਪਤਨੀਆਂ ਬਣਦੀਆਂ ਤੇ ਫਿਰ ਉਹ ਮਤਲਬ ਬਨ ਕੇ ਰੱਖਣਾ ਚਾਹੁੰਦੇ ਨੇ ਇਸ ਚੀਜ਼ ਨੂੰ ਜਾਂ ਇਨਸਿਕਿਉਰਟੀ ਕਹਿ ਲੋ ਜਾਂ ਉਹਨਾਂ ਨੂੰ ਇੱਕ ਪਰਿਵਾਰਿਕ ਦਬਾਅ ਕਹਿ ਲੋ ਕਿਉਂਕਿ ਪਰਿਵਾਰਾਂ 'ਚ ਹੁੰਦਾ ਵੀ ਨਹੀਂ ਜਿਹੜੀਆਂ ਕੁੜੀਆਂ ਬਹੁਤ ਹੱਸਦੀਆਂ ਨੇ ਉੱਚੀ ਬੋਲਦੀਆਂ ਨੇ ਉਹ ਸਹੁਰਿਆਂ 'ਚ ਨਹੀਂ ਚੰਗੀਆਂ ਲੱਗਦੀਆਂ ਹਨ ਤੇ ਇਹ ਦਬਾਅ ਕਦੀ ਤੁਹਾਡੇ ਤੇ ਤਾਂ ਨਹੀਂ ਹੋਇਆ ਜਾਂ ਤੁਸੀਂ ਇਹਨਾਂ ਤੇ ਤਾਂ ਨਹੀਂ ਪਾਉਂਦੇ ਸਾਡਾ ਤਾਂ ਰੰਗ ਉਲਟਾ ਹੈ ਸਾਡਾ ਤਾਂ ਮੇਰੇ ਕਿਸੇ ਦੋਸਤ ਨੇ ਆਉਣਾ ਜਾਂ ਮੇਰੇ ਹੋਣਾ ਜਾਂ ਨਾ ਹੋਣਾ ਘਰੇ ਕੋਈ ਮਾਣੇ ਨਹੀਂ ਰੱਖਦਾ ਜੇ ਕੋਈ ਪੈਗ ਲਾਉਂਦਾ ਉਹਨੂੰ ਪੈਗ ਵੀ ਮਿਲੂਗਾ ਮੇਰੀ ਘਰ ਹਾਜ਼ਰੀ 'ਚ ਜੇ ਕਿਸੇ ਨੇ ਚਾਹ ਪੀ ਸਾਡੀ ਇਸ ਗੱਲ ਤੇ ਤਾਂ ਮਤਲਬ ਕੋਈ ਨਾਰਾਜ਼ਗੀ ਮੇਰੀ ਹੋ ਸਕਦੀ ਹੈ ਵੀ ਮੇਰੇ ਅੱਜ ਦੋਸਤ ਕੋਈ ਆਇਆ ਸੀ ਜਾਂ ਬਾਹਰੋਂ ਆਇਆ ਸੀ ਤੂੰ ਉਹਨਾਂ ਕੋਲੇ ਬੈਠੀ ਨਹੀਂ ਗਈ ਹੈਨਾ ਕਿ ਤੂੰ ਪਾਸੇ ਹੀ ਫਿਰਦੀ ਰਹੀ ਮਤਲਬ ਐਂ ਤੱਕ ਤਾਂ ਸੁਪਣਿਆਂ ਚ ਵੀ ਨਹੀਂ ਸੋਚਿਆ ਇਹ ਗੱਲਾਂ ਤਾਂ ਵੀ ਕਿਸੇ ਨਾਲ ਵਿਚਰੇ ਨਾ ਜਾ ਬਾਕੀ ਤੁਸੀਂ ਦੱਸੋ ਜੀ ਇਸ ਗੱਲ ਬਾਰੇ ਕਈ ਵਾਰੀ ਐ ਹੁੰਦਾ ਵੀ ਇਹ ਆ ਗਈ ਘਰੇ ਵੇਖਿਆ ਵੀ ਲੋਕ ਐ ਜਿੰਨੇ ਬੱਚੇ ਸਕੂਲ ਗਏ ਹੋਵੇ ਮੈਂ ਤੇ ਮੰਮੀ ਹੈ ਨਹੀਂ ਘਰੇ ਨੇ ਕਹਿੰਗੇ ਵੀ ਕਿੱਥੇ ਹੋ ਮੈਂ ਵੀ ਬਾਜ਼ਾਰਾਂ ਚਾਪੀ ਗਵਾਂਡੀਆਂ ਘਰੇ ਫੜਾਤੀ ਸੀ ਫੜ ਲਓ ਵੀ ਇਹਨਾਂ ਨੂੰ ਪਤਾ ਹੀ ਉਦੋਂ ਲੱਗਦਾ ਘਰੇ ਆਏ ਨੂੰ ਵੀ ਅਸੀਂ ਘਰੇ ਹੈ ਨਹੀਂਗੇ ਪਰ ਕਦੇ ਇਹਨਾਂ ਨੇ ਐ ਨਹੀਂ ਕਿਹਾ ਵੀ ਮੈਨੂੰ ਨਹੀਂ ਪੁੱਛ ਕੇ ਗਈ ਜਾਂ ਕਿੱਥੇ ਗਈ ਸੀ ਜਾਂ ਕਿਵੇਂ ਨਾ ਆਂਟੀ ਨਾਲ ਬਣਦੀ ਤੁਹਾਡੇ ਹਾਂਜੀ ਵਧੀਆ ਬਣਦੀ ਕਦੇ ਲੜਾਈ ਨਹੀਂ ਹੋਈ ਐ ਥੋੜੀ-ਮੋਟੀ ਤੇ ਉਹ ਐ ਤਾਂ ਨਹੀਂ ਹੁੰਦਾ ਵੀ ਕੁੜੀਆਂ ਇਹਨਾਂ ਦੇ ਲੜਾਈ ਸੱਸ ਨਾਲ ਵੀ ਜਾਂ ਤੇ ਮੂੰਹ ਘਰ ਵਾਲੇ ਦਾ ਬਣ ਗਏ ਨਹੀਂ ਨਹੀਂ ਮੈਂ ਤੇ ਮੰਮੀ ਬੋਲ ਵੀ ਐ ਹੁੰਦਾ ਵੀ ਲੜ ਕੇ ਐ ਨਹੀਂ ਕਿ ਆ ਵੀ ਅਸੀਂ ਗੁੱਸੇ ਰਵਾਂਗੇ ਹਾਂਜੀ ਨਾ ਨਾ ਨਾਲ ਦੀ ਨਾਲ ਮੰਮੀ ਤੁਸੀਂ ਚਾਹ ਪੀਓਗੇ ਮੈਂ ਬਣਾਉਣ ਲੱਗੀ ਤੇ ਇਹਨਾਂ ਨਾਲ ਤਾਂ ਅਸੀਂ ਕਦੇ ਕੋਈ ਗੱਲ ਵੀ ਨਹੀਂ ਕੀਤੀ ਵੀ ਹਾਂ ਮੇਰੀ ਤੇ ਮੰਮੀ ਦੀ ਕੋਈ ਗੱਲ ਹੋਈ ਸੀ ਜਾਂ ਨਹੀਂ ਜਾਇਆ ਕਿ ਪਰ ਹੁੰਦੀ ਵੀ ਨਹੀਂ ਇਨੀ ਕੁੜੀਆਂ ਤਾਂ ਹਮੇਸ਼ਾ ਹੀ ਦੱਸਦਿਆਂ ਨੇ ਪਾਜੀ ਤੁਸੀਂ ਮੈਂ ਆਖੀਰ ਸਵਾਲ ਤੁਹਾਨੂੰ ਕਰਦੀ ਆ ਵੀ ਮੁੰਡੇ ਮਤਲਬ ਆਪਣੇ ਵੱਲੋਂ ਕਿਵੇਂ ਆਪਣੇ ਵਿਆਹ ਨੂੰ ਵਧੀਆ ਚਲਾ ਸਕਦੇ ਨੇ ਹਨਾ ਕਿਵੇਂ ਦਾ ਤਾਲਮੇਲ ਉਹਨਾਂ ਦਾ ਆਪਣੀਆਂ ਪਤਨੀਆਂ ਨਾਲ ਹੋਣਾ ਚਾਹੀਦਾ ਜਿੰਨਾ ਚਿਰ ਜਿਹੜੀ ਇੱਕ ਮਰਦ ਔਰਤ ਵਾਲਾ ਕਨਸੈਪਟ ਜਆ ਆਪਣੇ ਜਿਹੜਾ ਮੈਂ ਦੇਖ ਰਿਹਾ ਪਿਛਲੇ ਸਮੇਂ ਚ ਮਤਲਬ ਬਣਿਆ ਹੋਇਆ ਨਾ ਜਿੰਨਾ ਚਿਰ ਉਹ ਆਪਣੇ ਮੁੰਡਿਆਂ ਚੋਂ ਨਹੀਂ ਨਿਕਲਦਾਗਾ ਉਹਨਾਂ ਚਿਰ ਇਹ ਗੱਲਾਂ ਠੀਕ ਨਹੀਂ ਹੋਣਗੀਆਂ ਆਪਾਂ ਕਹਿਤਾ ਦਿੰਨੇ ਆ ਵੀ ਉਹ ਕੁੜੀਆਂ ਨੂੰ ਐ ਹੋਣਾ ਚਾਹੀਦਾ ਐ ਨਹੀਂ ਹੋਣਾ ਚਾਹੀਦਾ ਅਸਲ ਚ ਮੈਨੂੰ ਆ ਲੱਗਦਾ ਹੁੰਦਾ ਵੀ ਅਸੀਂ ਆਪਦੇ ਮੁੰਡਿਆਂ ਨੂੰ ਨਾ ਸਹੀ ਸਿੱਖਿਆ ਹੀ ਨਹੀਂ ਦਿੰਦੇਗੇ ਵੀ ਕੁੜੀ ਕੀ ਚੀਜ਼ ਆ ਹੁਣ ਮਤਲਬ ਮੇਰੇ ਕੋਲੇ ਉੱਥੇ ਅਬ 5-7 ਦਿਨ ਹੀ ਹੋਇਆ ਇੱਕ ਟੀਚਰ ਜੁਆਇਨ ਕੀਤੀ ਫਰੈਸ਼ਰ ਸੀ ਕੁੜੀ ਉਹਦੇ ਪੇਰੈਂਟਸ ਮਤਲਬ ਬੜੇ ਚਿੰਤਤ ਸੀ ਵੀ ਪੜਾਉਣਾ ਉਹਨੇ ਪਲੱਸ 1 ਪਲੱਸ 2 ਨੂੰ ਸੀ ਤੇ ਵੀ ਜੋਬ ਵੀ ਕਰਨੀ ਹੈ ਕੁੜੀ ਨੇ ਮੈਂ ਉਹਨਾਂ ਦੀ ਝੱਕ ਸਮਝ ਗਿਆ ਤੇ ਮੈਂ ਕਿਹਾ ਜੀ ਤੁਸੀਂ ਚਿੰਤਾ ਨਾ ਕਰੋ ਮੈਂ ਕਿਹਾ ਜਦੋਂ ਵੀ ਕੋਈ ਟੀਚਰ ਆਉਂਦਾ ਫਰੈਸ਼ਰ ਖਾਸ ਕਰ ਕੁੜੀ ਮੈਂ ਉਹਦੇ ਨਾਲ ਜਾਂਣਾ ਰਪਿੰਦਰ ਕਲਾਸ 'ਚ ਇੱਕ ਪੀਰੀਅਡ ਪੂਰਾ ਉਹਦੇ ਨਾਲ ਜਾਂਣਾ ਉਹ ਉਹਦੇ ਬਾਰੇ ਇੰਟਰੋਡਕਸ਼ਨ ਕਰਾਉਣਾ ਪੂਰੀ ਚੰਗੀ ਤਰ੍ਹਾਂ ਇੰਟਰੋਡਕਸ਼ਨ ਵੀ ਉਹਨਾਂ ਬੱਚਿਆਂ ਤੇ ਉਹਦਾ ਪ੍ਰਭਾਵ ਪੈ ਜੇ ਹੈਨਾ ਫਿਰ ਮਨਾਂ ਨੂੰ ਦੱਸ ਦਿਆਂ ਵੀ ਇਹ ਮਤਲਬ ਕੱਲ ਨੂੰ ਤੁਹਾਡੀ ਸਿਸਟਰ ਜਾਂ ਤੁਹਾਡੀ ਮਦਰ ਵੀ ਹੋ ਸਕਦਾ ਵੀ ਕਿਸੇ ਜੌਬ ਤੇ ਜਾਵੇ ਜਾਂ ਕਿਸੇ ਨੂੰ ਮਤਲਬ ਵੀ ਤੁਸੀਂ ਇਹ ਸਮਝ ਲਓ ਵੀ ਜੇ ਇਹਨੂੰ ਹੁਣ ਇੱਥੇ ਕੋਈ ਮੁਸ਼ਕਲ ਆਵੇ ਤੁਹਾਡੀ ਸਿਸਟਰ ਨੂੰ ਕਿਤੇ ਕੋਈ ਮਸਤ ਨੂੰ ਆ ਕੇ ਦੱਸੇ ਵੀ ਮੈਂ ਅਜੋ ਫਲਾਣੇ ਸਕੂਲ ਚ ਜੌਬ ਜੁਆਇਨ ਕੀਤੀ ਤਾਂ ਮੈਨੂੰ ਕਿਸੇ ਬੱਚੇ ਨੇ ਐ ਮਤਲਬ ਟੌਂਟ ਮਾਰਿਆ ਤੁਹਾਨੂੰ ਕੀ ਮਹਿਸੂਸ ਹੋਊਗਾ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਹੁੰਦਾ ਵੀ ਉਹਨਾਂ ਨੂੰ ਮੁਸ਼ਕਲ ਨਾ ਇਹ ਆਪਣੇ ਤੇ ਡਿਪੈਂਡ ਕਰਦਾ ਹੈ ਵੀ ਆਪਾਂ ਮੁੰਡਿਆਂ ਨੂੰ ਨਾ ਮਤਲਬ ਸਿੱਖਿਆ ਦੇਣੀ ਚਾਹੀਦੀ ਐ ਇਸ ਕਿਸਮ ਦੀ ਵੇ ਤੁਸੀਂ ਜੇ ਆਪ ਇਸ ਤਰ੍ਹਾਂ ਕਰੋਗੇ ਕੱਲ ਨੂੰ ਤੁਹਾਡੇ ਨਾਲ ਵੀ ਤਾਂ ਮਤਲਬ ਉਹੀ ਉਸੇ ਸਮਾਜ 'ਚ ਹੀ ਆਪਾਂ ਰਹਿਣਾ ਹੈ ਗੱਲ ਕੁਝ ਵੀ ਨਹੀਂ ਹੈਗੀ ਇਹ ਹਾਂ ਗੱਲ ਕੁਝ ਵੀ ਨਹੀਂ ਹੈਗੀ ਕਰੋ ਸਾਡੇ ਪਤਾ ਨਹੀਂ ਕਿਉਂ ਆਪਾਂ ਕਰਦੇ ਨਹੀਂ ਮਤਲਬ ਨਾ ਮਾਵਾਂ ਕਰਨ ਬਾਪ ਤਾਂ ਜਮਾ ਹੀ ਨਹੀਂ ਕਰਦੇਗੇ ਮਤਲਬ ਉਹਨਾਂ ਦਾ ਆਹ ਹੰਦਾ ਮੁੰਡਾ ਲੜਕੇ ਆ ਗਿਆ ਉਹਨੂੰ ਕੁੱਟਦਾ ਐ ਕਰਦਾ ਉਹ ਮਤਲਬ ਪਤਾ ਨਹੀਂ ਕਿਉਂ ਖੁਸ਼ੀ ਮਹਿਸੂਸ ਕਰਦੇ ਐ ਅੱਜ ਕੱਲ੍ਹ 'ਚ ਮੈਂ ਨਾ ਕਰ ਲਓ ਉਹਨਾਂ ਗੱਲਾਂ ਤੇ ਕਰ ਲਓ ਪਰ ਜਿਹੜੀਆਂ ਇਹ ਗੱਲ ਆ ਕਿ ਆਪਦੀਆਂ ਕਲਾਸਮੇਟਸ ਨਾਲ ਕਿਵੇਂ ਵਿਚਰਨਾ ਆਪਦੀਆਂ ਦੋਸਤਾਂ ਨਾਲ ਕਿਵੇਂ ਵਿਚਰਨਾ ਇਹ ਜ਼ਰੂਰ ਇਹਨਾਂ ਨੂੰ ਸਿਖਾਉਣਾ ਚਾਹੀਦਾ ਬੱਚਿਆਂ ਨੂੰ ਬਿਲਕੁਲ ਇਹੀ ਇਸ ਚੀਜ਼ਾਂ ਕਰਕੇ ਮੈਨੂੰ ਲੱਗਦਾ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿੱਥੇ ਮੁੰਡੇ ਇਹ ਸੋਚ ਲੈਂਦੇ ਨੇ ਵੀ ਮਤਲਬ ਕੁੜੀ ਦਾ ਧਰਮ ਆ ਸ਼ਾਇਦ ਨੀਵੀਂ ਹੋ ਕੇ ਜਿਹਾਣਾ ਜੋਸ ਅਸੀਂ ਗੱਲ ਕਹਤੀ ਉਹਨੂੰ ਹਰ ਸਾਡੇ ਮਜਾਜ ਨੂੰ ਝੱਲ ਲੈਣਾ ਹੈ ਨਾ ਜਦਕਿ ਤੁਹਾਨੂੰ ਸਿਰਫ ਇਹ ਸੋਚਣਾ ਚਾਹੀਦਾ ਵੀ ਦੇ ਤੁਹਾਡੀ ਜਰੂਰ ਅਲੱਗ-ਅਲੱਗ ਹੈ ਪਰ ਮਾਨਸਿਕਤਾ ਤੁਹਾਡੀ ਇੱਕੋ ਜੀ ਆ ਹੈਨਾ ਜੇ ਗਾਲ ਸੁਣ ਕੇ ਤੁਹਾਨੂੰ ਬੁਰਾ ਲੱਗੇਗਾ ਤਾਂ ਗਾਲ ਸੁਣ ਕੇ ਉਹਨਾਂ ਨੂੰ ਵੀ ਉਹਨਾਂ ਹੀ ਬੁਰਾ ਲੱਗੇਗਾ ਹੈਨਾ ਜਿਵੇਂ ਉਹ ਮੰਟੋ ਹੁਣਾਂ ਦਾ ਇੱਕ ਲਿਖਿਆ ਹੋਈ 17 ਜੀ ਨੂੰ ਲੋਕ ਬਹੁਤ ਹਨ ਨਾ ਹਮੇਸ਼ਾ ਸ਼ੇਅਰ ਕਰਦੇ ਨੇ ਕਿ ਜੇ ਸ਼ਰਾਬ ਮੁੰਡੇ ਦੇ ਫੇਫੜੇ ਖਰਾਬ ਕਰਦੀ ਆ ਤਾਂ ਕੁੜੀ ਦੇ ਵੀ ਫੇਫੜੇ ਖਰਾਬ ਕਰੋ ਉਹਦਾ ਕਿਰਦਾਰ ਨਹੀਂ ਹੈ ਨਾ ਤਾਂ ਬਿਲਕੁਲ ਕਿਉਂਕਿ ਮਾਨਸਿਕਤਾ ਇੱਕੋ ਹੀ ਆ ਜੇ ਤੁਸੀਂ ਸਤਕਾਰ ਚਾਹੁੰਦੇ ਹੋ ਕਿ ਇਹ ਤੁਹਾਨੂੰ ਦੇਣ ਤਾਂ ਤੁਹਾਨੂੰ ਵੀ ਬਰਾਬਰ ਦਾ ਦੇਣਾ ਚਾਹੀਦਾ ਹੈ ਨਾ ਤੇ ਚੰਗੀ ਜ਼ਿੰਦਗੀ ਆ ਤੁਹਾਡੀ ਹਨਾ ਚਲੋ ਐ ਹੈ ਕਿ ਕਦੀ ਸਰੀਰਕ ਦੁੱਖ ਵੀ ਬੰਦੇ ਨੂੰ ਆਉਂਦਾ ਕਦੀ ਸਮਾਜਿਕ ਵੀ ਆ ਸਕਦਾ ਕਦੀ ਮਾਨਸਿਕ ਚੀਜ਼ਾਂ ਚੋਂ ਵੀ ਆਪਾਂ ਲੰਘਦੇ ਆਂ ਪਰ ਫਿਰ ਵੀ ਅਸੀਂ ਇੱਕ ਦੂਜੇ ਦੇ ਨਾਲ ਜਦੋਂ ਖੜੇ ਰਹਿੰਦੇ ਆ ਤਾਂ ਸਾਨੂੰ ਚੰਗਾ ਲੱਗਦਾ ਕਿ ਅਸੀਂ ਸਹੀ ਜੀਵਨ ਸਾਥੀ ਚੁਣਿਆ ਤੇ ਖੁਸ਼ ਹੋ ਤੁਸੀਂ ਆਪਸ ਵਿੱਚ ਤਸੱਲੀ ਹੈ ਤੁਹਾਨੂੰ ਬਿਲਕੁਲ ਨਹੀਂ ਚਲੋ ਬੜੀਆ ਸ਼ੁਕਰੀਆ ਬਹੁਤ ਵਾਤਾ ਨਾ ਭੈਣ ਥੋੜਾ ਘੱਟ ਬੋਲਦੇ ਨੇ ਪਰ ਤੁਸੀਂ ਕਹਿੰਦੇ ਬਹੁਤ ਬੋਲਦੇ ਨੇ ਮੈਨੂੰ ਹੋਰ ਮੈਨੂੰ ਤਾਂ ਇਹ ਕੰਪਲੈਕਸ ਹੋ ਹੀ ਜਾਂਦਾ ਮੈਂ ਖਾ ਵੀ ਤੁਹਾਡੇ ਦਰਸ਼ਕਾਂ ਤੇ ਜਾਂ ਤੁਹਾਡੇ ਤੇ ਪ੍ਰਭਾਵ ਨਾ ਪਵੇ ਵੀ ਖਣੀ ਮੈਂ ਤੋਂ ਡਰਦੀ ਨਹੀਂ ਬੋਲਦੀ ਵੀ ਕੋਲੇ ਬੈਠੇ ਨੇ ਪਹਿਲੀ ਵਾਰੀ ਕੈਮਰੇ ਸਾਹਮਣੇ ਜਾਂ ਇਸ ਕਿਸਮ ਦੀ ਇੰਟਰਵਿਊ ਚ ਪਹਿਲੀ ਵਾਰੀ ਹੋਇਆ ਵਿਚ ਸ਼ਾਮਲ ਹੋਏ ਥੋੜੀ ਚੀਜ਼ ਕੁੰਦੀ ਆ ਉਹ ਤੇ ਬਾਕੀ ਸ਼ੁਕਰੀਆ ਰੁਪਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਔਰ ਤੁਹਾਡੇ ਚੈਨਲ ਵੀ ਸੋਸ਼ਲ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੈਨੂੰ ਸਭ ਤੋਂ ਖੂਬਸੂਰਤ ਗੱਲ ਇਹ ਲੱਗੀ ਤੁਹਾਡੇ ਚੈਨਲ ਦੀ ਕਿ ਅੱਗੇ ਆਮ ਤੌਰ ਤੇ ਹੁੰਦਾ ਕਿ ਲੇਖਕ ਜਾਂਦੇ ਆ ਮਤਲਬ ਚੈਨਲ ਦੇ ਸਟੂਡੀਓ ਚ ਇੰਟਰਵਿਊ ਦੇਣ ਮੈਨੂੰ ਜਦੋਂ ਤੁਸੀਂ ਇਹ ਗੱਲ ਦੱਸੀ ਅਸੀਂ ਤਾਂ ਤਿਆਰੀ ਕਰੀ ਬੈਠੇ ਸੀਗੇ ਵੀ ਇਹ ਤਾਂ ਪਤਾ ਹੀ ਸੀ ਇੰਟਰਵਿਊ ਹੋਣੀ ਹੈ ਸਾਨੂੰ ਇਹ ਸੀ ਕਿ ਉੱਥੇ ਪਟਿਆਲੇ ਜਾਂ ਚੰਡੀਗੜ੍ਹ ਇੰਟਰਵਿਊ ਹੋਊਗੀ ਤੇ ਜਦੋਂ ਪਤਾ ਲੱਗਿਆ ਤੇ ਬੜੀ ਮੈਨੂੰ ਖੁਸ਼ੀ ਮਹਿਸੂਸ ਹੋਈ ਇਸ ਗੱਲ ਦੀ ਵੀ ਕਿਉਂ ਦੇ ਘਰੇ ਚੱਲ ਕੇ ਸਾਰੀ ਟੀਮ ਚੰਡੀਗੜੋਂ ਤੁਸੀਂ ਆਏ ਹੋ ਸਵੇਰ ਦੇ ਹਨ ਸੋ ਬਹੁਤ ਅੱਛੀ ਲੱਗੀ ਇਹ ਗੱਲ ਮੈਨੂੰ ਤੇ ਬਹੁਤ-ਬਹੁਤ ਸ਼ੁਕਰੀਆ ਇਸ ਮੁਲਾਕਾਤ ਲਈ ਨਹੀਂ ਉਹ ਕਹਿੰਦੇ ਹੁੰਦੇ ਨੇ ਵੀ ਤੇ ਹਮੇਸ਼ਾ ਜਿਹਨੂੰ ਤਰੇਹ ਲੱਗਿਆ ਉਹਨੂੰ ਖੂਬ ਕੋਲ ਜਾਣਾ ਚਾਹੀਦਾ ਹਨ ਤੇ ਤੁਹਾਡੇ 'ਚ ਗੁਣਾ ਤੁਹਾਡੇ 'ਚ ਕਾਬਲੀਅਤ ਹਨ ਵੀ ਮਤਲਬ ਅਸੀਂ ਖੁਦ ਚੱਲ ਕੇ ਤੁਹਾਡੇ ਤੱਕ ਆਇਆ ਤੇ ਬਾਕੀ ਐ ਵੀ ਬਹੁਤ ਖੁਸ਼ ਨਸੀਬ ਹੋ ਤੁਸੀਂ ਕਿ ਸੱਚੀ ਤੁਹਾਨੂੰ ਪਤਨੀ ਦੇ ਰੂਪ ਚ ਮਿਲੇ ਹੈ ਨਾ ਕੋਈ ਸ਼ੱਕ ਨਹੀਂ ਇਸ ਬਿਲਕੁਲ ਬੜਾ ਮਤਲਬ ਇਹ ਐਵੇਂ ਦੀਆਂ ਹੁਣ ਆਪਾਂ ਕਹਿੰਦੇ ਵੀ ਇਹੋ ਜਿਹੇ ਨੋਹਾਂ ਧੀਆਂ ਨੂੰ ਲੋਕ ਤਰਸਦੇ ਨੇ ਨਾ ਕੋਈ ਸ਼ੱਕ ਨਹੀਂ ਤੇ ਅੱਜ ਹੀ ਮੈਂ ਇੱਕ ਚੀਜ਼ ਪੜ ਕੇ ਆਈ ਸੀ ਕਿ ਉੱਤੇ ਲਿਖਿਆ ਸੀਗਾ ਕਿ ਜਦੋਂ ਕੋਈ ਔਰਤ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਕਰਦੀ ਹੈ ਨਾ ਤਾਂ ਲੋਕ ਪੁੱਛਦੇ ਨੇ ਕਿੰਨਾ ਦਿੱਤੀ ਹੈ ਤੇ ਜਦੋਂ ਕਿਸੇ ਇਦਾਂ ਦੀ ਸਿਆਣੀ ਧੀ ਦੀ ਆਪਾਂ ਕਹਾਣੀ ਲਗਾਉਂਦੇ ਆ ਉਹਦੇ ਵੀ ਲੋਕ ਪੁੱਛਦੇ ਹੁੰਦੇ ਵੀ ਕਿੰਨਾ ਦਿੱਤੀ ਹੈ ਨਾ ਤੇ ਥੈਂਕ ਯੂ ਤੁਸੀਂ ਸਮਾਂ ਦਿੱਤਾ ਨਾ ਸੁਣੀ ਲਿਆ ਤੁਸੀਂ ਉਹਨਾਂ ਤੋਂ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਆਰਥਿਕ ਮਸਲੇ ਨਹੀਂ ਸੀ ਸਮਾਜਿਕ ਮਸਲੇ ਨਹੀਂ ਸੀ ਪਰ ਫਿਰ ਵੀ ਇੱਕ ਬਹੁਤ ਵੱਡਾ ਦੁੱਖ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਝੰਡਾਇਆ ਭੈਣ ਉਹਨਾਂ ਨੂੰ ਜਦੋਂ ਕੈਂਸਰ ਹੋਇਆ ਉਸ ਵਕਤ ਉਹਨਾਂ ਦੇ ਬੱਚੇ ਬਹੁਤ ਛੋਟੇ ਸੀ ਪਰ ਭਾਜੀ ਨੇ ਪੂਰਾ ਸਾਥ ਦਿੱਤਾ ਪਰਿਵਾਰ ਦਾ ਪੂਰਾ ਸਾਥ ਸੀ ਪਰ ਸਾਥ ਉਹਦੋਂ ਹੀ ਮਿਲਦਾ ਹੁੰਦਾ ਜਦੋਂ ਅਸੀਂ ਉਹਨਾਂ ਪਰਿਵਾਰਾਂ ਲਈ ਆਪਣੇ ਵੱਲੋਂ ਪਹਿਲ ਦੇ ਤੌਰ ਤੇ ਪਹਿਲਾਂ ਜ਼ਿੰਦਗੀ 'ਚ ਕੁਝ ਕੀਤਾ ਹੋਵੇ ਸਾਡੇ ਮિજાਜ ਇਹੋ ਜਿਹੇ ਹੋਣ ਜਦੋਂ ਲੋਕਾਂ ਨੂੰ ਸਾਡੇ ਰਿਸ਼ਤਿਆਂ ਨੂੰ ਡਰ ਲੱਗੇ ਕਿ ਸਾਡੀ ਜ਼ਿੰਦਗੀ ਦੇ ਵਿੱਚੋਂ ਇਹ ਕਿੰਨਾ ਚੰਗਾ ਇਨਸਾਨ ਆ ਜਿਹੜਾ ਉਹ ਖੁੱਸ ਨਾ ਜਾਵੇ ਬਿਲਕੁਲ ਇਸੇ ਤਰ੍ਹਾਂ ਬਣ ਕੇ ਹੀ ਅਸੀਂ ਆਪਣੇ ਰਿਸ਼ਤਿਆਂ ਨੂੰ ਨਿਵਾ ਸਕਦੇ ਹਾਂ ਕਦੇ ਸਾਨੂੰ ਨੀਵੇਂ ਵੀ ਹੋਣਾ ਪੈਂਦਾ ਤੇ ਕਦੇ ਅੜੀ ਕਰਕੇ ਆਪਣੀ ਗੱਲ ਮਨਵਾ ਵੀ ਲੈਣੀ ਚਾਹੀਦੀ ਆ ਪਰ ਫਿਰ ਵੀ ਦੋਨਾਂ ਜੀਆਂ ਦੇ ਵਿੱਚ ਇੱਕ ਤਾਲਮੇਲ ਜ਼ਰੂਰ ਹੋਣਾ ਚਾਹੀਦਾ ਇੱਕ ਦੂਜੇ ਦੇ ਸਤਿਕਾਰ ਦਾ ਤੇ ਇੱਕ ਦੂਜੇ ਨੂੰ ਪਿਆਰ ਨੂੰ ਮਤਲਬ ਇੱਕ ਦੂਜੇ ਦੇ ਮਾਣ ਨੂੰ ਪਹਿਲ ਦੇਣ ਦਾ ਪਰਿਵਾਰਾਂ ਦੇ ਵਿੱਚ ਬਹੁਤ ਸਾਰੇ ਮਸਲੇ ਚੱਲਦੇ ਰਹਿੰਦੇ ਨੇ ਪਰ ਕਦੇ ਵੀ ਉਹਨਾਂ ਨੂੰ ਇੰਨੇ ਵੱਡੇ ਪੱਧਰ ਤੇ ਨਾ ਲੈ ਕੇ ਜਾਓ ਕਿ ਤੁਹਾਨੂੰ ਲੱਗੇ ਕਿ ਹੁਣ ਅਸੀਂ ਇੱਕ ਦੂਜੇ ਤੋਂ ਵੱਖਰੇ ਹੋ ਜਾਈਏ ਕਿਉਂਕਿ ਵਖਰੇਵਾ ਸਿਰਫ ਦੋ ਜੀਆਂ ਦਾ ਨਹੀਂ ਹੁੰਦਾ ਤੋਂ ਪਰਿਵਾਰਾਂ ਦਾ ਵੀ ਹੋ ਜਾਂਦਾ ਤੇ ਉਹਦੇ ਵਿੱਚ ਅਕਸਰ ਹੀ ਤੁਹਾਡੇ ਬੱਚੇ ਪਿਸ ਜਾਂਦੇ ਨੇ ਇਹੋ ਜਿਹੀਆਂ ਕਹਾਣੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਨੇ ਬਹੁਤ ਸਾਰੇ ਜੋੜੇ ਜਿਹੜੇ ਅੱਜ ਵੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਵਿਆਹ ਕਰਾਉਣਾ ਜ਼ਰੂਰੀ ਨਹੀਂ ਹੈਗਾ ਜਾਂ ਵਿਆਹ 'ਚ ਰਹਿਣਾ ਤੁਹਾਡੇ ਤੇ ਕੋਈ ਪਾਬੰਦੀ ਨਹੀਂ ਹੈ ਉਹਨਾਂ ਲਈ ਇਹੋ ਜਿਹੀਆਂ ਕਹਾਣੀਆਂ ਹੌਸਲਾ ਬਣਦੀਆਂ ਨੇ ਜਿਹੜੀਆਂ ਤੁਹਾਨੂੰ ਦੱਸਦੀਆਂ ਨੇ ਕਿ ਮਸਲੇ ਚਾਹੇ ਕੁਝ ਵੀ ਹੋਣ ਅਸੀਂ ਆਪਣੇ ਸਹਿਜ ਨਾਲ ਆਪਣੇ ਧੀਰਜ ਨਾਲ ਉਹਨਾਂ ਨੂੰ ਨਿਬੇੜ ਸਕਦੇ ਹਾਂ ਇਸੇ ਲਈ ਅਸੀਂ ਤੁਹਾਨੂੰ ਇਹੋ ਜਿਹੇ ਕਿਰਦਾਰਾਂ ਨਾਲ ਮਿਲਵਾਉਂਦੇ ਆ ਉਮੀਦ ਕਰਦੇ ਆ ਕਿ ਤੁਸੀਂ ਸਿੱਖਿਆ ਹੋਵੇਗਾ ਅਗਲੀ ਵਾਰ ਫਿਰ ਤੋਂ ਇਸੇ ਨਵੇਂ ਜੋੜੇ ਨੂੰ ਲੈ ਕੇ ਆਵਾਂਗੇ ਤਦ ਤੱਕ ਲਈ ਸੱਚੀਕਾ